ਕੀ ਹਾਲ ਹੈ? ਬਾਜ਼ ਆ ਰਹੀ ਹੈ? ਹੈਲੋ ਮੈਕ ਚੈੱਕ। ਓਕੇ ਆ ਰਹੀ ਹੈ ਬਾਜ਼। ਗੁੱਡ ਗੁੱਡ ਗੁੱਡ। ਇਧਰੋਂ ਬੰਦ ਕਰ ਦਈਏ। ਕੀ ਹਾਲ ਚਾਲ ਹੈ ਬਾਬੇ? ਉਹ ਟਾਈਮ ਬਹੁਤ ਲੱਗ ਗਿਆ। ਸੋਰੀ ਯਾਰ, ਤੁਹਾਨੂੰ ਪਤਾ ਹੀ ਆ ਥੋੜ੍ਹਾ ਜਿਹਾ ਹੱਥ ਤੰਗ ਹੈ ਟੈਕਨੋਲੋਜੀ ਦੇ ਮਾਮਲੇ 'ਚ। ਮੇਰੇ ਭਰਾ ਨੇ ਮੇਰੀ ਹੈਲਪ ਕੀਤੀ ਹੈ, ਪਰ ਅੱਜ ਤੁਹਾਨੂੰ ਮਾਈਕ ਦੇਖੋ ਆ ਦੇ ਸਪੈਸ਼ਲੀ ਮਾਈਕ ਲਿਆਂਦਾ ਅਤੇ ਕੈਮਰਾ ਸੈੱਟ ਕੀਤਾ ਅਤੇ ਅਸੀਂ ਨਾਲ ਲਿਆਂਦੇ ਨੇ ਅਲਾਪ ਸਿਕੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਥੈਂਕ ਯੂ ਸਾਰਿਆਂ ਦਾ ਸਵਾਗਤ ਹੈ। ਓਕੇ, ਇੱਕ ਮਿੰਟ ਸੀਰੀਅਸ ਹੋ ਕੇ ਸਾਰਿਆਂ ਨੂੰ ਗੱਲ ਦੱਸਦਾ। 10 ਮਿੰਟ ਆਪਾਂ 10 ਮਿੰਟ ਕਹਿ ਕੇ 23 ਮਿੰਟ ਲੇਟ ਆਏ ਹਾਂ, ਪਰ ਇਟਸ ਓਕੇ, ਅਸੀਂ ਲੱਗੇ 9 ਵਜੇ ਦੇ ਹੋਏ ਹਾਂ, ਸੋ ਤੁਸੀਂ ਸ਼ੁਕਰ ਕਰੋ ਵੀ 1.5 ਘੰਟੇ 'ਚ ਮਾਹੌਲ ਬਣ ਗਿਆ। ਨੋ ਸਾਊਂਡ, ਨੋ ਸਾਊਂਡ, ਹੈਲੋ, ਡਿਲੇ ਤਾਂ ਹੋਣੀ ਆ, ਹੈਲੋ। ਦੇ ਸੇ ਵੋਇਸ ਸਲੋ ਹੈ, ਦੇ ਸੇ ਦ ਸਾਊਂਡ ਇਜ਼ ਲੋ। ਓਨਲੀ ਲੈਫਟ ਈਅਰ ਫੋਨ ਵਰਕਿੰਗ। Bring that up, eh? Bring the gain up. Yo, 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 check, yeah, check, yeah, check, check. Can you guys hear me? Hanji, vadati hun? Aundi hai, yeah, they're saying now is good. Yeah, just keep it where, you know, if we try singing and stuff, so they could hear us, man, that's it. Sura swaad aana chahida. Swaad aa reha hai, bhai. Anand le rahe hain. ਜ਼ਿੰਦਗੀ ਜੀ ਰਹੇ ਹਾਂ ਵੀਰ ਜੀ। ਓਕੇ, ਚੈੱਕ ਕਰੋ, ਪਹਿਲਾਂ ਮੈਂ ਮਾੜੀ ਜਿਹੀ ਇੰਟਰੋਡਕਸ਼ਨ ਕਰ ਦੇਵਾਂ ਵੀ ਖਿੱਕ ਲਾਈਵ ਸਟ੍ਰੀਮ ਕਰ ਰੌਜਲਾ, ਸਪੋਂਸਰਡ ਬਾਈ ਸਟ੍ਰੇਕ, ਫੀਚਰਿੰਗ ਮਿਸਟਰ ਅਲਾਪ ਸਿਕੰਦਰ। An honor to be here, bro. Nah, love you guys. Love you, bro. ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਚੈਟ ਪੂਰੀ ਐਨ ਪੌਪ ਹੋ ਰਹੀ ਹੈ, ਮਤਲਬ ਕਿ ਹਰੇਕ ਇੱਕ ਤੋਂ ਬਾਅਦ ਦੂਜੇ ਬਾਅਦ ਮੈਸੇਜ ਆ ਰਿਹਾ, ਵੈਰੀ ਗੁੱਡ। ਸੋ ਮਾੜੀ ਜਿਹੀ ਇੰਟਰੋਡਕਸ਼ਨ ਕਰ ਦਈਏ ਵੀ ਅਲਾਪ ਭਾਜੀ ਨੂੰ ਤਾਂ ਸਾਰੇ ਹੀ ਜਾਣਦੇ ਹੈ, ਜਿਹੜੇ ਨਹੀਂ ਜਾਣਦੇ ਤੁਹਾਡੀ ਬਦ ਆਪਣੀ ਕਿਸਮਤ ਹੈ, ਕਿਉਂਕਿ ਭਾਜੀ ਇਜ਼ ਵਨ ਆਫ ਮਾਈ ਫੇਵਰੇਟ ਮੈਨਸ ਔਨ ਦਿਸ ਪਲੈਨਟ। ਸੋ ਥੋੜ੍ਹੀ ਜਿਹੀ ਇੰਟਰੋਡਕਸ਼ਨ, ਬਾਹਲਾ ਮੈਨੂੰ ਬੋਲਣ ਦੀ ਲੋੜ ਨਹੀਂ ਪੈਣੀ। ਦ ਪੀਪਲ ਹੂ ਡੋਂਟ ਨੋ, ਅਲਾਪ ਸਿਕੰਦਰ ਇਜ਼ ਵਨ ਐਂਡ ਓਨਲੀ ਲੇਟ ਸ਼੍ਰੀ ਸਰਦੂਲ ਸਿਕੰਦਰ ਜੀਜ਼ ਸਨ, ਸਪੁੱਤਰ, ਐਂਡ ਆਈ ਲਵ ਹਿਮ। ਤੇ ਬਹੁਤ ਟੈਲੈਂਟਡ ਨੇ ਭਾਜੀ, ਤੇ ਅੱਜ ਅਸੀਂ ਤੁਹਾਡੇ ਨਾਲ ਸਟ੍ਰੀਮ ਕਰਨ ਤੋਂ ਬਾਅਦ ਵੀ ਗਾਣੇ ਬਣਾਉਣੇ ਆ। ਯੈਸ, ਵੀ ਆਰ ਡਾਊਨ। ਤਰਜਾ ਬਣਾਉਣੀ ਹੈ, ਗਾਣੇ ਬਣਾਉਣੇ ਆ, ਬਟ ਵੀ ਹੀਅਰ ਟੂ ਟਾਕ ਟੂ ਯੂ ਗਾਇਜ਼। ਤੁਹਾਡੇ ਕੋਲ ਵੀ ਜੇ ਕੋਈ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ, ਬਾਕੀ ਇਹੀ ਤਾਂ ਬਸ ਸਵਾਦ ਲੈ ਰਹੇ ਹਾਂ। ਆਵਾਜ਼ ਆ ਰਹੀ ਹੈ, ਪਹਿਲਾਂ ਇਹ ਦੱਸ ਦਿਓ ਯਾਰ। ਓਕੇ, ਕੰਮ ਅਮਨ, ਇੱਕ ਕਹਿੰਦਾ ਪੁਲਿਸ ਆ ਗਈ, ਪੁਲਿਸ, ਯਾਰ ਤੁਸੀਂ ਪਾਗਲ ਹੋ ਮੇਰੇ, ਪੁਲਿਸ ਵੀ ਆ ਲਿਖਿਆ, POLS, ਪੁਲਿਸ ਆ ਗਈ, ਪੁਲਿਸ। ਇੱਕ ਮਿੰਟ, ਯੂ ਕੈਨ ਹੀਅਰ ਮੀ ਦੋ ਰਾਈਟ ਪ੍ਰੋਪਰ ਔਨ ਦੇਅਰ? ਓਕੇ ਸਿਕ। ਔਨ ਟੌਪ ਟੂ, ਔਨ ਟੌਪ ਟੂ ਯਾਰ ਸੁਣਾਵਾਂਗੇ, ਹੁਣ ਬਣਿਆ ਤਾਂ ਪਿਆ ਡਾਰਲਿੰਗ, ਪਰ ਹੁਣ ਪਤਾ ਨਹੀਂ ਯਾਰ ਕਿੱਥੋਂ ਤੁਹਾਨੂੰ ਕਿਵੇਂ ਪਾ ਦਈਏ। ਹਲੇ ਤਾਂ ਐਲਬਮ ਤੋਂ, EP ਤੋਂ ਸਾਹ ਲਓ, ਹਲੇ ਫਿਰ ਐਲਬਮ ਆਉਣੀ ਹੈ, ਇੱਕ ਫੀਚਰਿੰਗ ਮੈਂ ਅਲਾਪ ਸਿਕੰਦਰ ਤੋਂ ਵੀ ਕਰਾਉਣੀ ਹੈ। ਹਲੇ ਤਾਂ EP ਤੋਂ ਨਹੀਂ ਸਾਹ ਆ ਰਿਹਾ ਮਹਾਰਾਜ, ਫੱਟੇ ਕਿਵੇਂ ਲੱਗੀ ਫਿਰ EP ਤੁਹਾਨੂੰ ਕਿੱਦਾਂ ਲੱਗੀ ਤੁਸੀਂ? Bro, I loved it every bit. ਆਪਾਂ ਇਹ ਨਹੀਂ ਸੋਚਣਾ ਵੀ ਆਪਣਾ ਇੱਧਰ ਚੱਲ ਰਿਹਾ ਮਾਹੌਲ, ਆਪਾਂ ਆਪਣਾ ਆਪਣੀਆਂ ਗੱਲਾਂ, ਕੈਮਰੇ ਨਹੀਂ ਚੱਲ ਰਹੇ ਬਸ, ਨਾ ਬ్రో, ਅਸੀਂ ਆਪਣੇ ਆਪ ਨੂੰ ਦੱਸ ਰਹੇ ਹਾਂ। ਇਹ ਨਾ ਸੋਚੀਏ ਹੁਣ ਇੱਕ ਦੂਜੇ ਦੀ ਬੈਠੇ ਤਾਰੀਫ ਕਰੀਏ। ਇੱਕ ਕਹਿੰਦਾ ਭਾਈ ਕਿਸੀ ਦੇ ਦੋ, ਆ ਚੱਕ ਜਾਣ ਲੈ, ਟੈਨਸ਼ਨ ਕਾਹਦੇ ਲੈਣੀ ਹੈ, ਕਰਨਾ ਚਲਾ ਚੁੰਮੇ ਵਾਲੀ ਭਾਬੀ ਨਹੀਂ ਹੈਗੀ। ਸਹੀ ਗੱਲ ਹੈ ਯਾਰ, ਪਰ ਕੋਈ ਨਹੀਂ ਯਾਰ, ਕਈ ਵਾਰੀ ਜੀ ਕਰ ਰਿਹਾ ਹੁੰਦਾ ਕਿਸੇ ਦਾ, ਟੈਨਸ਼ਨ ਕਾਹਦੇ ਲੈਣੀ। EP, what do you think about it? ਇੱਕ ਇੱਕ ਗਾਣਾ ਇਜ਼ ਅ ਜਰਨੀ, every bit of the music, tusi jinne lyrics likhe, main ta odo hi gal kehti si, you're way ahead of your time. Thank because main jinna main to DP nu enjoy kita, even the last one, even the one now for you, it's killer. Yeah, you know this, I play it every day in my studio, I play it every day in my car, yeah, in my shower, everywhere. It's love crazy, man. Thank you, bro. Bahut tusi jadon appa bana rahe si ki tusi aaye si ge itthe na, mainu vich nu, yes, yeah, Alap paaji came and he helped us with some stuff and you know banda aa ke ahi kehde vi bhai sahi track te ja rahe ho ta ohde naal hi bahut ho janda na, maharaj ne inni rehmat kiti hai sachi।
ਤੁਹਾਡੇ ਅੱਗੇ ਕੀ ਪਲਾਨ ਨੇ ਫਿਰ? ਤੁਸੀਂ ਜਿਹੜੇ ਲੋਕਾਂ ਨੂੰ ਨਹੀਂ ਪਤਾ ਬਾਈ, ਤੁਹਾਨੂੰ ਪਤਾ ਨਹੀਂ ਹੈਗਾ ਇਹ ਚੀਜ਼ ਹੈ ਬੰਦਾ, ਇਉਂ ਹੀ ਨਹੀਂ ਸਾਡੀ ਲਾਈਫ ਸਟ੍ਰੀਮ 'ਤੇ ਆਇਆ। ਨਹੀਂ ਨਹੀਂ, ਇਹ ਤਾਂ ਤੁਹਾਡਾ ਪਿਆਰ ਹੈ ਬ੍ਰੋਸਕੀ, ਤੁਸੀਂ ਮੈਨੂੰ ਅੱਜ ਲੈ ਕੇ ਆਉਂਦਾ ਨਾਲ। ਬਹੁਤ ਸਾਰੀਆਂ ਗੁੱਡ ਨਿਊਜ਼ ਨੇ ਫਾਰ ਆਲ ਦਾ ਫੈਨਸ ਹੂ ਲਿਸਨ ਟੂ ਜਵਾਕ ਹੁੰਦੇ ਸੀ, ਤੁਸੀਂ ਫਿਰ ਵੀ ਪਰ ਤੁਸੀਂ ਮੇਰੇ ਤੋਂ ਥੋੜੇ ਜਿਹੇ ਵੱਡੇ ਲੱਗਦੇ ਹੋ। ਚਲੋ ਰਹਿਣ ਦਿੰਦੇ ਆ ਭਾਜੀ ਜੀ, ਐਵੇਂ ਕਿਤੇ ਕਿਤੇ ਕੁਛ ਕਿਹਾ ਹੁੰਦਾ, ਕਈ ਵਾਰੀ ਕੁਛ ਕਿਹਾ ਹੁੰਦਾ, ਚਲੋ ਕੋਈ ਨਹੀਂ ਆਉਂਦਾ ਗੱਲ 'ਤੇ ਸਮਾਂ ਪਾ ਦਿਉ। ਅਤੇ ਬਾਈ ਜੀ ਮਤਲਬ ਵੀ ਸ਼ੁਰੂ ਤੋਂ ਫੈਨ ਰਹੇ ਹਾਂ, ਅਤੇ ਵੀ ਤਰਜਾਂ ਮੋਸਟ ਦਮ ਐਵੇਂ ਕੀ ਹੈ ਬਾਈ, ਆਪਾਂ ਤਾਂ ਉੱਥੇ ਹੀ ਬਣਾਉਣੀਆਂ ਸਿੱਖੀਆਂ ਹੈ ਨਾ, ਮਤਲਬ ਸ਼ੁਰੂ ਹੁੰਦੇ ਵੀ ਪਤਾ ਨਹੀਂ ਸੀਗਾ ਜਦੋਂ ਤੁਸੀਂ ਉੱਥੇ ਪੜ੍ਹਦੇ ਹੁੰਦੇ, ਆਪਾਂ ਅੱਗੇ ਵੀ ਕਿੰਨੀ ਦੀ ਗੱਲ ਕੀਤੀ ਆ ਹੈ ਨਾ। ਸੋ ਜੇ ਕਿਸੇ ਨੂੰ ਨਾ ਪਤਾ ਹੋਵੇ, ਹੁਣ ਜਿਵੇਂ ਅਸੀਂ ਸੇਮ ਏਰੀ ਤੋਂ ਆ, ਖੰਨੇ ਵਾਲੇ ਹਾਂ, ਅਸੀਂ ਪੀਪੀ ਛੱਬੀ ਵਾਲੇ, ਉਹਨੂੰ ਪਤਾ ਹੀ ਆ ਬਾਈ। ਸੋ ਛੋਟਾ ਹੁੰਦਾ ਮੈਂ ਅਲਾਪਵੀਰ ਨਾਲ ਇੱਕ ਗੱਲ ਸਾਂਝੀ ਕੀਤੀ, ਮੈਂ ਕਿਹਾ ਬਾਈ ਯਾਰ ਮੈਂ ਆਪਣੇ ਡੈਡੀ ਨਾਲ ਹੁੰਦਾ ਸੀ ਵੀ ਤੁਹਾਡੇ ਘਰ ਦੇ ਬਾਹਰੋਂ ਇਹ ਨਿਕਲੇ, ਵੀ ਇਹਨਾਂ ਤੁਹਾਡੇ ਟੈਂਕੀ ਹੁੰਦੀ ਸੀ ਤਬਲੇ ਵਾਲੀ, ਜਿਹੜੇ ਖੰਨੇ ਵਾਲੇ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਹੈ ਨਾ ਵੀ ਯਾਰ ਅਸੀਂ ਉਹਦੇ ਮੂਹਰੇ ਦੇ ਨਿਕਲਣਾ। ਮੇਰੇ ਡੈਡੀ ਨੇ ਮੈਨੂੰ ਪਹਿਲੀ ਵਾਰੀ ਦਿਖਾਇਆ, ਕਹਿੰਦਾ ਵੀ ਯਾਰ ਵੀ ਆਹ ਸਰਦੂਲ ਸਿਕੰਦਰ ਉਹਨਾਂ ਦਾ ਘਰ ਆ। ਮੈਂ ਕਿਹਾ ਵੀ ਯਾਰ ਕਿਆ ਬਾਤ ਆ ਹੈ ਨਾ, ਉਦੋਂ ਆਏ ਸੁਣ ਕੇ ਚਲੇ ਗਏ। ਫਿਰ ਅਸੀਂ ਜਦੋਂ ਮੰਨ ਲਓ ਜਾਇਆ ਕਰਨਾ ਪਿੰਡੋਂ ਖੰਨੇ ਨੂੰ ਜਾਂ ਮੋਹਨਪੁਰ ਮੇਰੀ ਭੂਆ ਹੈ ਨਾ, ਅਤੇ ਅਸੀਂ ਦੇਖਿਆ ਕਰਨਾ ਵੀ ਯਾਰ ਜਦੋਂ ਮੰਜੀ ਸਾਹਿਬ ਤੋਂ ਕਈ ਨਾ ਟ੍ਰਿਪ ਟਰੁੱਪ 'ਤੇ ਆਉਂਦੇ ਸੀ, ਜਾਂਦੇ ਦੇਖਣੇ ਵੀ ਯਾਰ ਆਹ ਗ੍ਰੀਨ ਗਰੋਵ ਸਕੂਲ ਆ, ਇੱਥੇ ਉਹ ਪੜ੍ਹਦੇ ਆ ਵੀ ਯਾਰ, ਇੱਥੇ ਇੰਗਲਿਸ਼ ਬੋਲਦੇ ਆ ਹੈ ਨਾ, ਇਨਫੋਰਮੇਸ਼ਨ ਸਾਰੀ ਸੀ ਵੀ। ਪਰ ਮਤਲਬ ਕਹਿਣ ਦਾ ਆ, ਚਲੋ ਉਹ ਸਾਰੀਆਂ ਚੀਜ਼ਾਂ ਸੀ ਵੀ ਛੋਟੇ ਹੁੰਦੇ ਉਦੋਂ, ਚਲੋ ਮੈਂ ਉੱਧਰ ਦੀ ਲੰਘਦਾ ਹੁੰਦਾ ਸੀ, ਤੁਹਾਡੀ ਆਪਣੀ ਲਾਈਫ ਸੀ, ਕਿੱਥੇ ਆ ਕੇ ਰੱਬ ਕਿਵੇਂ ਨਾ ਕਿਵੇਂ ਆਹ ਬੈਠੇ ਕਿਤੇ ਨਾ, ਸੇਮ ਸੇਮ ਏਰੀਆ ਸੇਮ ਸਾਰਾ ਕੁਛ ਵੀ ਯਾਰ, ਕੁਛ ਨਹੀਂ ਪਤਾ ਜ਼ਿੰਦਗੀ ਦਾ ਹੈ ਨਾ, ਕਿੱਥੋਂ ਕਿੱਥੇ ਬੰਦੇ ਨੂੰ ਲਿਆਉਂਦੀ ਹੈ, ਬਸ ਹਿੰਮਤ ਨਹੀਂ ਛੱਡਣੀ ਚਾਹੀਦੀ ਵੀਰੇ। ਇਹ ਭਾਜੀ ਮੈਂ ਤਾਂ ਇੱਕ ਗੱਲ ਕਹਿਣਾ, ਇਟਸ ਆਲ ਅਬਾਊਟ ਨਾਓ। ਯਾ ਐਗਜ਼ੈਕਟਲੀ, ਯੂ ਟੌਟ ਮੀ ਦਿਸ ਐਂਡ ਮੈਂ ਹਮੇਸ਼ਾ ਤੁਹਾਡੇ ਤੋਂ ਗੱਲ ਸਿੱਖੀ, ਇਟਸ ਆਲ ਅਬਾਊਟ ਨਾਓ ਐਂਡ ਵਾਟਐਵਰ ਇਜ਼ ਹੈਪਨਿੰਗ ਨਾਓ। ਯਾ ਦੈਟਸ ਵਾਟ ਮੈਟਰਸ 100%। ਮੈਂ ਸਾਰੇ ਬਾਈ ਤੁਹਾਨੂੰ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਮਾੜਾ ਜਿਹਾ ਪ੍ਰੈਜੈਂਟ ਰਿਹਾ ਕਰੋ। ਯੈਸ, ਆ ਵਿੱਚ ਇੱਕ ਕਹਿੰਦਾ ਬਾਈ ਇੱਕ ਮਿੰਟ ਯਾਰ, ਬਹੁਤ ਤੇਜ਼ ਚੱਲ ਰਹੇ ਹੋ, ਬੜਾ ਫਾਸਟ ਹੋ ਗਿਆ ਕੰਮ ਹੈ ਜੀ, ਅਗਲੇ ਦਿਨ ਪੂਰੀ ਬ੍ਰਦਰ। ਮੈਂ ਵੀ ਗਾਣੇ ਜਾਨੂੰ ਇੰਨਾ ਕੁ ਪੜਦੇ ਆ ਜਾਨੂੰ ਉੱਤੇ ਚਲੇ ਜਾਂਦਾ ਭਾਜੀ। ਓਕਲੈਂਡ ਇੱਕ ਕਹਿੰਦਾ ਬਾਈ ਰੀਡ ਕਰਿਓ, ਅੱਛਾ ਪਲੀਜ਼ ਰੀਡ ਕਰਿਓ ਯਾਰ, ਤੁਹਾਡੇ ਲੀਕ ਗਾਣੇ ਇੰਨੇ ਵਧੀਆ ਨੇ ਯਾਰ, ਪਲੀਜ਼ ਰਿਲੀਜ਼ ਕਰ ਦਿਓ ਯਾਰ, ਸੇਮ ਜੱਟ ਨੋ ਵੇ ਫੈਕਟਸ ਟੂ ਇਨਵੈਸਟੀਗੇਟ, ਅਤੇ ਹੋਰ ਵੀ ਕਿੰਨੇ ਹੁਣ ਜਾਂ ਲੀਕ ਹੀ ਹੋ ਗਏ, ਤੂੰ ਹੀ ਕਰਦੇ ਰਿਲੀਜ਼। ਮੈਂ ਸੋਰੀ ਯਾਰ, ਇੱਥੇ ਬੀਪਾ ਦੀ ਬਾਈ, ਇੱਥੇ ਭੈਂ ਹੋ ਗਈ ਥੋੜ੍ਹੀ ਜਿਹੀ ਯਾਰ, ਆਏ ਨਾ ਹੋਚੋ ਵੀ ਤੁਹਾਡੇ ਲਈ ਆਏ ਲਾਈਵ ਲੂਈਵ, ਅਸੀਂ ਆਏ ਜਮਾਂ ਜਾਇਜੇ ਹੈਗੇ ਹਾਂ ਬਾਬੇ, ਉਵੇਂ ਤੁਹਾਡੇ ਮੂਹਰੇ ਆਈਦਾ ਸਪੈਸ਼ਲੀ ਕਿੱਕ 'ਤੇ। ਇੰਸਟਾ 'ਤੇ ਵੀ ਜਦੋਂ ਲਾਈਵ ਹੁੰਦਾ ਬੰਦਾ ਥੋੜ੍ਹਾ ਜਿਹਾ ਐਂ ਜਿਹਾ ਹੋ ਜਾਂਦਾ ਵੀ ਯਾਰ ਯਾਰ ਵੀ ਲੋਕ ਦੇਖ ਰਹੇ ਆ ਯਾਰ, ਵੀ ਥੋੜ੍ਹਾ ਜਿਹਾ ਫੀਕ ਜਿਹੇ ਹੋ ਜਾਓ ਹੈ ਨਾ ਵੀ। ਹਾਂਜੀ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ, ਹੋਰ ਠੀਕ ਠਾਕ ਹੋ? ਇੰਸਟਾ 'ਤੇ ਇੰਨੀਆਂ ਗੱਲਾਂ ਹੁੰਦੀਆਂ ਨੇ, ਹੋਰ ਬਾਈ ਕੀ ਹਾਲ ਆ? ਇੱਕ ਅੱਧਾ ਕਮੈਂਟ ਪੜ੍ਹ ਲਿਆ ਫਿਰ, ਹਾਂਜੀ ਗਾਣਾ ਆਪਣਾ ਆਇਆ ਹੋਇਆ ਅਤੇ ਠੀਕ ਆ ਬਾਈ, ਹੋਰ ਫਿਰ ਸ਼ੇਅਰ ਕਰ ਦਿਓ, ਚੱਕ ਦਿਓ, ਸਟ੍ਰੀਮਸ ਪਾ ਦਿਓ ਸਪੋਟੀਫਾਈ ਆਈਟਿਊਨਸ। ਚਲੋ ਬਾਈ ਅਗਲੀ ਰਿਵਲ ਇੱਥੇ ਦੇਖ, ਮਹਿਫਲ ਲੱਗੀ ਆ ਉਹਦੇ, ਸੋਨੀ A7 III ਲਾਇਆ ਬਾਬੇ ਤੇਰੇ ਲਈ ਸਪੈਸ਼ਲੀ, SM7B ਲਾਇਆ ਤੁਹਾਡੇ ਲਈ, ਦੇਖ ਲਓ ਹੈ ਨਾ। ਹੈਂ ਯਾਰ ਆਵਾਜ਼ ਕਿਉਂ ਨਹੀਂ ਆ ਰਹੀ? ਕੈਨ ਯੂ ਚੈੱਕ ਦਾ ਵੌਇਸ ਇਸ਼ੂਸ? ਮੇਬੀ ਵਨ ਆਈ ਮੂਵ ਬੈਕ ਡਸ ਇਟ ਮੈਟਰ? ਆਈ ਥਿੰਕ ਫॉर दैट ਮਾਈਕ ਇਟ ਸ਼ੁੱਡ। Even you want to move closer to them. Yeah, we can hear, we can hear it. Thonu baaj aundi hai vire. Aundi hai yaar. Can't even hear. Aundi hai yaar. Aundi hai yaar. Check 1 2 3. It's not showing on. It's not coming on here, like if you watch it on this phone, I don't know for some reason. It could be the internet. Yeah, it's not. No, some people are saying, "Aundi ya, hanji aa rahi ya, hanji aundi ya." They're saying it's coming. Yeah. Let me sign out. Why not you? Maybe Bluetooth. You're not logged in. That's why. Yeah, logged in. I'm logged in too. Tanu aundi ya bire vaaz stream de vich. People are saying aa rahi ya. Aundi ya bire aundi ya. Kehnde unmute. ਬਾਈ ਜਦੋਂ ਯਾਰ ਆਉਣੋ ਹਟ ਗਈ ਸਾਨੂੰ ਦੱਸ ਦਿਓ, ਹੋਰ ਕਿਤੇ ਅਸੀਂ ਐਵੇਂ ਮਗਜ ਮਾਰੀਏ ਤੇ ਤੁਹਾਨੂੰ ਬਾਜੇ ਨਾ ਪਹੁੰਚੇ, ਗੱਲਾਂ ਲੰਘ ਜਿਵੇਂ ਆਣ ਪਤਾ ਲੱਗੇ ਅਸੀਂ ਰਿਪੀਟ ਕਰਦੇ ਰਹੇ ਜੀ। ਹੋਰ ਯਾਰ ਪਲੀਜ਼ ਲੈਟ ਅਸ ਨੋ, ਮਿਊਟ ਤਾਂ ਨਹੀਂ ਹੋ ਗਿਆ ਕਹਿੰਦਾ? ਨਹੀਂ ਨਹੀਂ ਮਿਊਟ ਤਾਂ ਨਹੀਂ ਹੋਇਆ ਹੈਗਾ, ਐਂ ਤਾਂ ਕਿਵੇਂ ਮਿਊਟ ਹੋ ਜੂ, ਮਿਊਟ ਹੋਣ ਦਿੰਦੇ ਆ ਬਸ। ਹਾਂ
ਹਾਂ ਬਾਈ ਮਿਊਟ ਕਦੇ ਹੋਈ ਜੇ ਪਹਿਲਾਂ ਆਵਾਜ਼ ਨਾ ਆਈ ਹੋਵੇ ਬਾਈ ਇੱਕ ਵਾਰੀ ਫਿਰ ਸਪੌਂਸਰਡ ਬਾਏ ਸਟੇਕ ਕਹਿੰਦੇ ਯਾਰ ਆਪਾਂ ਗੁੱਡ ਜੋੜੀਆਂ ਸਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਕਿੱਥੇ ਕਿਹੜਾ ਸਮ ਬਸ 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 ਤੁਹਾਨੂੰ ਪਤਾ ਹੀ ਹੈ ਬੰਦੇ ਹਲੇ ਹੋਰ ਵੀ ਬੈਠੇ ਤੁਹਾਨੂੰ ਦਿਖਾਉਣੇ ਆ ਸੱਪ ਕਰੀਂਦੇ ਬੈਠੇ ਆ ਕੱਢਦੇ ਆ ਕੋਈ ਨੀ ਹੌਲੀ ਹੌਲੀ ਵੀਰੇ ਮੂਵੀ ਕਦੋਂ ਆ ਰਹੀ ਆ ਵੀਰੇ ਦੇਖੋ ਮੇਰਾ ਵੀ ਆਹੀ ਸਵਾਲ ਸੀ ਹੈ ਨਾ ਮੈਨੂੰ ਲੱਗਦਾ ਮੈਂ ਉਈ ਛੱਡਤਾ ਸੀ ਇੰਟਰਵਿਊ 'ਚ ਨਹੀਂ ਨਹੀਂ ਡਾਰਲਿੰਗ ਆ ਰਹੀ ਹੈ ਆਪਾਂ ਪੋਸਟਰ ਪਾਉਣਾ ਪੋਸਟਰ ਬਣਿਆ ਇੱਕ ਦੋ ਹੈ ਨਾ ਪ੍ਰੋਪਰ ਪਾਵਾਂਗੇ ਅਤੇ ਸ਼ੂਟ ਹਲੇ ਸ਼ੁਰੂ ਕਰਨੀ ਆ ਅਸੀਂ ਛੇਤੀ ਸ਼ੁਰੂ ਕਰਾਉਣ ਬਾਹਲਾ ਤੁਹਾਨੂੰ ਕਾਹਨੂੰ ਦੱਸਣਾ ਹੈ ਉਦੋਂ ਹੀ ਪਤਾ ਲੱਗਣਾ ਜਿੱਦਾਂ ਚੰਨ ਚਾੜ ਤਾਂ ਕਰਾਲੇ ਆ ਲੈਂਦੇ ਘਰਾਲੇ ਵਾਲੇ ਚੰਨ ਚਾੜਨਗੇ ਪੂਰਾ ਚਾਰ ਚੰਨ ਇੰਡਸਟਰੀ ਨੂੰ ਯਾਰ ਆਹ ਵਧੀਆ ਪਲੇਟਫਾਰਮ ਆ ਆਹ ਵਿੱਚ ਇੱਕ ਸੰਦੀਪ ਰਿਹਾਨ ਦੀ ਨਾਮ ਦੀ ਵੀ ਆਈ ਡੀ ਬਣਾਈ ਫਿਰਦਾ ਯਾਰ ਸੰਦੀਪ ਰਿਹਾਨ ਭਰਾ ਨੈੱਟ ਦਾ ਜੱਜ ਦਾ ਲਵਾਲਾ ਕਹਿੰਦਾ ਉਹ ਫੱਕ ਮੈਨ ਬੇਇੱਜ਼ਤੀ ਕਰ ਗਿਆ ਯਾਰ ਇੱਕ ਤੇਰਾ ਨੌ ਸੰਦੀਪ ਰਿਹਾਨ ਆ ਤੈਨੂੰ ਉਹ ਕਹਿ ਵੀ ਨਹੀਂ ਸਕਦੇ ਹੈਂ ਦੱਸ ਲੈ ਯਾਰ ਨੈੱਟ ਦਾ ਵੀਰੇ ਜੱਜ ਦਾ ਹੀ ਆ ਹੁਣ ਤੁਹਾਨੂੰ ਕੀ ਦੱਸੀ ਤੁਹਾਨੂੰ ਕੀ ਦੱਸੀਏ ਓਕੇ ਕਿੱਡੇ ਵੱਡੇ ਤਾਵੇਂ ਜਾਮ ਬਾਈ ਤੋਂ ਇੰਨਾ ਕਿਊਟ ਕਿਉਂ ਆਇਆ ਹਾਏ ਹਾਏ ਰੱਬ ਤੈਨੂੰ ਚੜ੍ਹਦੀ ਗੱਲਾਂ ਦੇ ਰੱਖੇ ਵੀਰ ਤੈਨੂੰ ਪਤਾ ਹੀ ਆ ਯਾਰ ਬਾਈ ਕਹਿੰਦਾ ਸ਼ਾਇਰੀ ਹੋ ਜੇ ਸ਼ਾਇਰੀ ਹੋ ਜਾਵੇ ਮੈਂ ਕਹਿੰਦਾ ਕੋਈ ਨਹੀਂ ਕਰਦੇ ਆ ਸ਼ੁਰੂ ਤੁਸੀਂ ਮਾਹੌਲ ਦੇਖਿਓ ਬਣਦਾ ਹਾਲ ਤਾਂ ਮਾੜਾ ਜਿਹਾ ਗਰਮੀ ਹੋ ਰਿਹਾ ਵਾਰਮ ਅਪ ਬ੍ਰਦਰ ਮੈਂ ਵੀ ਗਾਣੇ ਲਿਖਦਾ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਬਾਈ ਆਪਾਂ ਫਿਰ ਸਵਾਲ ਜਵਾਬ ਕਰੀ ਥੋੜੇ ਜਿਹੇ ਪਿਛਲੀ ਵਾਰੀ ਮੈਨੂੰ ਕਹਿੰਦੇ ਹਾਂਜੀ ਕਹਿੰਦੇ ਯਾਰ ਕਹਿੰਦੇ ਕੁਛ ਖਾਧਾ ਲੱਗਦਾ ਓਏਲੇ ਦਾ ਕਹਿੰਦੇ ਮੈਂ ਜੋ ਕਹਿੰਦੇ ਗੱਲ ਹੀ ਨਹੀਂ ਟੁੱਟਣ ਦਿੰਦਾ ਜੇ ਬੋਲੋ ਤੁਹਾਨੂੰ ਤਾਂ ਚੱਕਰ ਹੈ ਜੇ ਨਾ ਬੋਲੋ ਯਾਰ ਤਾਂ ਵੀ ਚੱਕਰ ਹੈ ਐਂ ਥੋੜ੍ਹੀ ਹੁੰਦਾ ਵੀਰੇ ਯਾਰ ਅਸੀਂ ਤਾਂ ਐਂ ਵੀਰੇ ਲੜੀ ਲਾਈ ਰੱਖਦੇ ਹਾਂ ਸਾਰਾ ਦਿਨ ਸਾਡਾ ਤਾਂ ਚੱਲਦਾ ਹੀ ਰਹਿੰਦਾ ਗੱਲਾਂ ਵਾਲਾ ਮਾਹੌਲ ਪੋਜ਼ਿਟਿਵ ਬੰਦੇ ਹਾਂ ਵੀਰ ਜੀ ਗੱਲਾਂ ਹੀ ਨੇ ਸਾਡੇ ਕੋਲ ਵੀਰੇ ਬਸ ਤੁਹਾਨੂੰ ਪਤਾ ਹੀ ਗੱਲਾਂ ਦਾ ਹੀ ਮੁੱਲ ਆ ਵੈਰੀ ਗੁੱਡ ਬਾਈ ਯਾਰ ਹੱਥ ਬਣਾ ਯਾਰ ਤੂੰ ਸਿਰਾ ਲਾ ਰਿਹਾ ਜਿਹੜੀ ਜੋੜੀ ਹੈ ਨਾ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਸਿਰਾ ਲਾ ਰਿਹਾ ਯਾਰ ਅੱਗ ਲੱਗੂਗੀ ਅੱਗ ਮੈਨੂੰ ਐਂ ਲੱਗਾ ਸੀ ਵੀ ਕੁਛ ਗਲਤ ਕਹਿ ਗਿਆ ਜਦੋਂ ਤੂੰ ਚੱਕਦਾ ਨਾ ਨਹੀਂ ਸਿਰਾ ਯਾਰ ਇੱਕ ਕਹਿੰਦਾ ਇੱਕ ਮਿੰਟ ਕਹਿੰਦਾ ਮੇਰੀ ਸਹੇਲੀ ਇੱਕ ਮਿੰਟ ਦੇਖਦਾ ਇਹ ਮੈਂ ਬਣਨਾ ਜ਼ਰੂਰ ਕੀ ਹੋ ਗਿਆ ਤੈਨੂੰ ਕੀ ਤਕਲੀਫ ਹੈ ਕਿੱਥੇ ਗਿਆ ਯਾਰ ਮੈਨੂੰ ਲੱਗਦਾ ਆਪ ਹੀ ਭੱਜ ਗਿਆ ਕਮੈਂਟ ਕਰਕੇ ਇੱਕ ਕਹਿੰਦਾ ਕਰਨ ਔਜਲਾ ਲੜਕੀ ਹੈ ਯਾਰ ਤੂੰ ਪਾਗਲ ਹੈ ਤੈਨੂੰ ਦਿਖਾਵਾਂ ਕੁਛ ਤੈਨੂੰ ਦਿਖਾਵਾਂ ਦੱਸ ਲੈ ਉੱਪਰੋਂ ਲੇ ਨਾਮ ਵੀ ਮੇਰਾ ਲਿਖਿਆ ਕਰਨ ਔਜਲਾ ਜੀਰੋ ਯਾਰ ਕਿੱਡਾ ਉਹ ਆ ਵੀ ਕੁਛ ਕਹਿ ਵੀ ਨਾ ਸਕੇ ਦੇਖ ਕਰਨ ਔਜਲਾ ਲੜਕੀ ਹੈ ਬਹੁਤ ਅੱਛੇ ਤੈਨੂੰ ਪਹਿਲਾਂ ਮੈਂ ਬੈਨ ਕਰਾਂ ਦੇਖ ਮੈਂ ਪਹਿਲਾਂ ਵੀ ਕਿਹਾ ਮੈਨੂੰ ਆ ਕੇ ਇੱਥੇ ਬਕਵਾਸ ਨਹੀਂ ਕਰਨੀ ਮੈਂ ਬੈਨ ਮਾਰਨਾ ਚੱਕ ਚੱਕ ਸਿੱਧਾ ਹੀ ਆ ਚੱਕ ਬੈਨ ਜਸ ਮਾਨਕ ਨਾਲ ਕਲੈਬ ਕਰੋ ਯਾਰ ਤੁਸੀਂ ਫੇਰ ਮੈਂ ਧੁਕਾਉਣ ਨੂੰ ਫਿਰਦੇ ਹੋ ਕੁਛ ਸਾਰੇ ਵਧੀਆ ਕਰ ਰਹੇ ਆ ਐਵੇਂ ਨਾ ਕਰਿਆ ਕਰੋ ਵਧੀਆ ਬਾਈ ਯਾਰ ਐਵੇਂ ਕੋਲੈਬ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਕਿਸੇ ਨਾਲ ਨਹੀਂ ਕਰਨੀ ਯਾਰ ਅਦਰ ਦੈਨ ਨਲਾਬ ਸਿਕੰਦਰ ਓ ਬ੍ਰੋ ਹੈ ਮੇਰੇ ਲਈ ਤਾਂ ਉਹ ਹੈ ਨਾ ਇੱਕ ਭਰਾਵਾਂ ਲਈ ਆ ਯਾਰ ਬਸ ਕੋਈ ਐ ਨਹੀਂ ਹੈਗਾ ਵੀ ਯਾਰ ਵੀ ਆਹ ਬੰਦਾ ਹੈ ਕਰਾਂਗੇ ਵਧੀਆ ਕੋਲੈਬਸ ਕਰਾਂਗੇ ਮਤਲਬ ਵਧੀਆ ਬੰਦਿਆਂ ਨਾਲ ਓਕੇ ਤੇ ਵਧੀਆ ਆਰਟਿਸਟਾਂ ਨਾਲ ਜਿਨ੍ਹਾਂ ਨੂੰ ਚਾਹੀਦੀਆਂ ਨੇ ਦੱਸ ਗਏ ਰਾਈਟ ਤੇ ਅੱਜ ਹੀ ਬਣਾਉਣਾ ਨਾਲੇ ਗਾਣਾ ਤੁਹਾਨੂੰ ਬਾਏ ਕਹਿੰਦੀ ਸਰ ਲੈ ਵੀ ਥੋੜਾ ਯਾਰ ਆਏ ਵਿਸ਼ੇ ਦੇ ਤੇ ਹਨਾ ਵੀ ਐ ਆਪਾਂ ਇੱਕ ਇੱਕ ਬੰਦਾ ਲਿਆ ਸਕਦੇ ਹੁੰਦੇ ਤੇ ਨਾਲ ਨਾਲ ਵੀ ਹਨਾ ਵੀ ਹਾਂ ਬਈ ਕੀ ਹਾਲ ਆ ਸਹੀ ਗੱਲ ਆ ਉਹ ਵੀ ਕਰਾਂਗੇ ਬ੍ਰੋ ਉਹ ਵੀ ਕਰ ਦੇਣਾ ਆਪਾਂ ਹੀਲਾ ਕਿਸੇ ਦਿਨ ਕਿੰਗ ਨਾਲ ਕਦੋਂ ਬ੍ਰੋ ਲਵ ਯੂ ਕਿੰਗ ਨਾਲ ਡਾਰਲਿੰਗ ਦੱਸਾਂਗੇ ਤੁਹਾਨੂੰ ਬੰਦਾ ਕਹਿੰਦਾ ਪਲੀਜ਼ ਟੇਕ ਮਾਈ ਨੇਮ ਬ੍ਰੋ ਨਾ ਦਿੰਨੇ ਵੀਰੇ ਟੇਕ ਮਾਈ ਨੇਮ ਕੀ ਨਾਮ ਸੀ ਬਾਈ ਦਾ ਬਸ ਤੇਰਾ ਕਮੈਂਟ ਪੜਦਾ ਨਹੀਂ ਲਵਰ ਬੋਏ ਕਰਨ ਆਏ
ਵੈਰੀ ਗੁੱਡ ਕਰਨ ਤਾਂ ਸਾਡਾ ਲਵਰ ਬੋਏ ਆ ਬ్రో ਇਹ ਬੰਦੇ ਪਿਆਰ ਵਾਲੇ ਆ ਸਾਡੇ ਤੁਹਾਨੂੰ ਅੱਜ ਇੱਕ ਗੱਲ ਦੱਸਦੀ ਜੇ ਅਸੀਂ ਯਾਰੀ ਵਾਲੇ ਗਾਣੇ ਇਟਸ ਧਰੁਵ ਕਹਿ ਰਿਹਾ ਸੀ ਲਵ ਯੂ ਬ్రో ਪਲੀਜ਼ ਟੇਕ ਮਾਈ ਨੇਮ ਯਾਰ ਧਰੁਵ ਡਾਰਲਿੰਗ ਲੈ ਦੱਸ ਯਾਰ ਤੂੰ ਇੰਨੇ ਪਿਆਰ ਨਾਲ ਕਿਹਾ ਤਾਂ ਕੋਈ ਚੱਕਰ ਨਹੀਂ ਪਿਆਰ ਨਾਲ ਜਾਨਵਾਂ ਗਲਾ ਭਰਾ ਤੁਹਾਡੇ ਲਈ ਗਾਣਾ ਲਿਖਿਆ ਸੋਰੀ ਯਾਰ ਹੋ ਗਿਆ ਵੀਰੇ ਯਾਰ ਮੈਨੂੰ ਪਤਾ ਤੁਸੀਂ ਸਾਰੇ ਜਿੰਨੇ ਆ ਮੇਰੇ ਭਰਾ ਰਾਈਟਰ ਨੇ ਵੀ ਤੁਹਾਨੂੰ ਆਇਆ ਹੁੰਦਾ ਵੀ ਤੁਸੀਂ ਦੱਸੋ ਮੈਂ ਲਿਖਿਆ ਮੈਨੂੰ ਭੇਜਦੇ ਵੀ ਰਹਿੰਦੇ ਆ ਕਈ ਪਰ ਚੱਕਰ ਇਹ ਆ ਡਾਰਲਿੰਗ ਵੀ ਯਾਰ ਮੈਂ ਤਾਂ ਆਪ ਲਿਖਦਾ ਵੀਰੇ ਹੈ ਨਾ ਸੋ ਤੁਸੀਂ ਆਪ ਹੀ ਮਾੜਾ ਜਿਹਾ ਮਾਰੋ ਜ਼ੋਰ ਵੀ ਐਵੇਂ ਤੰਗ ਵੀ ਨਹੀਂ ਹੋਣਾ ਯਾਰ ਮੇਰਾ ਵੀਰ ਕਈ ਵਾਰੀ ਨਾ ਬੰਦੇ ਪਤਾ ਕੀ ਹੁੰਦਾ ਵੀਰੇ ਮੈਨੂੰ ਬਹੁਤ ਮੈਸੇਜ ਆਉਂਦੇ ਆ ਵੀ ਯਾਰ ਬਾਈ ਕੀ ਕਰੀਏ ਸਾਡੇ ਗਾਣਾ ਕਢਾ ਦਿਓ ਨਾ ਇਹ ਚੱਕਰ ਐ ਵੀ ਯਾਰ ਹੁਣ ਆਪਾਂ ਵੀ ਕੌਣ ਆ ਕਢਾਉਣ ਵਾਲੇ ਪਹਿਲੀ ਗੱਲ ਦਾ ਭਾਵ ਲਿਖਦੇ ਹਾਂ ਦੂਜੀ ਗੱਲ ਹਾਂ ਵੀ ਇੱਦਾਂ ਕਈ ਵਾਰੀ ਸਬੱਬ ਬਣ ਜਾਂਦਾ ਬੰਦਾ ਕਿਤੇ ਮਿਲ ਗਿਆ ਇੱਥੇ ਕੋਈ ਮਿਲਿਆ ਬੰਦਾ ਊਂ ਆਪਾਂ ਨੂੰ ਵਧੀਆ ਲੱਗੇ ਆਪਾਂ ਹੈਲਪ ਕਰ ਸਕਦੇ ਹਾਂ ਜਿਵੇਂ ਇੱਕ ਦੋ ਬੰਦਿਆਂ ਦੀ ਪਹਿਲਾਂ ਕੀਤੀ ਆ ਇਹ ਵਿੱਕੀ ਵਰਗੇ ਹੋ ਗਏ ਹੈ ਨਾ ਵੀ ਚੱਲ ਕੋਈ ਚੱਕਰ ਨਹੀਂ ਯਾਰ ਵੀ ਮਿਲਿਆ ਸੀ ਭਰਾ ਸੀਗਾ ਆਪਾਂ ਜਿੰਨਾ ਸੀਗਾ ਕਰਤਾ ਨਹੀਂ ਹੈਗੀ ਨਹੀਂ ਹੈਗੀ ਯਾਰ ਹੁਣ ਫਾਕੇ ਹੈ ਨਾ ਚਲੋ ਜੋ ਵੀ ਪਰ ਐਂ ਹੁੰਦਾ ਵੀ ਯਾਰ ਤੁਸੀਂ ਆਪ ਹੀ ਵੀਰੇ ਜ਼ੋਰ ਮਾਰ ਸਕਦੇ ਹੋ ਐਡੇ ਵਧੀਆ ਪਲੈਟਫਾਰਮ ਨੇ ਤੁਹਾਨੂੰ ਮੇਨ ਮੇਨ ਚੀਜ਼ਾਂ ਦੱਸਦਾ ਗਾਣੇ ਤੁਹਾਨੂੰ ਲਿਖਣੇ ਆਉਂਦੇ ਆ ਜੇ ਬਣਾਉਣ ਵਾਲਾ ਕੋਈ ਬੰਦਾ ਲੱਭੋ ਪਹਿਲਾਂ ਤਾਂ ਪੈਸੇ ਨਾ ਖਰਚੋ ਕੋਈ ਐਂ ਨਹੀਂ ਹੈਗਾ ਵੀ ਬਾਈ 50,000 ਦਾ ਹੀ ਮਿਊਜ਼ਿਕ ਲੈਣਾ ਕੋਈ ਲੱਭ ਲੁੱਭ ਕੇ ਮੇਰੇ ਵਰਗਾ ਨਾ ਕਿਤੋਂ ਇੱਧਰੋਂ ਉੱਧਰੋਂ ਜਿਹਨੂੰ ਬਾਈ ਨੂੰ ਸ਼ੌਂਕ ਹੈ ਟੀਮ ਬਣਾਓ ਪਹਿਲੀ ਗੱਲ ਤਾਂ ਉਹਦੇ ਨਾਲ ਗਾਣੇ ਰਿਕਾਰਡ ਕਰੋ ਉਹ ਤੋਂ ਬਾਅਦ ਬਾਈ ਪਲੈਟਫਾਰਮ ਹੈਗੇ ਨੇ ਇੰਨੇ ਯੂਟਿਊਬ ਹੈਗਾ ਆਪਣੇ ਚੈਨਲ ਬਣਾ ਕੇ ਆਪ ਛੱਡੋ ਕਿਸੇ ਕੰਪਨੀ ਪਿੱਛੇ ਜਾਣ ਦੀ ਲੋੜ ਹੀ ਨਹੀਂ ਹੈਗੀ ਸਿੱਧੀ ਐਡਵਾਈਸ ਸਿੱਧਾ ਹੋਇਆ ਵੀਰੇ ਜੇ ਤੁਹਾਡੇ 'ਚ ਟੈਲੈਂਟ ਆ ਨਾ ਤੁਹਾਨੂੰ ਕੋਈ ਚੀਜ਼ ਨਹੀਂ ਹੈਗੀ ਜਿਹੜੀ ਰੋਕ ਦੂਗੀ ਚੱਲਣਾ ਹੀ ਚੱਲਣਾ ਤੁਸੀਂ ਮੰਨ ਲਓ ਵੀ ਕੋਈ ਚੱਕਰ ਹੀ ਨਹੀਂ ਹੈਗਾ ਕਦੇ ਦਾ ਟਾਈਮ ਆਊਗਾ ਪਰ ਬਾਈ ਜੇ ਨਹੀਂ ਹੈਗਾ ਤਾਂ ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜਾਣਾ ਜੇ ਬੰਦੇ ਨੂੰ ਆਪ ਪਤਾ ਲੱਗ ਜਾਵੇ ਤਾਂ ਆਪਣਾ ਟਾਈਮ ਨਾਲ ਕਰੇ ਦੇਖੋ ਬ్రో ਗੱਲ ਇੱਦਾਂ ਕਿ ਪਹਿਲਾਂ ਟਾਈਮਾਂ 'ਚ ਪਹਿਲਾਂ ਕੰਪਨੀਆਂ ਦੇ ਆਡੀਸ਼ਨ ਦੇਣੇ ਪੈਂਦੇ ਸੀ ਕੋਈ ਮੰਨਦਾ ਸੀ ਕੋਈ ਨਹੀਂ ਮੰਨਦਾ ਸੀ ਉਹਨਾਂ ਟਾਈਮਾਂ 'ਚ ਬਹੁਤ ਔਖਾ ਸੀਗਾ ਉਹਨਾਂ ਟਾਈਮਾਂ 'ਚ ਸਿੰਗਰ ਨੂੰ ਜਿਵੇਂ ਹੁਣ ਤੁਸੀਂ ਬਾਈ ਯਾਰ ਆਪਣੇ ਸੌਰੀ ਤੁਹਾਡੀ ਗੱਲ ਕੱਟੀ ਜਿਵੇਂ ਪਹਿਲਾਂ ਤੁਸੀਂ ਨਾ ਹੁਣ ਆਪਣੇ ਫਾਦਰ ਸਾਹਿਬ ਨਾਲ ਬਹੁਤ ਟਾਈਮ ਗੁਜ਼ਾਰਿਆ ਸਰਦੂਲ ਜੀ ਨਾਲ ਹੈ ਨਾ ਵੀ ਮਾਤਾ ਜੀ ਨਾਲ ਵੀ ਅਮਰਨੂਰੀ ਜੀ ਨਾਲ ਹੈ ਨਾ ਵੀ ਤੁਸੀਂ ਵੀ ਲਿਟਰਲੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਦੋਂ ਮੈਂ ਨਾਮ ਲੈਂਦਾ ਮੈਨੂੰ ਹੈ ਨਾ ਵੀ ਐਂ ਹੁੰਦਾ ਵੀ ਉਹਨਾਂ ਦੀ ਫੈਮਿਲੀ ਦਾ ਵਾਰਸ ਇੱਥੇ ਬੈਠਾ ਨਾ ਪਰ ਹਾਂ 100% ਪਰ ਤੁਸੀਂ ਵੀ ਜਿੰਨਾ ਕੁਛ ਵਿਟਨੈਸ ਕੀਤਾ ਵੀ ਤੁਹਾਡਾ ਕੋਈ ਇੱਦਾਂ ਦਾ ਐਕਸਪੀਰੀਅੰਸ ਰਿਹਾ ਹੋਵੇ ਕੋਈ ਸਟੋਰੀ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਵੀ ਕੋਈ ਮਹਿਫਲ ਹੋ ਗਈ ਜਾਂ ਕੋਈ ਗੱਲ ਤੁਹਾਡੇ ਚੇਤੇ ਹੋਵੇ ਤੁਹਾਡੇ ਫਾਦਰ ਸਾਹਿਬ ਦੀ ਵੀ ਜਾਂ ਕੁਛ ਵੀ ਹੈ ਸਰਦੂਲ ਜੀ ਨੇ ਕਦੇ ਤੁਹਾਨੂੰ ਕਿਹਾ ਹੋਵੇ ਕੁਛ ਵੀ ਕੁਛ ਸਾਂਝਾ ਕਰਨਾ ਚਾਹੋਗੇ ਵੀ ਜਾਂ ਕੋਈ ਮੂਮੈਂਟ ਤਾਂ ਇੱਧਰ ਨੇੜੇ ਆ ਗਿਆ ਮੂਮੈਂਟ ਤਾਂ ਐਸੇ ਐਸੇ ਨੇ ਕਿ ਜਿਹਦੇ ਵਿੱਚ ਆਈ ਗੈਸ ਹਰੇਕ ਲੈਸਨ ਉਹਨਾਂ ਦੇ ਹਰੇਕ ਬੋਲਣ 'ਚ ਕੋਈ ਨਾ ਕੋਈ ਲੈਸਨ ਹੁੰਦਾ ਸੀਗਾ ਵੱਡੇ ਬੰਦੇ ਆ ਵੱਡੀਆਂ ਗੱਲਾਂ ਵੱਡੀ ਦੁਨੀਆ ਸੀ ਉਹਨਾਂ ਦੀ ਰਾਈਟ ਆਈ ਆਲਵੇਸ ਸੇ ਦੈਟ ਨੋਟ ਬਿਕੋਜ਼ ਹੀ ਵਾਸ ਮਾਈ ਫਾਦਰ ਬਟ ਜਸਟ ਬਿਕੋਜ਼ ਉਹ ਇੱਕ ਬਹੁਤ ਵੱਡੇ ਉਸਤਾਦ ਵੀ ਸੀ ਆਰਟਿਸਟ ਵੀ ਸੀ ਉਹਨਾਂ ਨੇ ਜਦੋਂ ਵੀ ਗੱਲ ਕਰਨੀ ਹੈ ਜਦੋਂ ਐਸਾ ਬੰਦਾ ਕੋਈ ਮੂੰਹ 'ਚੋਂ ਗੱਲ ਕਰਦਾ ਉਹ ਗੱਲ 'ਚੋਂ ਹੀ 1,000 ਲੈਸਨ ਨਿਕਲੇ ਹੁੰਦੇ ਆ ਪਰ ਭਾਜੀ ਜੈਨੂਇਨਲੀ ਟੈਲਿੰਗ ਯੂ ਦੇਰ ਇਜ਼ ਅ ਵੈਰੀ ਪਰਟੀਕੁਲਰ ਮਹਿਫਿਲ ਮੈਂ ਬਹੁਤ ਜਲਦੀ ਉਹ ਸ਼ੇਅਰ ਵੀ ਕਰਨੀ ਹੈ ਸਾਰੇ ਨਾਲ ਥੋੜ੍ਹੀ ਜਿਹੀ ਇੱਕ ਸੈਡ ਮੂਮੈਂਟ ਸੀਗੀ ਸਾਡੇ ਵਾਸਤੇ ਉਹ ਮਾਈ ਤਾਇਆ ਜੀ ਹੈਜ਼ ਜਸਟ ਪਾਸਡ ਅਵੇ ਓਹੋ ਐਂਡ ਉਸ ਤੋਂ ਬਾਅਦ ਅਸੀਂ ਸਾਰੇ ਘਰ ਬੈਠੇ ਸੀਗੇ ਥੋੜ੍ਹਾ ਜਿਹਾ ਗਮਗੀਨ ਮਾਹੌਲ ਸੀਗਾ ਬਟ ਦੈਨ ਡੈਡ ਵਾਜ਼ ਰਿਮੈਂਬਰਿੰਗ ਹਿਮ ਉਹਨਾਂ ਨੇ ਸਾਨੂੰ ਉਹ ਗੱਲਾਂ ਦੱਸੀਆਂ ਕਿ ਅਸੀਂ ਕਿਵੇਂ ਸਟਰਗਲ ਕੀਤਾ ਸਟਾਰਟਿੰਗ ਦੇ ਵਿੱਚ ਕਿਵੇਂ ਉਹਨਾਂ ਨੇ ਮੇਰੀ ਆਡੀਸ਼ਨ 'ਚ ਹੈਲਪ ਕੀਤੀ ਕਿਵੇਂ ਮੈਂ ਜਾ ਕੇ ਸਫ਼ਰ ਕਰਦਾ ਸੀ ਮੈਨੂੰ ਉਹ ਮੂਮੈਂਟ ਨਹੀਂ ਭੁੱਲਦਾ ਬ్రో ਜਦੋਂ ਉਹਨਾਂ ਨੇ ਬਾਜਾ ਲੈ ਕੇ ਉਹ ਮਹਿਫਿਲ ਲਾਈ ਉਦੋਂ ਉਸੇ ਮਹਿਫਿਲ ਦੇ ਵਿੱਚ ਦ ਗ੍ਰੇਟ ਹੰਸ ਰਾਜ ਹੰਸ ਜੀ ਵੀ ਉੱਥੇ ਸੀਗੇ ਐਂਡ ਜਦੋਂ ਇਹਨਾਂ ਦੋਨਾਂ ਨੂੰ ਮੈਂ ਇਕੱਠੇ ਦੇਖਿਆ ਉਹ ਸਾਰੀਆਂ ਪੁਰਾਣੀਆਂ ਗੱਲਾਂ ਦੇਖੀਆਂ ਆਪਸ 'ਚ ਸ਼ੇਅਰ ਕਰਦੇ ਨੂੰ ਦੈਨ ਉਹਨਾਂ ਨੇ ਕਿਹਾ ਕਹਿੰਦੇ ਬੇਟੇ ਜਿੱਥੋਂ ਅਸੀਂ ਤੁਰੇ ਹਾਂ ਨਾ ਮਤਲਬ ਟਰੱਸਟ ਮੀ ਲਾਈਫ ਪਰਮਾਤਮਾ ਨੇ ਆਉਣ ਵਾਲੇ ਆਰਟਿਸਟਾਂ ਵਾਸਤੇ ਬਹੁਤ ਸੌਖੀ ਕਰਤੀ ਆ ਹੁਣ ਤੁਹਾਨੂੰ ਕਿਸੇ ਦੇ ਹਾੜੇ ਕੱਢਣ ਦੀ ਲੋੜ ਨਹੀਂ ਤੁਹਾਡੇ ਸਟ੍ਰੀਮ ਤੁਹਾਡੇ ਆਪਣੇ ਸਿਰ 'ਤੇ ਚੱਲਦਾ ਸਾਡੇ ਟਾਈਮ 'ਤੇ ਪਤਾ ਨਹੀਂ ਕਿਹਦੀਆਂ ਕਿਹਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਸੀ ਕੋਈ ਮੰਨਦਾ ਨਹੀਂ ਸੀ ਕੋਈ ਪ੍ਰੋਡਿਊਸਰ ਪੈਸਾ ਨਹੀਂ ਸੀ ਲਾਉਂਦਾ ਹੁਣ ਤਾਂ ਸੌਖਾ ਬਹੁਤ ਹੋ ਗਿਆ ਸੋ ਆਈ ਗੈਸ ਉਹਨਾਂ ਦਾ ਵਿਜ਼ਡਮ ਜਿਹੜਾ ਭਾਅ ਜੀ ਉਹ ਹਾਰਡ ਵੀ ਉਨਾ ਹੀ ਸੀਗਾ ਉਹਨਾਂ ਟਾਈਮ ਵੀ ਉਨਾ ਔਖਾ ਸੀਗਾ ਐਂਡ ਅੱਜ ਦੇ ਟਾਈਮ 'ਤੇ ਹੁਣ ਜਿੰਨੇ ਵੀ ਲੋਕ ਕਹਿ ਰਹੇ ਆ ਵੀ ਅਸੀਂ ਗਾਣੇ ਲਿਖੇ ਆ ਬਾਈ ਬਾਈ ਗਾਓ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਗਾ ਸਕਦੇ ਹੋ ਵੀ ਇਨਕਰੇਜ ਮਿਊਜ਼ਿਕ ਅਸੀਂ ਕਦੇ ਨਹੀਂ ਕਹਿੰਦੇ ਤੁਸੀਂ ਨਾ ਗਾਓ ਤੁਸੀਂ ਛੱਡ ਦਿਉ ਤੁਸੀਂ ਰਹਿਣ ਦਿਉ ਐਵਰੀਬਡੀ ਹੂ ਡਜ਼ ਮਿਊਜ਼ਿਕ ਅਸੀਂ ਇਨਕਰੇਜ ਕਰਦੇ ਤੁਸੀਂ ਕਰੋ ਸੋ ਇਟਸ ਵੇ ਈਜ਼ੀਅਰ ਨਾਓਡੇਜ਼ ਯਾ ਤੇ ਤੁਹਾਡਾ ਪਹਿਲਾਂ ਜਦੋਂ ਤੁਸੀਂ ਮੰਨ ਲਓ ਵੀ ਜਦੋਂ ਚਲੋ ਤੁਹਾਨੂੰ ਸੁਰਤ ਆਈ ਵੀ ਮੰਨ ਲਓ 10 ਸਾਲ ਦੇ ਜਵਾਕ ਨੂੰ ਮਿਲਣਾ ਤਾਂ ਸੁਰਤ ਜੀ ਆਏ ਹਾਂਜੀ ਹਾਂਜੀ ਵੀ ਜਦੋਂ ਤੁਹਾਨੂੰ ਪਹਿਲਾਂ ਪਤਾ ਲੱਗਣ ਲੱਗਿਆ ਵੀ ਮੇਰੇ ਮੋਮ ਡੈਡ ਵੀ ਕਲਾਕਾਰ ਨੇ ਬੇਸਿਕਲੀ ਯੂ ਨੋ ਚਾਂਸ ਵੀ ਲਾਈਕ ਕਲਾ ਵੀ ਮੈਂ ਕਲਾਕਾਰਾਂ ਦੀ ਫੈਮਿਲੀ 'ਚੋਂ ਉਹ ਫੀਲਿੰਗ ਕਿੱਦਾਂ ਦੀ ਸੀ ਕੁਛ ਚੇਤੇ ਆ ਮਾੜਾ ਮਾੜਾ ਵੀ ਫਿਰ ਜਦੋਂ ਤੁਸੀਂ ਸੋਚਿਆ ਵੀ ਮੈਂ ਸਾਜ਼ ਵਜਾਉਣੇ ਸਿੱਖੂੰਗਾ ਕਿ ਉਹ ਤੋਂ ਵੀ ਪਹਿਲਾਂ ਸੀ 10 ਸਾਲ ਤੋਂ ਤੁਸੀਂ ਲਾ ਲਓ ਕਿ ਜਦੋਂ ਸਾਨੂੰ ਅਹਿਸਾਸ ਜਿਹਾ ਉਦੋਂ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਅਸੀਂ ਇਹ ਚੀਜ਼ ਦੇਖੀ ਕਿ
ਹਰੇਕ ਬੰਦੇ ਨੂੰ ਮੇਰੇ ਮਾਂ ਪਿਓ ਦਾ ਨਾਮ ਪਤਾ, ਹਰੇਕ ਬੰਦੇ ਕੋਲ ਜਾਈਏ ਉਹ ਇਹੀ ਕਹਿੰਦਾ ਸੀ ਤੁਸੀਂ ਸਰਦੂਲ ਸਿਕੰਦਰ ਜੀ ਦੇ ਬੇਟੇ, ਅਮਰਨੂਰ ਜੀ ਦੇ ਬੇਟੇ ਆ। ਸਾਨੂੰ ਇਹ ਹੁਣ ਲੱਗ ਗਿਆ ਸੀਗਾ ਜਦੋਂ ਸੁਰਤ ਜੀ ਆਉਂਦੀ ਬੰਦੇ ਨੂੰ, ਯਾਰ ਮੇਰੇ ਪੇਰੈਂਟਸ ਨੂੰ ਇੰਨੇ ਲੋਕ ਜਾਣਦੇ ਕਿਵੇਂ ਆ। ਫਿਰ ਤੁਹਾਨੂੰ ਅਹਿਸਾਸ ਹੁੰਦਾ ਕਿ ਉਹ ਸਿਰਫ ਮੰਮੀ ਪਾਪਾ ਨਹੀਂ ਆ, ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਬੈਠੇ ਆ, ਪਿਆਰ ਕਰਨ ਵਾਲੇ ਬੈਠੇ ਆ। ਸੋ ਬ੍ਰੋ ਉਦੋਂ ਜਿਹੜੀ ਤੁਸੀਂ ਗੱਲ ਕੀ ਮਿਊਜ਼ਿਕ ਦੀ ਨਾ, ਉਹ ਤਾਂ ਤੁਸੀਂ ਲਾ ਲਓ ਘਰੇ ਮਾਹੌਲ ਹੀ ਇੱਦਾਂ ਦਾ ਸੀਗਾ। ਸਾਡੇ ਖਿਡੌਣੇ ਜਿਹੜੇ ਸੀਗੇ, ਖਿਡੌਣੇ ਹੀ ਸਾਡੇ ਸਾਜ ਹੁੰਦੇ ਸੀ, ਕਦੇ ਬਾਜਾ ਫੜ ਲਿਆ, ਕਦੇ ਤਬਲਾ ਫੜ ਲਿਆ, ਕਦੇ ਗਿਟਾਰ ਫੜ ਲਿਆ। ਸੋ ਇੱਕ ਬਲੈਸਿੰਗ ਸੀਗੀ ਉਸ ਪਰਿਵਾਰ 'ਚ ਜੰਮਣਾ, ਐਂਡ ਮੈਨੂੰ ਨਹੀਂ ਲੱਗਦਾ ਬਰੋਸ ਕੀ ਜੇ ਮੈਂ ਉੱਦਾਂ ਕਦੇ ਵੀ ਕਿਤੇ ਹੋਰ ਪਰਿਵਾਰ 'ਚ ਜਨਮ ਲਿਆ ਹੁੰਦਾ ਇਸ ਰੂਹ ਨੇ, ਤਾਂ ਸ਼ਾਇਦ ਮਿਊਜ਼ਿਕ ਵੱਲ ਇੰਨਾ ਰੁਝਾਨ ਹੁੰਦਾ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਬਲੈਸਿੰਗ ਹੈ ਇਹਦੇ ਪਿੱਛੇ। ਵੈਰੀ ਗੁੱਡ। ਅਸੀਂ ਤਾਂ ਬਾਈ ਬੰਟੇ ਖੇਡੇ ਆ ਯਾਰ। ਬ੍ਰੋ ਬੰਟੇ ਦੇਖੋ ਜਿਹੜੇ ਹਿਸਾਬ ਨਾਲ ਬਾਈ ਨੇ ਬੰਟੇ ਖੇਡੇ ਆ ਨਾ, ਅੱਜ ਵੀ ਇੰਡਸਟਰੀ 'ਚ ਬੰਟੇ ਜਾਣਦੇ ਆ ਪੂਰੇ ਹਿਸਾਬ ਨਾਲ ਬੰਟੇ। ਨਹੀਂ ਵੀਰੇ ਦੇਖੋ ਸਿੱਧੀ ਗੱਲ ਸੀ, ਆਪਾਂ ਤਾਂ ਬਹੁਤ ਖੁਸ਼ਕਿਸਮਤ ਵੀ ਆਪਾਂ ਮਿਲੇ। ਆਈ ਨੋ, ਮੈਂ ਤਾਂ ਸੋਚਦਾ ਹੁੰਦਾ ਸੀ ਸਰਦੂਲ ਜੀ ਨਾਲ, ਮੇਰਾ ਡ੍ਰੀਮ ਸੀਗਾ ਇੱਕ ਵਾਰੀ ਮਿਲਣਾ, ਚਲੋ ਮੇਰੀ ਕਿਸਮਤ 'ਚ ਨਹੀਂ ਸੀ ਲਿਖਿਆ ਹੈ ਨਾ, ਚਲੋ ਜੋ ਵੀ ਹੁੰਦਾ ਇਟਸ ਓਕੇ ਹੈ ਨਾ, ਹੁਣ ਰੱਬ ਦੀ ਰਜ਼ਾ ਆਪਾਂ ਇਹਨੂੰ ਕੁਛ ਨਹੀਂ ਕਰ ਸਕਦੇ। ਪਰ ਨੂਰੀ ਜੀ ਨੂੰ ਮੈਂ ਮਿਲਿਆ, ਮੇਰਾ ਬਹੁਤ ਮਤਲਬ ਵੀ ਹੈ ਨਾ, ਵੀ ਲਾਈਕ ਵੀ ਸੱਚੀ ਮਨ ਖਿੜਿਆ ਨਹੀਂ ਹੁੰਦਾ ਇੱਕ ਵਾਰੀ ਵੀ ਯਾਰ ਐਂ ਹੁੰਦਾ ਵੀ ਯਾਰ ਸਵਾਦ ਆ ਗਿਆ ਸੌਂ ਲੱਗੇ। ਬ੍ਰੋ ਪਾਪਾ ਤੁਹਾਡੇ ਗਾਣੇ ਜਿੰਨੀ ਦੇਰ ਵੀ ਸੁਣਦੇ ਸੀ ਨਾ, ਇੱਕੋ ਵਰਡ ਕਹਿੰਦੇ ਹੁੰਦੇ ਸੀ। ਮੈਂ ਕੋਈ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਬ੍ਰੋ ਦੇ ਨਾਲ ਬੈਠਾ, ਮੈਂ ਪਹਿਲੀ ਵਾਰ ਵੀ ਜਿੰਨੇ ਸਾਨੂੰ ਬਾਈਆਂ ਨੇ ਮਿਲਾਇਆ ਜਿਨ੍ਹਾਂ ਦੇ ਵਿੱਚ ਸਾਡੇ ਮਿਊਚੁਅਲ ਫਰੈਂਡ ਸੀ, ਮੈਂ ਸਾਰਿਆਂ ਨਾਲ ਗੱਲ ਕੀਤੀ ਆ ਕਿ ਪਾਪਾ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀ ਤੁਹਾਡਾ ਨਾਲ, ਕਹਿੰਦੇ ਯਾਰ ਉਹਦੇ ਗਾਣਿਆਂ 'ਚ ਨਾ ਅਸਰ, ਉਹ ਜਦੋਂ ਲਿਖਦਾ ਨਾ ਉਹਦੀ ਲਿਖਤ 'ਚ ਅਸਰ ਹੈ, ਗੱਲ ਦਿਲ ਨੂੰ ਟੱਚ ਕਰਦੀ, ਇੱਕ ਗੱਲ ਦਾ ਮਤਲਬ ਬਣਦਾ। ਐਂਡ ਪਾਪਾ ਹਮੇਸ਼ਾ ਚੰਗੇ ਟੈਲੈਂਟ ਨੂੰ ਪ੍ਰਮੋਟ ਕਰਦੇ ਸੀ, ਉਹਨਾਂ ਨੂੰ ਹਮੇਸ਼ਾ ਪੁਸ਼ ਕਰਦੇ ਸੀ, ਔਰ ਇਹੀ ਪਿਆਰ ਆ ਭਾਜੀ ਮਿਊਜ਼ਿਕਲੀ, ਚਾਹੇ ਉਹ ਨਵਾਂ ਹੋਵੇ ਬੰਦਾ, ਚਾਹੇ ਪੁਰਾਣਾ ਹੋਵੇ, ਆਲਵੇਜ਼ ਅਪਰੀਸ਼ੀਏਟ ਵਾਟਸ ਗੁੱਡ, ਰਾਈਟ? ਥੈਂਕ ਯੂ ਭਾਈ, ਕੀ ਬਾਤ ਆ ਯਾਰ। ਕੀ ਕਹਿੰਦੇ ਨੇ ਲੋਕੀ? ਲੱਸੀ ਯਾ ਵਧੀਆ ਚੱਲ ਰਿਹਾ ਯਾਰ ਬਾਈ, ਉਹ ਲਵ ਫਰੋਮ ਪਾਕਿਸਤਾਨ ਤੋਂ ਵੀ ਦੇਖ ਰਿਹਾ ਬੰਦੇ, ਕੀ ਬਾਤ ਹੈ ਯਾਰ। ਕਹਿੰਦਾ ਬਾਈ ਦੀ ਬੀਕਾਨੇਰੀ ਫੀਮ ਖਾਧੀ ਲੱਗਦੀ, ਹਾਲ ਤਾਂ ਮੈਂ ਖਾਧੀ ਨਹੀਂ, ਤੈਨੂੰ ਕੀ ਦੱਸਾਂ ਮੈਂ, ਮੈਂ ਵੀ ਜਾਣ ਕੇ ਆਹੀ ਪੜ੍ਹਦਾ ਉਹਨਾਂ ਕਮੈਂਟ ਜਿਹੜੇ ਟਿੱਚ ਜੇ ਵੀ ਡਾਰਲਿੰਗ ਯਾਰ ਤੁਹਾਨੂੰ ਲੱਗਦਾ ਮੈਨੂੰ ਦੀਂਦਾ ਨਹੀਂ ਹੈ, ਸਭ ਦੇਖ ਰਿਹਾ ਆਪ ਨੂੰ ਗੋ ਇੰਨਾ ਸੋਚਣਾ ਬਰੀਕ ਨਾ ਕਰੋ। ਇੱਕ ਮੈਂ ਹੋਰ ਗਾਣਾ ਮੇਰਾ ਮੂਹਰੇ ਆ ਰਿਹਾ, ਉਹ ਚ ਮੈਂ ਲਿਖਿਆ ਸੀ ਆਰ ਨੇ ਫਸਟ ਸ਼ੋ ਡਿੱਠੀ ਯੂ ਬਾਜ ਤੇਰੀ ਸੋਹਣੀ ਏ ਸਰੀਲੀ ਨੂਹਰੀ ਵਰਗੀ, ਜਦੋਂ ਲੱਕ ਹਿੱਲਦਾ ਉਦੋਂ ਤਨ ਹੋਰਾ ਲੱਗਦੀ। ਬਾਜ ਤੇਰੀ ਸੋਹਣੀ ਏ ਸਰੀਲੀ ਨੂਰੀ ਵਰਗੀ, ਜਦੋਂ ਲੱਕ ਹਿੱਲਦਾ ਉਦੋਂ ਤਨ ਹੋਰਾ ਲੱਗਦੀ। ਵਧੀਆ ਚੀਜ਼, ਇਹ ਵੀ ਕੋਈ ਨੀ ਛੱਡਾਂਗੇ। ਮਹਾਰਾਜ ਤੁਸੀਂ ਜੋ ਲਿਖਦੇ ਹੋ ਨਾ, ਨਹੀਂ ਲਵ ਯੂ ਭਾਈ ਹੁੰਦੇ ਕਹਿਣ ਨੂੰ, ਮੈਨੂੰ ਮੇਰੇ ਯਾਰਾਂ ਨੂੰ ਪਤਾ ਜਿਹੜੇ ਇੱਥੇ ਸਟ੍ਰੀਮ 'ਚ ਦੇਖ ਰਹੇ ਹੋਣੇ, ਉਹਨਾਂ ਨੂੰ ਪਤਾ 24 ਘੰਟੇ ਰਾਤ ਨੂੰ ਗੇੜੀਆਂ 'ਚ ਕਿਹਦੇ ਗਾਣੇ ਚੱਲਦੇ ਆ ਵੀ ਬ੍ਰੋ, ਬਾਬਾ ਲਿਖਾ ਰਿਹਾ ਆ ਲੈ, ਆ ਹੋਰ ਸਾਨੂੰ ਕੀ ਸਬੂਤ ਦਿਖਾਈਏ, ਆ ਸਾਡਾ ਜਾਂਦੇ ਸਾਰੀ ਸਪੋਟੀਫਾਈ ਖੋਲਦੇ ਸਾਰੀ ਪਹਿਲਾ ਨਾਮ ਕਿਹਦਾ ਹੁੰਦਾ ਉਹ ਦੇਖੋ। ਵੈਰੀ ਗੁੱਡ, ਸਪੋਟੀਫਾਈ ਤੇ ਸਾਰੇ ਕਰ ਲਓ ਮੇਰਾ ਵੀਰ, ਸਟ੍ਰੀਮ ਸਟ੍ਰੀਮ ਕਰੋ ਆਪਣੀ, 4 ਯੂ ਵੀ 50 ਮਿਲੀਅਨ ਪਲੱਸ ਸਟ੍ਰੀਮਾਂ ਟੱਪ ਗਈ ਬਾਈ ਜੀ, 50 ਮਿਲੀਅਨ ਪਲੱਸ ਸਟ੍ਰੀਮਸ ਆ ਸੋ ਸਪ ਇਨ 40 ਡੇਜ਼। ਲੁੱਕ ਐਟ ਦਿਸ, ਹੂਸ ਦ ਫਰਸਟ ਆਰਟਿਸਟ? ਆਈ ਲਾਈਕ ਦਟ, ਕਰਨ ਔਜਲਾ, ਕਰਨ ਔਜਲਾ ਬ్రో ਨੰਬਰ 1, ਝੂਠ ਨਹੀਂ ਬੋਲ ਰਿਹਾ ਵੀ ਬੰਦਾ, ਸਹੀ ਗੱਲ ਹੈ, ਸਹੀ ਆ ਬਾਈ, ਸਹੀ ਝੂਠ ਬੋਲਦੇ ਨਹੀਂ, ਦਿਖਾ ਵੀ ਦਿੰਨੇ ਆ। ਵੈਰੀ ਗੁੱਡ, ਆ ਦੇਖੋ ਦਿਖਾਓ ਮੜਾ ਆ, ਆ ਦੇ ਆ ਦੇ, ਓ ਭਾਈ ਫੋਕਸ ਨੂੰ ਬੋਲੇਗਾ, ਕਮਾਈਏ ਥੋੜਾ ਜਿਹਾ, ਥੋੜਾ ਜਿਹਾ ਕਮਾਓ, ਦੇਖ ਰਿਹਾ ਕਿ ਨਹੀਂ, ਅਸੀਂ ਸਕਰੀਨਸ਼ਾਟ ਪਾ ਦਾਂਗੇ ਚੱਕ ਕੇ ਦੇਖੀਏ, ਬਹੁਤ ਹੀ ਗੱਲ ਹੈ ਤਾਂ, ਸਹੀ ਗੱਲ ਹੈ, ਕੋਈ ਨਹੀਂ ਬਾਈ, ਮੈਂ ਕਹਿਤਾ ਵੀ ਹੈਗਾ ਸੀ ਯਾਰ, ਹੈਗਾ ਸੀ ਯਾਰ, ਅਸੀਂ ਕਹਿਤਾ ਹੈਗਾ ਸੀ, ਤੁਹਾਨੂੰ ਮੰਨਣੀ ਪੈਣੀ ਹੈ ਸਾਡੀ ਬਸ, ਹੋਰ ਕੀ, ਕਿਸ ਵੇਅਰ ਦ ਬਾਸ ਇਨ ਦ ਟਾਊਨ। ਕਹਿੰਦਾ ਬਾਈ ਵਿਆਹ ਤੇ ਹਲਵਾਈ ਕਿਹੜਾ ਲਾਇਆ ਬਾਈ, ਹਲਵਾਈ ਤਾਂ ਕੀ ਦੱਸੀਏ, ਹਲਵਾਈ ਸੀਗਾ ਬਾਈ, ਦੇਖ ਗਿਆ ਦੇਖ ਗਿਆ, ਬਹੁਤ ਐਫਰਟ ਕੀਤਾ ਬਾਈ, ਬਹੁਤ ਐਫਰਟ ਕੀਤਾ ਯਾਰ, ਆਪਾਂ ਨਾ ਪੋਡਕਾਸਟ ਸ਼ੁਰੂ ਕਰਨੇ ਆ ਯਾਰ, ਕਰ ਦੋ ਯਾਰ, ਡੇਲੀ ਲਾਈਫ 'ਚ ਨਾ ਯਾਰ, ਆਪਾਂ ਵੀ ਲਾਈਕ ਯੂ ਨੋ ਬ੍ਰਿੰਗ ਸਮਬਡੀ ਇਨ, ਰਾਈਟ, ਲਾਈਕ ਅਸਲ ਲਾਈਫ ਦੀਆਂ ਗੱਲਾਂ, ਜ਼ਿਆਦਾ ਵੀ ਸਿੱਕ ਬ੍ਰੋ, ਕਿਉਂਕਿ ਯਾਰ ਵੀ ਐਂ ਮੋਸਟਲੀ ਨਾ ਯਾਰ ਆਪਣੇ ਨਾ ਬੰਦਿਆਂ ਨੂੰ ਜਿਵੇਂ ਆਰਟਿਸਟ, ਉੱਦਾਂ ਆਪਣੇ ਆਰਟਿਸਟਾਂ ਨੂੰ ਅਸੀਂ ਵੀ ਪਹਿਲਾਂ ਬਹੁਤ ਕੀਤਾ ਵੀ ਇੱਕ ਨਾ ਤੈਨੂੰ ਇੱਕ ਜਿਹੜੀ ਇਮੇਜ ਆ ਉਹ ਕੈਰੀ ਕਰਨੀ ਪੈਂਦੀ ਹੈ ਵੀ ਮੈਂ ਇੱਦਾਂ ਦਾ,
ਪਰ ਯਾਰ ਪਹਿਲੇ 6-7 ਮਹੀਨੇ ਸਾਲ ਡੇਢ ਸਾਲ ਕਰਦਾ ਬੰਦਾ, ਪਰ ਤੂੰ ਕਿੰਨਾ ਚਿਰ ਉਹ ਚੀਜ਼ ਨੂੰ ਕੈਰੀ ਕਰੂੰਗਾ? ਜਿੱਦਾਂ ਦਾ ਤੂੰ ਅਸਲੀ ਹੈਗਾ ਉੱਦਾਂ ਦਾ ਦਿਖਾ, ਹਨਾ? ਐਗਜੈਕਟਲੀ. ਪਰ ਚੱਕਰ ਆਏ ਆ ਵੀ ਆਰਟਿਸਟ ਨੂੰ ਜੇ ਤੂੰ ਬਾਹਲਾ, ਮੈਂ ਨਾ ਅੱਗੇ ਜਮਾਂ ਲਾਈਵ ਲੂਈਵ ਨਹੀਂ ਸੀ ਜਾਂਦਾ ਹੁੰਦਾ ਵੀ, ਬਹੁਤ ਘੱਟ ਲਾਈਵ ਗਾ. ਮੈਨੂੰ ਉਹਨਾਂ ਨੇ ਕਹਿ ਦੇਣਾ ਵੀ ਲਾਈਵ ਲੂਈਵ ਹੋ, ਸਪੈਸ਼ਲੀ ਸਾਲ ਡੇਢ ਸਾਲ ਪਹਿਲਾਂ, ਹੈ ਨਾ, ਅਤੇ ਬੀ ਟੀ ਐਫ ਯੂ ਤੋਂ ਪਹਿਲਾਂ ਸਪੈਸ਼ਲੀ, ਵੀ ਜਿੰਨੇ ਸਿੰਗਲ ਟਰੈਕ ਆਏ ਕਦੇ ਲਾਈਵ ਨਹੀਂ ਗਿਆ ਹੈਗਾ. ਮੈਂ ਕਦੇ ਫੈਨਾਂ ਨੇ ਕਹਿਣਾ ਵੀ ਯਾਰ ਲਾਈਵ ਨਹੀਂ ਆਉਣਾ, ਵੀ ਯੇ ਵੋ, ਹੈ ਨਾ, ਜਿੰਨੇ ਫੈਨ ਫੂਨ ਪੇਜ ਵਾਲੇ ਹੁੰਦੇ ਸੀ. ਅਤੇ ਮੈਂ ਕਿਹਾ ਯਾਰ ਵੀ ਯਾਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਗੱਲ ਕੀ ਕਰਾਂ. ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਵੀ ਗੱਲ ਕੀ ਕਰਨ ਦੀ ਲੋੜ ਆ, ਬਸ ਬਟਨ ਦੱਬੋ, ਮਗਜ ਮਾਰਨਾ ਸ਼ੁਰੂ ਵੀ ਆਈ ਆ, ਹੈ ਨਾ, ਵੀ ਚੱਕਰ ਆਇਆ. ਚਲੋ ਯਾਰ ਲੌਂਗ ਸਟੋਰੀ ਸ਼ੋਰਟ, ਵੀ ਯਾਰ ਬੰਦੇ ਨੂੰ ਆਪਣੇ ਵਰਗਾ ਹੋਣਾ ਚਾਹੀਦਾ. ਅਤੇ ਯਾਰ ਤੁਹਾਨੂੰ ਪਤਾ ਹੋਵੇ ਤਾਂ ਅਸੀਂ ਯਾਰ ਐਂ ਬਬਲੀ ਜਿਹੇ ਮਾਹੌਲ ਦੇ ਖਿੜਖੜੇ ਜਿਹੇ ਬੰਦੇ ਹਾਂ ਯਾਰ. ਸਾਨੂੰ ਐਂ ਹੁੰਦਾ ਵੀ ਕੋਈ ਟੈਨਸ਼ਨ ਨਾ ਹੋਵੇ ਯਾਰ, ਬਸ ਸਵਾਦ ਆਵੇ ਯਾਰ, ਵੀ ਨਜ਼ਾਰੇ ਲਓ, ਦਿਨ ਵਧੀਆ ਚੜ੍ਹਿਆ, ਬਾਬੀ ਦੀ ਕਿਰਪਾ, ਅੱਖ ਖੁੱਲ੍ਹ ਗਈ, ਉਹੀ ਬਹੁਤ ਆ ਸਾਡੇ ਲਈ. ਜਿੰਨਾ ਕੁ ਕੰਮ ਹਿੱਸੇ ਹੈਗਾ ਉਹ ਕਰੋ, ਅਤੇ ਕਿਸੇ ਦਾ ਮਾੜਾ ਨਾ ਕਰੋ ਕਿ ਨਹੀਂ, ਬਸ ਕਿਸੇ ਨੂੰ ਬੋਲਣਾ, ਆਪਦਾ ਸਵਾਦ ਲਓ. ਤੁਹਾਨੂੰ ਵੀ ਸਾਰਿਆਂ ਨੂੰ ਇੱਦਾਂ ਹੀ ਕਰਨਾ ਚਾਹੀਦਾ ਡਾਰਲਿੰਗ. ਬਾਬੇ ਨੇ ਜੇ ਅੱਖ ਖੋਲ੍ਹੀ ਹੈ ਨਾ, ਸਵੇਰੇ ਉੱਠ ਕੇ ਸਵਾਦ ਲਿਆ ਕਰੋ, ਬਸ ਬਾਬੇ ਦਾ ਸ਼ੁਕਰ ਕਰਿਆ ਕਰੋ ਵੀ ਅੱਖ ਖੁੱਲ੍ਹ ਗਈ, ਬਸ ਰੱਬਾ ਹੁਣ ਦੇਖਣ ਨੂੰ ਹੀ ਬਹੁਤ ਕੁਛ ਮਿਲ ਗਿਆ. ਹੋਰ ਕੀ ਚਾਹੀਦਾ ਕਿ ਨਹੀਂ? 8,000 ਵਿਊਅਰ ਆਪਣੇ ਐਵਰੇਜ, ਵੈਸੇ ਗੁੱਡ ਆ. ਲਾਸਟ ਟਾਈਮ ਇਟ ਵਾਸ 5,000. ਜਿਹੜੇ ਤੁਹਾਡੇ ਯਾਰ ਭਰਾ ਨੇ ਉਹਨਾਂ ਨੂੰ ਵੀ ਦੱਸ ਦੂਗਾ ਕਿੱਕ ਤੇ ਮਾਹੌਲ ਬਹੁਤ ਬਣਦਾ, ਆ ਜਾਇਆ ਕਰੋ. ਜਿਹੜੇ 8,225 ਸਾਡੇ ਕੋਲ ਵਿਊਜ਼ ਨੇ ਨਾ, 8,725, ਜਿਹਦੇ ਵਿੱਚੋਂ 25 'ਚੋਂ 5 ਮੇਰੇ ਨੇ, ਬਸ ਸਹੀ ਆ ਰਹੀ ਹੈ. ਨਹੀਂ ਨਹੀਂ, ਆਮ ਪ੍ਰੀਟੀ ਸ਼ੋਰ 5 ਤੋਂ ਵੱਧ ਬੰਦੇ ਅਲਾਪਜੀ ਨੂੰ ਦੇਖਣ ਆਏ ਨੇ. ਸਰ ਹਮ ਜੋ ਹੈ ਨਾ, ਹਮ ਆਪਕੇ ਪਾਸ ਆਏ ਹੈ. ਨਹੀਂ ਨਹੀਂ, ਹਮ ਤੋ ਆਪਕੋ ਦੇਖਨੇ ਆਏ ਹੈ. ਨਹੀਂ ਭਾਜੀ, ਲਵ ਯੂ, ਲੈ ਬਸ ਦੇਖੋ, ਅਸੀਂ ਕੋਈ ਉਹ ਨਹੀਂ ਕਰ, ਆਪਣਾ ਅਪਰਾਧ ਤੁਹਾਨੂੰ ਮੈਂ ਦੱਸੀ ਨਾ, ਵੈਰੀ ਅੰਡਰਰੇਟਡ ਆਰਟਿਸਟ. ਉਹ ਵੀ ਐ ਨਹੀਂ ਹੈਗਾ ਵੀ ਅੰਡਰਰੇਟਡ, ਇਦਾਂ ਵੀ ਇਹਨੇ ਆਪ ਹੀ ਬਾਈ ਨੇ ਵਾਲੀ, ਲਾਈਕ ਹੀ ਡਸਨਟ ਰੀਲੀ, ਆਈ ਡੋਨਟ ਥਿੰਕ ਯੂ ਕੇਅਰ, ਯੂ نو ਬ੍ਰੋ, ਤੁਹਾਨੂੰ ਪਤਾ, ਕਿਉਂਕਿ ਬਾਈ ਦਾ ਮਾਹੌਲ ਇਦਾਂ ਦਾ ਰਿਹਾ, ਇਹਨੂੰ ਐ ਨਹੀਂ ਹੈਗਾ ਵੀ ਯਾਰ ਆਪਣਾ ਐ, ਬਸ ਹੀ ਜਸ ਮਾਹੌਲ ਦੇ ਨਾਲ ਸਵਾਚ ਰਹਿ ਕੇ ਕੰਮ ਕਰਨ ਵਾਲੇ ਬੰਦੇ ਆ. ਪਰ ਹੁਣ ਬਾਈ ਜੀ ਨੂੰ ਥੋੜੀ ਜਿਹੀ ਚਾਬੀ ਮੈਂ ਦਊਂਗਾ, ਬਾਈ ਜੀ ਕਰਨ ਵਾਲਾ ਸਟਾਈਲ ਇੱਕ ਤਾਂ ਛੱਡੋ ਸਰਦੂਲ ਜੀ ਦੀ ਤਰਜ਼ 'ਚ, ਭਰਾਵਾਂ ਨੇ ਕਰਨਾ ਹੁੰਦਾ, ਹੁਣ ਭਰਾ ਨੇ ਕਿਹਾ ਵੀ ਕਰਨਾ, ਮੈਂ ਕਿਹਾ ਕਰ ਦਿੰਦੇ ਹਾਂ ਜੀ, ਤੁਸੀਂ ਕਹਿੰਦੇ ਅੱਜ ਆਪਾਂ ਕੈਂਟ ਕਰਨਾ ਮਾਹੌਲ. ਬ੍ਰੋ ਆਮ ਡਾਊਨ, ਮੈਂ ਤਾਂ ਬਹੁਤ ਐਕਸਾਈਟਿਡ ਆ, ਕਿਉਂਕਿ ਦੇਖੋ ਬ੍ਰੋ, ਚੰਗੇ ਬੰਦਿਆਂ ਨਾਲ ਕੰਮ ਕਰਨਾ ਮੇਰਾ ਡ੍ਰੀਮ ਆ. ਸਹੀ ਗੱਲ, ਚੰਗੇ ਉਹ ਨੇਚਰ ਦੇ, ਔਰ ਚੰਗੇ ਕੰਮ ਦੇ, ਔਰ ਚੰਗੇ ਆਪਣੇ ਕ੍ਰਾਫਟ ਦੇ, ਔਰ ਬਾਈ 'ਚ ਸਾਡੇ ਭਰਾ 'ਚ ਤਿੰਨੇ ਗੱਲਾਂ ਨੇ, ਐਂਡ ਇਹਦੇ ਨਾਲ ਵੱਡੀ ਗੱਲ ਹੀ ਕੋਈ ਨਹੀਂ ਹੈਗੀ. ਸੋ ਇਟ ਮੀਨਸ ਅ ਲੋਟ ਟੂ ਅਸ. ਲਵ ਯੂ ਬ੍ਰੋ. ਮਾੜਾ ਖੋਲੋ ਤਾਂ ਸਾਜ, ਹਾਂ ਸੋ ਸਾਜ ਖੋਲੇ ਪਏ ਨੇ, ਸੁਰ ਕਰੇ ਪਏ ਨੇ, ਦੱਸੋ ਵੀ ਕੀ ਸੁਣਨਾ ਤੁਹਾਡਾ? ਮਾੜਾ ਆ ਗਿਟਾਰ ਦੀ ਆਵਾਜ਼ ਆ ਰਹੀ ਹੈ. ਕੀ ਸੁਣੋਗੇ ਸੋਹਣਿਓ? ਕਹਿੰਦਾ 21 ਕਿੱਥੇ ਅੱਜ? 21 ਡਾਰਲਿੰਗ ਸੁੱਤਾ ਪਿਆ ਆਪਦੇ ਘਰੇ ਭਾਈ, ਅੱਜ ਅੱਧੀ ਰਾਤ ਨੂੰ ਉਠਾ ਲਿਆ. ਕੋਈ ਵੀ ਤੁਹਾਡਾ ਫੇਵਰਟ ਗਾਣੇ ਤੋਂ ਸ਼ੁਰੂ ਕਰੋ ਲਓ, ਵੀ ਕੋਈ ਵੀ ਤੁਹਾਡਾ ਫੇਵਰਟ ਗਾਣਾ ਜਿਹੜਾ ਤੁਹਾਨੂੰ ਲੱਗਦਾ ਵੀ ਮੇਰਾ ਫੇਵਰਟ ਦੁਨੀਆ, ਜਿਹਨੇ ਅਲਾਪ ਨੂੰ ਪਹਿਲਾਂ ਨਹੀਂ ਸੁਣਿਆ ਗਾਉਂਦੇ ਹੋਏ ਨਾ, ਤਾਂ ਉਹ ਰੈਡੀ ਹੋ ਜਾਓ ਹੁਣ, ਮਾੜਾ ਘੁੱਟ ਕੇ ਰੱਖਿਓ. ਚੱਕ ਦੀ ਫਿਰ ਸਰ ਕੰਮ, ਫਿਰ ਆਪਾਂ ਹਾਂਜੀ ਹਾਂਜੀ ਲਓ ਜੀ, ਫਿਰ ਬਾਪੂ ਜੀ ਦੇ ਗਾਣੇ ਤੋਂ ਸ਼ੁਰੂ ਕਰਦੇ ਹਾਂ ਆਪਾਂ. ਮੋਸਟ ਫੇਵਰੇਟ ਸੌਂਗ ਜਾ ਅੱਖੋ ਲੈ ਹੋ ਜਾਨੀ ਨਾਲ ਜਸ਼ਨ ਮਨਾ ਲੈ ਗੈਰਾਂ ਦੇ ਓਨੀ ਮੈਂ ਕਿਵੇਂ ਸਜਾਵਾਂ ਦੜੀਏ ਜਿਓ ਜੁਲ ਤਿੜ ਗਈ ਵਿੱਚ ਪੈਰਾਂ ਦੇ ਮੇਰੀ ਜਿੰਦ ਗਮਾਂ ਦੀਆਂ ਜੇਲਾਂ ਵਿੱਚ ਬਣ ਕੇ ਦਣ ਕਿਰ ਗਈ ਕੀ ਕਰੀਏ ਹੋਏ ਕਹਿੰਦੇ ਕੀ ਹੈ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਹੋਏ ਹੋਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਉਹ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ
ਹੋਏ ਹੋਏ शक नहीं तू सोनी है ना तेरा कोई सानी है पर क्यों ताश वांग रस बना दे हत्थां विच घुम दी जानी है Why girl why क्या बात है तेरे में दीवाले हत्थां विच ओ मैं दीवाले हत्थां विच जिंद मेरी किर गई की करिए जे उंज गिरदी तां चुक लैंदे जे नजर तो गिरगी की करिए जे उंज गिरदी तां चुक लैंदे तू नजरां तो गिरगी की करिए ओ नजरां तो गिरगी की करिए होए नजरां तो गिरगी की करिए ओ की करिए क्या बात है फक मार यार ये होता असली म्यूजिक यार यार क्या क्या तर्ज है यार कि नहीं यार व्हाट अ कंपोजिशन यार सही तर्ज की नहीं कहते भी यार चलो पर यार सच्ची यार क्या मोड़ के हेड किते है भाई बंदर मत भज जंदा साडे वर्ग कौन वाले नहीं सही फिर तुसी ता फिर मैं क्या कानून नाल गाउन ये सब गल्ला ने ये सारीया गल्ला ने इज अमेजिंग मैं कद्दी लहर माड़ी चक्कर लगा सी मैं क्या की करिए सब गल्ला ने ही इज सुपर टैलेंटेड एंड यू ऑल नो दिस टू नहीं नहीं मैं बस की करिए ही गया मैं क्या बाकी रहन दे एदा पता नहीं इने किधर नु खिचना ओदा ही मिलियन डॉलर मुल पै गया देखो तुसी नहीं नहीं लव यू भाई मैं क्या की पता भाई दा किधर नु खिच लेना ਸੱਚੀ ਯਾਰ ਸਾਡੀ ਟਿਊਨਿੰਗ ਐਡੀ ਆ ਨਾ ਸੁੱਖ ਨਾਲ ਨਜ਼ਰ ਲਾ ਕੇ ਟੱਚ ਆ ਆ ਗਿਆ ਨਾ ਭਾਈ ਨੂੰ ਪਤਾ ਲੱਗ ਜਾਣਾ ਸੀ ਮੈਂ ਕਿੱਧਰ ਜਾਣਾ ਵੀਰੇ ਸਹੀ ਸਹੀ ਗੱਲ ਲੋਕ ਕਹਿੰਦੇ ਉਫ ਉਫ ਕੀਤੀ ਪਈ ਓ ਮਾਈ ਗॉड ਉਫ ਉਫ ਜਮਾ ਹੀ ਉਫ ਹੋ ਗਈ ਸਹੀ ਗੱਲ ਆ ਆਈ ਐਕਸਪ੍ਰੈਸ ਕਰ ਰਹੇ ਆ ਉਫ ਜਮਾ ਉਫ ਸੀ ਇੱਕ ਹੋਰ ਉਫ ਕਰਾ ਦਿਓ ਪਲੀਜ਼ ਸਰ ਡਨ ਇੱਕ ਉਫ ਚਾਹੀਦੀ ਹੈ ਕਦੀਆਂ ਪਿਆਰਿਆ ਬਿਸਮਿਲਾ ਸਾਡੇ ਸਾਹਮਣੇ ਨਜ਼ਰਾਂ ਮਿਲਾਣ ਕੇ ਬੋ ਹੋ ਯਾਰੀ ਦੋਸਤੀ ਦਾ ਮਜ਼ਾ ਤਦ ਆਉਂਦੇ ਤੂੰ ਸਾਡੇ ਵਾਂਗ ਘਰ ਬਾਰ ਉਜਾੜ ਕੇ ਵੋ ਕੀ ਬਾਤ ਹੈ ਕਿਉਂਕਿ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਓਏ ਹੋਏ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਸਿੰਗ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਤੈਨੂੰ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਐਵੇਂ ਮੋਤੀਆਂ ਦੀ ਚੋਗ ਚੁਗਾ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਲੰਘਣ ਹਵਾਵਾਂ ਜਦੋਂ ਕੁਲਦੀ ਤਾਂ ਮੈਂ ਕਬੇ ਵਫਾਈ ਦੀਆਂ ਆਉਂਦੀਆਂ ਬੁੱਲਾਂ ਕੋਲੋਂ ਹਾਸੇ ਸਾਡੇ ਰੁੱਸ ਗਏ ਸਾਨੂੰ ਰੰਗੜੀਆਂ ਰੁੱਤਾਂ ਨਹੀਂ ਉਹ ਪਾਉਂਦੀਆਂ ਕਿਉਂ ਕਿਉਂਕਿ ਮਾਣ ਤੋੜ ਗਈਆਂ ਮਾਣ ਮਤੀਏ ਮਾਣ ਤੋੜ ਗਈਆਂ ਮਾਣ ਮਤੀਏ ਤੂੰ ਸਾਡੀ ਜਿੰਦ ਦਾ ਮਜ਼ਾਕ ਬਣਾ ਕੇ ਸਾਡਿਆਂ ਪਰਾਂ ਬਣਾ ਤੈਨੂੰ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਉਹ ਤੈਨੂੰ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਮੋਤੀਆਂ ਦੀ ਚੋਗ ਚੁਗਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਕੀ ਬਾਤ ਹੈ ਯਾਰ ਤਾੜੀਆਂ ਯਾਰ ਆ ਤਾਂ ਸੱਚੀ ਤਾੜੀਆਂ ਥੈਂਕ ਯੂ ਥੈਂਕ ਯੂ ਸੋ ਮਚ ਲਵ ਯੂ ਤਾੜੀਆਂ ਯਾਰ ਵੈਰੀ ਗੁੱਡ ਸਵਾਦ ਲਿਆਦਾ ਯਾਰ ਸੌਂ ਲਗੇ ਉਫ ਉਫ ਕਰਾ ਦੀ ਹਾਂ ਯਾਰ ਉਫ ਦੂਜੀ ਰੀ ਉਫ ਹੋ ਗਈ ਉਫ ਹੋ ਗਈ ਫਾਲਨ ਅਪਾਰਟ ਆਉਂਦਾ ਫਾਲਨ ਅਪਾਰਟ ਯੂ ਆਰ ਗੋਇੰਗ ਟੂ ਸਿੰਗ ਇਟ ਆ ਵਾਸ ਜਸਟ ਅਬਾਊਟ ਟੂ ਸੇ ਆਈ ਐਮ ਗੋਇੰਗ ਟੂ ਪਲੇ ਵਿਦ ਯੂ ਬੈਠੀ ਆ ਯਾ ਆਵਾ ਨਹੀਂ ਵੀਰੇ ਤੈਨੂੰ ਯਾਰ ਹੋ ਗੱਲ ਯਾਰ ਹਲੀ ਉਹ ਗਾਣਾ ਭੁੱਲਣ ਵਾਲਾ ਕੋਈ ਪਰ ਸੱਚੀ ਦੱਸੋ ਮੇਰੇ ਮੂੰਹ ਨੂੰ ਚੰਗਾ ਲੱਗਣਾ ਇਟਸ ਗੋਇੰਗ ਸਾਊਂਡ ਵੇ ਬੈਟਰ ਇਨ ਹਿਸ ਵੌਇਸ ਕਿਵੇਂ ਹੀ ਮੜ ਕਿਹੜਾ ਸੁਰ ਤੁਹਾਨੂੰ ਕੰਫਰਟੇਬਲ ਹੈ ਉਹ ਕਿਹੜਾ ਸੁਰ ਸੀਗਾ ਉਹ ਮੇਰੇ ਵਾਂਗਰਾ ਯਾ ਦੈਟਸ ਗੁੱਡ ਸੀ ਸ਼ਾਰਪ ਥੋੜਾ ਲਾਊਡ ਹੋ ਜਾਓਗੇ ਯਾ ਮੈਨੂੰ ਇਹਦੇ ਵਾਂਗੂ ਨਾ ਸੁਣਿਓ ਮੈਨੂੰ ਮੇਰੇ ਵਾਂਗੂ ਸੁਣਿਓ ਪਾਵੀ ਬੈਠੀਆਂ ਗਵਾ ਵੀ ਬੈਠੀਆਂ ਤੂੰ ਤਾਂ ਤੁਰ ਗਿਆ ਮੈਂ ਤਾਂ ਵੀ ਬੈਠੀਆਂ ਉਹਦੇ ਤਰ ਲਏ ਮੈਂ ਸਾਰੇ ਕਰ ਲਏ ਰੁੱਸ ਵੀ ਲਈ ਮਨਾ ਵੀ ਬੈਠੀਆਂ ਮੇਰੇ ਵਾਂਗਰਾ ਜ਼ਲੀਲ ਨਾ ਹੋਵੇ ਜ਼ਖਮ ਦੇ ਗਿਆ ਵਹੀਲ ਨਾ ਹੋਵੇ ਤੇਰੇ ਲਈ ਕੋਟੀਆਂ ਜੇ ਬੁਣਦੀਆਂ ਤਾਂ ਵੇ ਸੂਈ ਚੁੱਭ ਜੇ ਤੇ ਫੀਲ ਨਾ ਹੋਵੇ ਹਵਾ ਦੇ ਵਰਗਾ ਚੰਨਾ ਦੇ ਵਰਗਾ ਤੂੰ ਵਗਦਾ ਰਹੇ ਮੈਂ ਰਾਹ ਵੀ ਬੈਠੀਆਂ ਵੀ ਬੈਠੀਆਂ ਗਵਾ ਵੀ ਬੈਠੀਆਂ ਤੂੰ ਤਾਂ ਤੁਰ ਗਿਆ ਮੈਂ ਤਾਂ ਵੀ ਬੈਠੀਆਂ ਉਹਦੇ ਤਰ ਲਏ ਮੈਂ ਸਾਰੇ ਕਰ ਲਏ ਉਸ ਵੀ ਲਈ ਮਨਾ ਵੀ ਬੈਠੀ ਤੂੰ ਤਾਂ ਹੋ ਗਿਆ ਵੇ ਪਰਾਂ ਤੋਂ ਮੇਰਾ ਫਿਰ ਡਾਰੀ ਲਾ ਗਿਆ ਮੈਂ ਪਰਾਂ ਤੋਂ ਡਰਾਂ ਇਹ ਤੇਰੇ ਮੂਹਰੇ ਆ ਮੈਂ ਡਾਇਰੀ ਕਰਾਂ ਤੂੰ ਕਿਵੇਂ ਛੱਡਿਆ ਮੈਂ ਸ਼ਾਇਰੀ ਕਰਾਂ ਨਿਭਾ ਕੇ ਫਰਜ਼ਾਂ ਬਣਾਵਾਂ ਫਰਜ਼ਾਂ ਲਿਖ ਵੀ ਲਿਆ ਤੇ ਗਾ ਵੀ ਬੈਠੀਆਂ ਵੀ ਬੈਠੀਆਂ ਗਵਾ ਵੀ ਬੈਠੀਆਂ ਤੂੰ ਤਾਂ ਤੁਰ ਗਿਆ ਤਾਂ ਵੀ ਬੈਠੀਆਂ ਖਿਰ ਤੇਰੇ ਵੇਕੇ ਦੇ ਨਾਲੇ ਟੈਟੂ ਗੁੱਟ ਤੇ ਬਣਾ ਵੀ ਬੈਠੀ ਕਮਲੀਏ ਪਾਗਲੇ ਤੂੰ ਬਣਾ ਬੈਠੀ ਹੈ ਤੈਨੂੰ ਟੈਟੂ ਕਿਨੇ ਕਿਹਾ ਸੀ ਬਣਾਉਣ ਨੂੰ ਆਏ ਕੀ ਬਾਤ ਹੈ ਕੀ ਬਾਤ ਹੈ ਯਾਰ ਆ ਗਾਣਾ ਸੱਚੀ ਮੇਰਾ ਫੇਵਰਿਟ ਹੋ ਗਿਆ ਲੋ ਜੋ ਪਹਿਲਾਂ 52 ਬਾਅਦ ਫਿਰ ਇਹ ਹੋ ਗਿਆ ਠੀਕ ਰੀਜ਼ ਇਸ ਹਣਾ ਕੈਂਡ ਹੋ ਗਿਆ ਯਾਰ ਨਾ ਵੀ ਆਪਣਾ ਫੇਵਰਿਟ ਹੈ ਮੈਂ ਨਾ ਪਿਕ ਨਹੀਂ ਕਰ ਪਾ ਰਿਹਾ ਕਿਹੜਾ ਫੇਵਰਿਟ ਹੈ ਮੇਰਾ ਆਲ ਸੌਂਗਸ ਆਰ ਸੋ ਗੁੱਡ ਕਿਉਂਕਿ ਯਾਰ ਨਾ ਦੀ ਹਰੇਕ ਲਾਈਨ ਦੇ ਇੱਕ ਇੱਕ ਦੋ ਚਲੋ ਆਪਾਂ ਲਿਖਿਆ ਪਰ ਗੀਰੀ ਐ ਲੱਗਦਾ ਵੀ ਯਾਰ ਕਿਆ ਲਿਖਿਆ ਹੈ ਸੌ ਲਗੇ ਯਾਰ ਪਰ ਕਿਆ ਲਿਖਿਆ ਹਣਾ ਯਾਰ ਵੀ ਯਾਰ ਕਹਿੰਦਾ ਯਾਰੀ ਚ ਗਦਾਰੀ ਨੀ ਕਦੇ ਸਿਰ ਵੀ ਲਹਾ ਲੈਨੇ ਆ ਕਹਿੰਦਾ ਕਬੂਤਰ ਨੀ ਡਾਇ ਮੈਂ ਕਦੇ ਘੋੜੇ ਤਾਂ ਭਜਾ ਲੈਨੇ ਆ ਕਹਿੰਦਾ ਨਹੀਂ ਆਵੇ ਕਿੱਡੀ ਘੈਂਟ ਗੱਲ ਆ ਯਾਰ ਦੱਸ ਐਂਡਾ ਕਿ ਨਹੀਂ ਅਮੀਰੀ ਵਾਲੀ ਲਾਈਨ ਮੇਰੀ ਸਭ ਤੋਂ ਫੇਵਰਿਟ ਸੀ ਬ੍ਰੋ ਗਰੀਬੀ ਉਦਾਂ ਗਈ ਨਹੀਂ ਹਲੇ ਕਹਿੰਦਾ ਅਮੀਰੀ ਤਾਂ ਤਾਂ ਵੀ ਪਾਈ ਲੈਨੇ ਆ ਕੀ ਬਾਤ ਆ ਵੈਰੀ ਗੁੱਡ ਯਾਰ ਫੱਟੇ ਚੱਕੇ ਪਏ ਉਦਾਂ ਉਦਾਂ ਆਡੋ ਨੇ ਫੀਨੋ ਜਿਹੜੀ ਗਰੀਬੀ ਉਦਾਂ ਗਈ ਨਹੀਂ ਹਲੇ ਮੇਰੀ ਤਾਂ ਵੀ ਪਾ ਲੈ ਯੂ ਨੋ ਹੋਮ ਬੋਏ ਪ੍ਰੂਫ ਦਾ ਭਰਾ ਹਾਂਜੀ ਹਾਂਜੀ ਸੋ ਉਹਨੇ ਅਸਲ ਮੇਂ ਲਾਈਨ ਲਿਖੀ ਸੀ ਇੱਕ ਓ ਉਹਨੇ ਲਿਖੀ ਸੀ ਗਰੀਬੀ ਚੋਂ ਆਵਾਂ ਅਮੀਰੀ ਮੈਂ ਪਾਵਾਂ ਓ ਯਾ ਟਰੂ ਜਾਨ ਸੇ ਯਾ ਸੋ ਆਪਾਂ ਗਿਆ ਹੀ ਲੈ ਕੋਈ ਨਹੀਂ ਹੋਮਬੋਏ ਨੂੰ ਮੈਂ ਕਿਹਾ ਡਾਰਲਿੰਗ ਲਿਟਲ ਬੇਟ ਇੱਧਰ ਨੂੰ ਕਰ ਮੇਰਾ ਭਰਾ ਹੋਮਬੋਏ ਕਹਿੰਦਾ ਕੋਈ ਚੱਕਰ ਨਹੀਂ ਕਿਸੀ ਮੈਂ ਹੋਮਬੋਏ ਨੋ ਯਾ ਹੀ ਇਜ਼ ਅ ਹੋਮ ਕਿਸ ਮੈਂ ਗਾਣਾ ਲਿਖ ਰਿਹਾ ਸੀ ਹਾਂਜੀ ਤੇ ਜਦੋਂ ਮੈਂ ਗਾਰੀ ਲਿਖੀ ਗਿਆ ਯਾਰੀ ਚ ਗਦਾਰੀ ਨਹੀਂ ਕਦੇ ਨਾ ਸਿਰ ਵੀ ਲਹਾ ਲੈਨੇ ਆ ਯਾ ਕਬੂਤਰ ਨਹੀਂ ਡਾਏ ਮੈਂ ਕਦੇ ਘੋੜੇ ਤਾਂ ਭੱਜਾ ਲੈਨੇ ਹਨਾ ਫਿਰ ਉਹ ਤੋਂ ਬਾਅਦ ਆ ਗਿਆ ਕਹਿੰਦਾ ਗਰੀਬੀ ਉਦਾਂ ਗਈ ਨਹੀਂ ਹਲੇ ਆਪਣੇ ਆਪ ਹੀ ਜੁੜ ਗਈ ਮੈਂ ਕਿਹਾ ਯਾਰ ਘੈਂਟ ਲੱਗ ਰਹੀ ਆ ਵੀ ਹੋਮ ਬੋਏ ਨੂੰ ਫੋਨ ਲਾਈਏ ਵੀ ਮੇਰੀ ਪਾਈ ਕੈਸੀ ਲੱਗਦੀ ਇੱਕ ਲਾਈਨ ਤਾਂ ਦੇ ਦੇ ਯਾਰ ਹਾਏ ਉਹ ਪਾਈ ਕੈਸੀ ਲੱਗਦੀ ਆ ਮੇਰੀ ਫਿਰ ਇਹੀ ਗੱਲ ਆ ਯਾ ਬ੍ਰੋ ਰੈਪਰੈਜ਼ੈਂਟ ਆਫ ਵਾਈਟ ਬੇਬੀ ਆ ਥੈਂਕ ਯੂ ਸਟੇਕ ਬੇਬੀ ਰੈਪਰੈਜ਼ੈਂਟ ਮੈਨ ਸੌਰੀ ਇਹ ਥੋੜੀ ਆਫ ਵਾਈਟ ਨੋ ਮਹਿੰਗੀ ਆ ਯਾਰ ਥੋੜੀ ਜ਼ਿਆਦਾ ਮਹਿੰਗੀ ਆ ਥੋੜੀ ਨਹੀਂ ਬਸ ਜ਼ਿਆਦਾ ਨਹੀਂ $1200 $1500 ਮਹਿੰਗੀ ਆ ਹਾਂ ਨਹੀਂ ਸਹੀ ਥੋੜਾ ਹੀ ਫਰਕ ਆ ਚਲੋ ਥੋੜਾ ਹੀ ਫਰਕ ਆ ਹਾਂ ਬਈ ਹੋਰ ਕੀ ਸੁਣਨਾ ਹੈ ਦੱਸੋ ਕੋਈ ਗੱਲਬਾਤ ਯਾਰ ਤੁਹਾਨੂੰ ਇੱਕ ਹੋਰ ਬੰਦਾ ਮਿਲਾਈਏ ਇਹਨਾਂ ਨੂੰ ਉਹ ਤੋਂ ਵੀ ਗਾਣਾ ਸੁਣਾਈਏ ਬ੍ਰੋ ਮੈਂ ਕਹਿੰਦਾ ਕਰੀਂਦੇ ਬੰਦੇ ਇਕੱਠੇ ਓਕੇ ਪੀਪਲ ਦੈਟ ਨੋ ਦੇ ਨੋ ਬਟ ਦ ਪੀਪਲ ਦੈਟ ਡੋਨਟ ਨੋ
ਅਲਾਪ ਭਾਜੀ ਦਾ ਇੱਕ ਭਰਾ ਵੀ ਹੈ ਯੈਸ ਜਿਸ ਦਾ ਨਾਮ ਹੈ ਸਾਰੰਗ ਬਿਲਕੁਲ ਮਤਲਬ ਸਾਰੰਗ ਸਾਰੇ ਮਾਪਾ ਨਹੀਂ ਸਾ ਮਤਲਬ ਸਾਰੰਗ ਹਾਂਜੀ ਕਿੱਡਾ ਸੋਹਣਾ ਨਾਂ ਯਾਰ ਬੰਦੇ ਦਾ ਉਹ ਇਹ ਤਾਂ ਇੱਥੇ ਬੈਠਾ ਓ ਮਾਈ ਗੋਡ ਇਹ ਤਾਂ ਭਾਈ ਯਹਾਂ ਪੇ ਹੈ ਸਾਰੰਗ ਹੌਲੀ ਹੌਲੀ ਐਂ ਕਿਤੇ ਧਰਤੀ 'ਚ ਪਾੜਨਾ ਪੈ ਜਾਵੇ ਸਟੂਲ ਵੀ ਨਾਲ ਚੱਕ ਲਿਆ ਆਪਣਾ ਮੇਰਾ ਭਰਾ ਹੋਰ ਵੀ ਗੱਲ ਆ ਨਰਵਸ ਨਹੀਂ ਹੋਣਾ ਜਮਾ ਨਾਰਮਲ ਆ ਜਾ ਇਹ ਬੰਦਾ ਆਪਣਾ ਥੋੜ੍ਹਾ ਜਿਹਾ ਨਰਵਸ ਹੋ ਜਾਂਦਾ ਕੋਈ ਨਹੀਂ ਆ ਜਾਓ ਗੱਬੇ ਦੋਵੇਂ ਭਰਾਵਾਂ ਦੇ ਦਿਸ ਇਜ਼ ਆਪਣਾ ਸਰਦੂਲ ਜੀ ਦਾ ਸਨ ਨੰਬਰ 2 ਤੇ ਮੇਰਾ ਭਰਾ ਨੰਬਰ 2 ਐਕਚੁਅਲੀ ਆਮ 1 ਇਜ਼ 2 ਓਕੇ ਯੂ 1 ਇਜ਼ 2 ਨੋ ਯੂ ਆਰ 1 ਆਈ ਏਮ 2 ਇਜ਼ 3 ਆਈ ਲਵ ਯੂ ਗਾਇਸ ਹੁਣ ਅਸਲੀ ਗੱਲ ਅਸਲੀ ਹੈ ਦੈਟਸ ਸੋ ਨਾਈਸ ਆਈ ਲਵ ਦਿਸ ਓਕੇ ਸਾਰੇ ਜੀ ਥੋੜੀ ਮਾੜੀ ਇੰਟਰੋ ਦੀ ਹੈ ਤੁਸੀਂ ਆ ਰਹੇ ਹੋ ਹਲੇ ਆ ਰਹੇ ਹੋ ਕਿਸ਼ਤੀ 'ਚ ਜਾਂਦੇ ਨਹੀਂ ਕਦੇ ਧਰਤੀ ਹਿਲਾ ਦਿੰਦੇ ਹਾਂ ਕਿਸ਼ਤੀ 'ਚ ਜਾਂਦੇ ਨਹੀਂ ਕਦੇ ਉਹ ਧਰਤੀ ਹਿਲਾ ਦਿੰਦੇ ਸੋ ਯੂ ਗਾਟ ਮੀ ਦੇ ਬਾਬੇ ਕਿਸ਼ਤੀ ਜਾਂਦੇ ਨਹੀਂ ਕਿ ਧਰਤੀ ਹਿਲਾ ਦਿੰਦੇ ਹਾਂ ਭੁੱਖ ਜਦੋਂ ਨਾ ਵੀ ਲੱਗੀ ਹੋਵੇ ਉਦੋਂ ਵੀ ਅਸੀਂ ਖਾ ਲੈਂਦੇ ਹਾਂ ਇਹ ਤਾਂ ਕਾਫੀ ਆ ਜੰਕਸ਼ਨ ਖਾ ਕੇ ਫਿਰ ਪਤਾ ਲੱਗਦਾ ਵੀ ਉਹ ਸ਼ੂਗਰ ਆ ਬਾਈ ਸਾਹ ਲੈਂਦੇ ਆ ਓਕੇ ਡਾਰਲਿੰਗ ਇਟਸ ਜਸਟ ਇੱਕ ਕਹਿੰਦਾ ਬਾਈ ਬੱਚੇ ਕਦੋਂ ਯਾਰ ਤੂੰ ਪਾਗਲ ਹੈ ਯਾਰ ਨਹੀਂ ਨੰਬਰ 3 ਯਾਰ ਯਾਰ ਪਾਗਲ ਹੈ ਤੇ ਮੈਨੇਜਰ ਇੱਕ ਅੰਤੇ ਇੱਕ ਹੈ ਇਤੋਂ ਭੜਕਣਾ ਹੈ ਠਿਸ਼ ਆਏਗਾ ਵੀ ਤੈਨੂੰ ਇਹ ਬੱਚੇ ਤੈਨੂੰ ਅਗਲ ਨਹੀਂ ਹੈ ਸਕੂਲ ਤੋਂ ਪਤਾ ਕੀ ਕਰਦੇ ਅਸੀਂ ਨੱਕ ਫੜ ਕੇ ਚਪੇੜ ਮਾਰਦੇ ਸਹੀ ਸਹੀ ਗੱਲ ਬੰਦਾ ਦੌਰ ਭਰ ਹੋ ਜੇ ਪਤਾ ਨਾ ਲੱਗੇ ਇਹਨਾਂ ਦਾ ਨੱਕ ਫੜ ਕੇ ਤੇਰੀ ਚੁੰਡੀ ਵੱਡੇ ਤੈਨੂੰ ਪੁੱਛੇ ਵੀ ਡਾਰ ਨਹੀਂ ਇਹ ਕੋਈ ਗੱਲ ਹੈ ਪੁੱਛਣ ਵਾਲੀ ਬੱਚੇ ਕਦੋਂ ਕਰਨੇ ਪਾਗਲ ਨਾ ਹੋਵੇ ਕਿਸੇ ਥਾਂ ਆਪਦਾ ਵੱਡਾ ਹੋ ਜਾ ਹਾਂ ਸਹੀ ਗੱਲ ਆ ਯਾਰ ਨਹੀਂ ਫਨ ਕਰਦੇ ਯਾਰ ਸਾਰੇ ਪਤਾ ਹੀ ਤੇ ਬਾਈ ਜੀ ਚਲੋ ਸੌਰੀ ਇੱਧਰ ਬਾਈ ਜੀ ਅਲਮੜਾ ਧਿਆਨ ਦੇ ਧਿਆਨ ਦੇ ਮੇਰੀ ਬਹੁਤ ਤਕਲੀਫ ਹੋ ਗਈ ਸੌਰੀ 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 ਬ੍ਰਦਰ ਔਰ ਚੈਟ ਇਜ਼ ਪਾਪਿੰਗ ਦੈਟਸ ਵਾਸ ਸਮ ਮੈਂ ਆਪ ਦੇਖੀ ਨਾ ਰਾਈਟ ਇਜ਼ ਪਾਪਿੰਗ ਬ੍ਰੋ ਦੈਟਸ ਇਟ ਓਕੇ ਸੋ ਆਪਣੇ ਭਾਜੀ ਵੀ ਉਹਨੇ ਹੀ ਇਜ਼ ਇਕਵਲ ਟੂ ਟੈਲੈਂਟੀ ਆ ਮਤਲਬ ਵੀ ਮਤਲਬ ਕ੍ਰੇਜ਼ੀ ਆ ਹਨਾ ਵੀ ਮਤਲਬ ਹਾਂ ਯਾਰ ਵੈਸੇ ਵੀ ਮਤਲਬ ਕਹਿਣ ਦਾ ਆ ਵੀ ਇਹਨਾਂ 'ਚ ਇਹਨਾਂ ਦਾ ਆਪਦਾ ਟੈਲੈਂਟ ਆ ਇਹਨਾਂ 'ਚ ਇਹਨਾਂ ਦਾ ਆਪਦੇ ਹਿਸਾਬ ਦਾ ਟੈਲੈਂਟ ਥੈਂਕ ਯੂ ਮੈਮ ਆਪਾਂ ਸ਼ੁਰੂ ਇੱਥੋਂ ਕਰਾਂਗੇ ਵੀ ਜਿਨ੍ਹਾਂ ਨੇ ਕਦੇ ਸਾਰੇ ਭਾਜੀ ਨੂੰ ਨਹੀਂ ਸੁਣਿਆ ਗਾਉਂਦੇ ਨੂੰ ਤੁਸੀਂ ਮਾੜਾ ਜਿਹਾ ਇੱਧਰ ਤਾਂ ਸੁਣ ਲਿਆ ਇੱਧਰ ਵੀ ਮਾੜਾ ਜਿਹਾ ਹਿਸਾਬ ਲਾਇਓ ਤੁਹਾਡਾ ਮੈਂ ਤੁਹਾਨੂੰ ਦੱਸੀ ਜਾਣਾ ਇੱਧਰ ਵੀ ਮਾੜੇ ਜਿਹੀ ਘੁੱਟਗੇ ਰੱਖਿਓ ਇਹ ਬੰਦੇ ਬਾਬੇ ਐਂ ਹੀ ਨਹੀਂ ਵੀ ਊਈ ਵੱਜ ਜਾ ਕੇ ਤਿੰਨ ਜਾਣੇ ਕੱਢ ਹੀ ਬੰਦੇ ਤੁਸੀਂ ਦੱਸੋ ਮਾੜੀ ਜਿਹੀ ਇੱਧਰ ਕਾਰਡ ਕੂਡ ਮੈਂ ਗੱਪੇ ਦੱਸ ਦਿਆਂ ਮਹਾਰਾਜ ਦੱਸੋ ਬਾਈ ਜੀ ਹੁਣ ਕੀ ਗਾਉਂਗੇ ਸਿਕੰਦਰ ਸਾਹਿਬ ਕਿੱਦਾਂ ਸੁਣਨਾ ਚਾਹੇਂਗੇ ਆਪ ਮੈਨੂੰ ਤੁਸੀਂ ਆਪ ਦਾ ਫੇਵਰਿਟ ਗਾਣਾ ਸੁਣਾਓ ਯਾਰ ਜਿਹੜਾ ਤੁਹਾਨੂੰ ਵਧੀਆ ਜੀ ਮੈਂ ਆਏ ਨਹੀਂ ਪਰ ਹੋਣਾ ਸਰਦੂਤ ਭਾਈ ਦਾ ਚਾਹੀਦਾ ਓਕੇ ਆਬਵੀਅਸਲੀ ਉਹਨਾਂ ਦੇ ਤੋਂ ਇਲਾਵਾ ਤਾਂ ਹਾਂ ਐਗਜ਼ੈਕਟ ਨਹੀਂ ਲੱਗਦਾ ਕੋਈ ਗਾਣਾ ਤੇ ਤੁਸੀਂ ਉਹ ਸੁਣਾਉਣਾ ਆਪਾਂ ਨੂੰ ਆਮ ਐਕਚੁਅਲੀ ਨਾਟ ਨਰਵਸ ਆਮ ਜਸਟ ਕਿਊਰੀਅਸ ਲਾਈਕ ਹਾਊ ਇਟ ਲੁਕਸ ਲਾਈਕ ਹਾਊ ਡੂ ਯੂ ਲੁਕ ਇਫ ਯੂ ਗਰਲਸ ਵਾਚਿੰਗ ਯੂ ਔਰ ਵਾਟ ਹਾਂ ਉਹ ਬੰਦੇ ਨੂੰ ਬਾਈ ਕੁੜੀ ਵੀ ਚਾਹੀਦੀ ਹੱਥ ਚ ਮੈਨੂੰ ਮਾਤਾ ਨੇ ਕਹਿ ਕੇ ਭੇਜਿਆ ਆਹੋ ਮੈਨੂੰ ਮਾਤਾ ਨੇ ਕਿਹਾ ਯਾਰ ਤੂੰ ਪਾਗਲ ਹੈ ਬ్రో ਕਹਿ ਦੋ ਹੁਣ ਹੁਣ ਬਾਈ ਜੀ ਬੰਦਾ ਛੜਾ ਯਾਰ ਬਸ ਛੜੇ ਚੰਗੇ ਆ ਭਰਾ ਮੇਰਾ ਵੀਰ ਬਾਈ ਦਾ ਯਾਰ ਵਿਆਹ ਕਰਾਉਣਾ ਹੈ ਯਾਰ ਵਧੀਆ ਲੱਗਦਾ ਹੈ ਹੁਣ ਮੇਰਾ ਹੋ ਗਿਆ ਯਾਰ ਹੁਣ ਮੈਂ ਇਹਨਾਂ ਨੂੰ ਵੀ ਹਾਂ ਸਾਡੇ ਸਭ ਤੋਂ ਇਹਨਾਂ ਦਾ ਵੀ ਕੰਮ ਕਰਾਉਣਾ ਹੁਣ ਮੈਂ ਇੱਕ ਲਾਈਨ ਲਿਖੀ ਸੀ ਇੱਕ ਗਾਣੇ ਦੀ ਆਪਦੇ ਲਾਈਕ ਇਟਸ ਕਪ ਕਮਿੰਗ ਬਟ ਆਪਾਂ ਭਰਾ ਬੈਠੇ ਆ ਰਾਈਟ ਮੈਂ ਕਿਹਾ ਮੁੰਡਾ ਛੜਾ ਤੇ ਸੁਨੱਖਾ ਯਾਰ ਯਾਰਾਂ ਦਾ ਇਹ ਪੱਕਾ ਮੁੰਡਾ ਵਿਆਹ ਨਾ ਕਰਾਵੇ ਮਾਤਾ ਕਰਦੀ ਹੈ ਧੱਕਾ ਬਾਈ ਵੈਰੀ ਗੁੱਡ ਯਾਰ ਸ਼ਾਨ ਕਿਆ ਬਾਤ ਹੈ ਬਟ ਕਾਈਂਡ ਆਫ ਇਟਸ ਜਸਟ ਦ ਥਿੰਗ ਇਟਸ ਜਸਟ ਦ ਵਾਈਬ ਓਕੇ ਸੋ ਬਾਈ ਚਾਹੇ ਧੱਕਾ ਚਾਹੇ ਧੱਕਾ ਵਿਆਹ ਦਾ ਤੇਰਾ ਪੱਕਾ ਯਾਰ ਮੇਰੇ ਮਰਜ਼ੀ ਵਿਆਹ ਤੇਰਾ ਪੱਕਾ ਯਾਰ ਆਏ ਨਾ ਕਰੋ ਯਾਰ ਬਾਜੂ ਆਏ ਨਾ ਕਿ ਬਾਈ ਸੌਰੀ ਨਾਓ ਆਮ ਧੱਕਾ ਓ ਯਾਰ ਤੁਸੀਂ ਕਹਿਣਾ ਭਰਾਵਾ ਯਾਰ ਤੂੰ ਸਾਨੂੰ ਫੋਨ ਫਾਨ ਕਰਨ ਨੂੰ ਵੀ ਰਹਿ ਗਿਆ ਨਾ ਮੈਸੇਜ ਆਉਂਦਾ ਤੇਰਾ ਕੋਈ ਮੈਂ ਕਹੂੰਗਾ ਤੁਹਾਡੀ ਸਕੀਮ ਸੀ ਵਿਆਹ ਕਰਾਉਣਾ ਇਹ ਤੁਸੀਂ ਉਹ ਆਈਡੀਆ ਦਿੱਤੇ ਨੇ ਮੈਨੂੰ ਨਹੀਂ ਘੱਟ ਕਰ ਲਈ ਨਾ 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 ਵਿਆਹ ਕਰਾ ਮੇਰਾ ਵੀ ਵਿਆਹ ਕਰਾ ਪਹਿਲਾਂ ਸੱਚੀ ਗੱਲ ਆ ਯਾਰ ਕੋਈ ਹੈ ਜੇ ਇੱਥੇ ਕੁਛ ਹੈ ਤਾਂ ਦੇਖ ਲਿਓ ਭਾਜੀ ਹੁਣੀ ਤੁਹਾਨੂੰ ਪਤਾ ਹੀ ਹੈ ਵੀ ਦੇਖਦਾ ਹੀ ਉਧਰ ਨੂੰ ਦੇਖਦਾ ਹੀ ਫ੍ਰੈਂਚ ਕੱਟ ਇਸ ਇਸ ਸਰਦੂਲ ਸਿਕੰਦਰ ਹੇਅਰ ਕੱਟ ਐਂਡ ਬੀਅਰਡ ਕੱਟ ਉਹ ਸਕਰੀਨਸ਼ਾਟ ਲੈ ਲਓ ਮੈਂ ਕਹਿੰਦਾ ਦੇ ਕਿਤੇ ਦੇਣੀ ਰਿਸ਼ਤੇ ਨੂੰ ਨਾ ਇੱਥੋਂ ਲੈ ਲਿਓ ਮੈਂ ਸਕਰੀਨਸ਼ਾਟ ਹਾਂ ਐਨੀਹਾਉ ਭਰਾਵਾ ਉਹੀ ਮਗਮੁਗ ਸ਼ਾਟ ਤੇ ਨਾ ਲਵਾ ਦਿਓ ਚਲੋ ਗਾਣਾ ਚਲੋ ਗਾਣਾ ਗਾਓ ਜੀ ਇੱਥੋਂ ਸ਼ੁਰੂ ਕਰਦੇ ਹਾਂ ਕੌਣ ਸਾ ਗਾਣਾ ਗਾਏਗੇ ਆਪ ਤੂੰ ਸੈਡ ਕਰਨਾ ਮੈਂ ਪਾਪਾ ਦਾ ਰੋਮਾਂਟਿਕ ਸੁਣਾਣਾ ਫਿਰ ਰੋਮਾਂਟਿਕ ਸੁਣਾ ਮੈਂ ਵੀ ਰੋਮਾਂਟਿਕ ਕਰ ਰਿਹਾ ਇਹ ਗਾਣਾ ਬੜਾ ਸੋਹਣਾ ਲੱਗਦਾ ਮੈਨੂੰ ਥੋੜੀ ਲੈ ਕੱਟ ਕਰੀ ਦੇ ਆ
ਕਣੀਆਂ ਦੀ ਕਿਣ ਮਿਣਨੀ ਅੱਜ ਕੈਰ ਗੁਜ਼ਾਰ ਗਈ ਚੰਨ ਵਰਗੇ ਚਿਹਰੇ ਨੂੰ ਨੀਏ ਹੋਰ ਨਿਖਾਰ ਗਈ ਉਹ ਚੰਨ ਵਰਗੇ ਚਿਹਰੇ ਨੂੰ ਨੀਏ ਹੋਰ ਨਿਖਾਰ ਗਈ ਤੇਰਾ ਭਿੱਜਿਆ ਜੁਬਨ ਨੀ ਭਿੱਜਿਆ ਜੁਬਨ ਨੀ ਹਾਏ ਦਿਲ ਵੇਖ ਵੇਖਨੀ ਪਰਦਾ ਹਾਏ ਦਿਲ ਵੇਖ ਵੇਖਨੀ ਪਰਦਾ ਨਾ ਕਰ ਅੜੀਆਂ ਨਾ ਕਰ ਅੜੀਆਂ ਨਾ ਕਰ ਅੜੀਆਂ ਜਾਣਦੀਆਂ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਨਾ ਕਰ ਅੜੀਆਂ ਜਾਣਦੀਆਂ ਕਿ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਨਾ ਕਰ ਅੜੀਆਂ ਜਾਣਦੀਆਂ ਕਿ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਇਹ ਜ਼ਾਲਮ ਦੂਰੀ ਨੀ ਮੇਰੀ ਮਜਬੂਰੀ ਨੀ ਜਦ ਨੇੜੇ ਆਉਣਿਆਂ ਕਿਉਂ ਵੱਟਦੀ ਕੋਰੀ ਨੀ ਤੇਰੀ ਝੂਠੀ ਨਾ ਨਾ ਤੋਂ ਆਸ਼ਿਕ ਦਿਲ ਨੀ ਡਰਦਾ ਹੁਣ ਇਹ ਆਸ਼ਿਕ ਦਿਲ ਨੀ ਡਰਦਾ ਨਾ ਕਰ ਅੜੀਆਂ ਨਾ ਕਰ ਅੜੀਆਂ ਨਾ ਕਰ ਅੜੀਆਂ ਜਾਣਦੀਆਂ ਕਿ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਨਾ ਕਰ ਅੜੀਆਂ ਜਾਣਦੀਆਂ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਕਿ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਕਿ ਨਾ ਕਰ ਅੜੀਆਂ ਜਾਣਦੀਆਂ ਕਿ ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਨਾ ਕਰ ਅੜੀਆਂ ਜਾਣਦੀਆਂ ਕਿ ਦਿਲ ਅੱਜ ਨਹੀਂ ਵਿਛੜਨ ਨੂੰ ਕਰ ਦੋ That's fire, man. ਇੱਕ ਆਪਣੇ ਨਾਲ ਤਾੜੀ ਮਾਰੋ ਇੱਕ ਆਪਣੇ ਨਾਲ ਬਣਦੀ ਬਣਦੀ ਵੈਰੀ ਹੁਣ ਪਤਾ ਲੱਗਿਆ ਮੁੰਡਾ ਕਿੰਨਾ ਰੋਮਾਂਟਿਕ ਹੈ ਸਾਡਾ ਵੈਰੀ ਦੇਖੋ ਉੱਤੋਂ ਤੇ ਅੰਦਰੋਂ ਬੈਲੀਆਂ ਅੰਦਰੋਂ ਬੈਲੀਆਂ ਹੀ ਆ ਓ ਓ ਓਕੇ ਦੈਟਸ ਦਿਸ ਇਜ਼ ਮਾਈ ਕਵਰ ਅਪ ਲਾਈਕ ਰੋਮਾਂਟਿਕ ਲੁੱਕ ਸੌਰੀ ਭਾਈ ਨਾ 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 ਸੌਰੀ ਸੌਰੀ ਆਪਾਂ ਮਜ਼ਾਕ ਕਰਦੇ ਆਪਾਂ ਤਾਂ ਮਜ਼ਾਕ ਕਰਦੇ ਤੂੰ ਪਾਗਲ ਸੌਰੀ ਆਈ ਜਸਟ ਕਿਡਿੰਗ ਬ੍ਰੋ ਮੈਂ ਤੁਹਾਨੂੰ ਦੱਸੀ ਆ ਨਾ ਦੇਖ ਕੇ ਬੋਲਿਓ ਬੈਲੀ ਬੈਠਾ ਮੇਰੇ ਨਾਲ ਉਹ ਨਾਲ ਵੇਖਦਾ ਨਹੀਂ ਲੋਈ ਵਰਦਾ ਦੰਦ ਚ ਨਹੀਂ ਮੇਰਾ ਭਰਾ ਆ we're just you know messing around like ਅਜੇ ਖੰਨੇ ਵਾਲੇ ਆ ਨਾ ਖੰਨੇ ਵਾਲੇ ਘੱਟੇ ਘੱਟੇ ਹੋ ਗਏ ਬਸ ਦੇਖੋ ਬਈ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ ਮੇਰੇ ਨਾਲ ਨਾ ਮਤਲਬ ਘਰਾਲੇ ਨਾਲ ਪਿੰਡ ਅਕਲਾਹਾ ਪੈਂਦਾ ਨਾ ਮੇਰੇ ਖਿਆਲ ਹਾਂਜੀ ਤੇ ਉੱਥੋਂ ਮੇਰੇ ਕਲਾਸਮੇਟ ਰਹਿੰਦੇ ਹੁੰਦੇ ਸੀਗੇ ਉਹ ਸਾਰੇ ਮਤਲਬ ਔਜਲੇ ਹਨਾ ਜਿਵੇਂ ਸਤਨਾਮ ਔਜਲਾ ਇੱਕ ਰਾਜਵੀਰ ਔਜਲਾ ਹਨਾ ਇਹ ਮੁੰਡੇ ਤੇ ਇਹਨਾਂ ਦੀ ਕਾਪੀਆਂ ਲੈ ਲੈ ਕੇ ਮੈਂ ਕੰਪਲੀਟ ਕਰਦਾ ਹੁੰਦਾ ਜੀ ਤੇ ਇਹਨਾਂ ਨੇ ਕਹਿਣ ਦਾ ਮਤਲਬ ਮਤਲਬ ਔਜਲਿਆਂ ਨਾਲ ਸਾਡਾ ਬਹੁਤ ਮਤਲਬ ਐ ਪਿਆਰ ਰਿਹਾ ਮੇਰਾ ਹੋਰਾਂ ਨਾਲ ਮਤਲਬ ਸਾਰਿਆਂ ਨਾਲ ਪਿਆਰ ਸੀਗਾ ਬਟ ਜਿਹੜਾ ਔਜਲਿਆਂ ਨਾਲ ਪਿਆਰ ਹੈ ਨਾ ਪਰ ਇਟਸ ਨਾਟ ਹਿਮ ਲਾਈਕ ਯੂ ਨੋ ਇਫ ਆਈ ਫੀਲ ਲਾਈਕ ਐਨ ਔਜਲਾ ਐਂਡ ਆਈ ਫੀਲ ਹੀ ਇਜ਼ ਅ ਸਿਕੰਦਰ ਸੋ ਯਾ ਇਟਸ ਲਾਈਕ ਓ ਸ਼ਿਟ ਦੈਟ ਵਾਸ ਸਿਕ ਇਹ ਗੱਲ ਕਰ ਗਿਆ ਆਈ ਲਾਈਕ ਦੈਟ ਕਰਨ ਓ ਸਾਰੰਗ ਔਜਲਾ ਆਨਸੀ ਯੂ ਆਈ ਕੈਨਟ ਵੇਟ ਟੂ ਬੀ ਇਨ ਪੰਜਾਬ ਪੰਜਾਬ ਜਾਣ ਦੀ ਵੇਟ ਨਹੀਂ ਹੁੰਦੀ ਤੇ ਘਰੇ ਆਈਏ ਆਪਾਂ ਘਰੇ ਆਓ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਐਂਡ ਆਈ ਐਮ ਡੈਮ ਸ਼ੋਰ ਹਨਾ ਸਾਰਿਆਂ ਨੂੰ ਪਤਾ ਜਿਹੜਾ ਗਾਣਾ ਨੀ ਹੈਗਾ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਲਿਖਿਆ ਫਾਲਨ ਅਪਾਰਟ ਬਟ ਇਹ ਮੰਮਾ ਨਾਲ ਬਹੁਤ ਰਿਲੇਟ ਕਰਦਾ ਯੈਸ ਓਏ ਬਹੁਤ ਜ਼ਿਆਦਾ ਰਿਲੇਟ ਕਰਦਾ ਐਂਡ ਲਾਈਕ ਸੁਣਦੇ ਸੀਗੇ ਨਾ ਲਾਈਕ ਸ਼ੀ ਸਟਾਰਟਡ ਲੁਕਿੰਗ ਐਟ ਪਾਪਾ ਦੀ ਫੋਟੋਆਂ ਓਏ ਹੋਏ ਪਾ ਵੀ ਬੈਠੀ ਮੈਂ ਤੁਹਾਨੂੰ ਓਏ ਹੋਏ ਗਵਾ ਵੀ ਬੈਠੀ ਆ ਮੈਂ ਤੁਹਾਨੂੰ ਇੱਕ ਬਹੁਤ ਬਿਊਟੀਫੁਲ ਗੱਲ ਸ਼ੇਅਰ ਕਰਦਾ ਮੈਂ ਗਿਆ ਸੀਗਾ ਹਨਾ ਮੈਂ ਗਿਆ ਸੀਗਾ ਆਹੀ ਗੱਲ ਯਾਦ ਪਤਾ ਨਹੀਂ ਮੈਂ ਤੁਹਾਡੇ ਨਾਲ ਸ਼ਾਇਦ ਕੀਤੀ ਹੈ ਪਰ ਮੈਂ ਲੋਕਾਂ ਨੂੰ ਦੱਸ ਰਿਹਾ ਵੀ ਜਿਵੇਂ ਵੀ ਮੈਂ ਨਾ ਯਾਰ ਆਪਣੀ ਲਾਈਫ 'ਚ ਹਨਾ ਵੀ ਚਲੋ ਬਹੁਤ ਯਾਰ ਆਪਾਂ ਵੀ ਹਨਾ ਵੀ ਬਹੁਤ ਚਲ ਪਿਆਰ ਕੀਤਾ ਹਨਾ ਬਿਲਕੁਲ ਆਪਾਂ ਨੂੰ ਵੀ ਬਹੁਤ ਲੋਕਾਂ ਨੇ ਕੀਤਾ ਕੋਈ ਐਂ ਪਿਆਰ ਸਹੇਲੀ ਵਾਲਾ ਨਹੀਂ ਚਾਹੇ ਉੱਦਾਂ ਵੀ ਹਾਂ ਹਾਂ ਪਿਆਰ ਯਾਰਾਂ ਦੋਸਤਾਂ ਨਾਲ ਘਰਦਿਆਂ ਨਾਲ ਹਨਾ ਫੈਮਿਲੀ ਨਾਲ ਅਤੇ ਉੱਦਾਂ ਵੀ
ਮੈਂ ਕੀਤਾ ਵੀ ਕਰਾਇਆ ਵੀ ਪਰ ਮੈਂ ਦੇਖਿਆ ਬਹੁਤ ਘੱਟ ਆ ਮਤਲਬ ਕਿਸੇ ਨੂੰ ਕਰਦੇ ਹੈ ਨਾ ਵੀ ਕਿਵੇਂ ਕੋਈ ਬੰਦਾ ਜਾਂ ਐਕਸਪ੍ਰੈਸ ਕਰਦੇ ਜਾਂ ਉੱਦਾਂ ਹੀ ਕਿਸੇ ਦੇ ਵਿੱਚ ਦੇਖਣਾ ਵੀ ਇਹ ਬੰਦਾ ਯਾਰ ਉਹਨੂੰ ਬਹੁਤ ਚਾਹੁੰਦਾ ਫਿਲਮਾਂ 'ਚ ਹੀ ਜ਼ਿਆਦਾ ਦੇਖਿਆ ਮੈਂ ਤੈਨੂੰ ਸੱਚੀ ਗੱਲ ਦੱਸਦਾ ਮੈਂ ਨਾ ਜਦੋਂ ਇੰਗਲੈਂਡ ਸੀਗਾ ਨਵੰਬਰ 'ਚ ਸੀਗਾ ਮੈਂ ਹੈ ਨਾ ਨਵੰਬਰ ਆਪਣੇ 2022 'ਚ ਮੈਂ ਨਾ ਇੰਗਲੈਂਡ ਸੀਗਾ ਅਤੇ ਮੈਂ ਨਾ ਉੱਥੇ ਮੈਨੂੰ ਪਤਾ ਲੱਗਿਆ ਤੁਹਾਡੇ ਮਾਤਾ ਜੀ ਅਮਰ ਨੂਰੀ ਜੀ ਹੈ ਨਾ ਉੱਥੇ ਆਏ ਹੋਏ ਆ ਹੈ ਨਾ ਅਤੇ ਯਾਰ ਮੈਂ ਬੈਠਾ ਮੈਂ ਕਿਹਾ ਯਾਰ ਵੀ ਪਤਾ ਨਹੀਂ ਕਦੋਂ ਅੱਗੇ ਮਿਲ ਹੋਣਾ ਕਿ ਨਹੀਂ ਵੀ ਜਦੋਂ ਵੀ ਚੱਲ ਉਹ ਤਾਂ ਬਾਅਦ ਚੋਂ ਦੇਖਾਂਗੇ ਵੀ ਯਾਰ ਅੱਜ ਮੇਰਾ ਸਾਰਾ ਦਿਨ ਵਿਹਲਾ ਵੀ ਚੱਲ ਮੈਂ ਦੇਖਦਾ ਯਾਰ ਹੈ ਨਾ ਕਿੱਥੇ ਨੇ ਮੈਂ ਮਾਤਾ ਜੀ ਨੂੰ ਪੁੱਛਿਆ ਤੁਸੀਂ ਮੈਨੂੰ ਹੈ ਨਾ ਓਬਵੀਅਸਲੀ ਨੰਬਰ ਵੀ ਮੈਂ ਤੈਨੂੰ ਕਿਹਾ ਸੀ ਵੀਰੇ ਮਿਲਣਾ ਹੈ ਨਾ ਮਾਤਾ ਜੀ ਉੱਥੇ ਇਕੱਲੇ ਆਏ ਸੀਗੇ ਇੰਗਲੈਂਡ ਅਤੇ ਤੁਸੀਂ ਤਾਂ ਇੱਧਰ ਸੀਗੇ ਹੈ ਨਾ ਉਹਨੇ ਮਿਲਿਆ ਸ਼ੂਟ ਸੀਗੀ ਕੋਈ ਅਤੇ ਯਾਰ ਮੈਂ ਸਾਡਾ ਟੂਰ ਸੀਗਾ ਹੈ ਇੰਗਲੈਂਡ ਟੂਰ ਸੀਗਾ ਮੇਰਾ ਮੈਂ ਸ਼ੋਆਂ ਤੋਂ ਡਨ ਹੋਇਆ ਅਤੇ ਡਨ ਹੋ ਕੇ ਮੇਰੇ ਕੋਲ ਦੋ ਤਿੰਨ ਦਿਨ ਉੱਥੇ ਸੀਗੇ ਅਤੇ ਇੱਕ ਦਿਨ ਮੈਂ ਵਿਹਲਾ ਸੀਗਾ ਮੈਂ ਹੈ ਨਾ ਚਲੋ ਮੈਂ ਆਪਣੇ ਨਾਲ ਦੋ ਮੁੰਡਿਆਂ ਨੂੰ ਚੱਕਿਆ ਮੈਂ ਕਿਹਾ ਵੀ ਚੱਲ ਯਾਰ ਆਪਾਂ ਜਾ ਕੇ ਆਉਂਦੇ ਹਾਂ ਹੈ ਨਾ ਅਤੇ ਮੇਰੇ ਤੋਂ 2 ਘੰਟੇ ਦੂਰ ਸੀਗਾ ਮੈਂ ਹੈ ਨਾ ਉੱਥੋਂ ਗਿਆ 2 ਘੰਟੇ ਹਾਂ ਜਿਵੇਂ ਵਾਟ ਤਾਂ ਘੰਟਾ ਸਵਾ ਘੰਟੇ ਦੀ ਪਰ 2 ਘੰਟੇ ਟ੍ਰੈਫਿਕ ਟਰੂਫਿਕ ਉੱਥੇ ਤੈਨੂੰ ਪਤਾ ਹੀ ਹੈ ਉਹ ਫੱਕ ਦੈਟ ਅਸੀਂ ਵਿਹਲੀ ਸੀ ਉਮੀ 2 ਘੰਟੇ ਮਾਈ ਜੀ ਮਾਰਨਾ ਸੀ ਚੱਲ ਮੈਂ ਕਿਹਾ ਇਹ ਵੀ ਚੱਲ ਯਾਰ ਕੁਛ ਵਧੀਆ ਕਰਕੇ ਉਹਨਾਂ ਨਾਲ ਮਿਲਕਣ ਵਾਲੇ ਦਿਨ ਥੋੜ੍ਹਾ ਵਧੀਆ ਹੋ ਜੂ ਐਨਰਜੀ ਹੁੰਦੀ ਹੈ ਤੁਸੀਂ ਬੰਦਿਆਂ ਨੂੰ ਮਿਲਦੇ ਹੋ ਜਿਵੇਂ ਅੱਜ ਆਪਾਂ ਸਵੇਰੇ ਮਿਲੇ ਆਪਣਾ ਦਿਨ ਵਧੀਆ ਸਟਾਰਟ ਹੋ ਗਿਆ ਸਾਰਾ ਦਿਨ ਆਪਣਾ ਵਧੀਆ ਹੈ ਨਾ ਸੋ ਉੱਦਾਂ ਦੀ ਸਟੋਰੀ ਸੀ ਮੈਂ ਹੈ ਨਾ ਚੱਲ ਉੱਠਿਆ ਨਾ ਤੁਹਾਨੂੰ ਉੱਤਾ ਬਾਈ ਅਸੀਂ ਗੱਡੀ ਬਹਿ ਗਏ ਅਸੀਂ ਤੁਰ ਪਏ ਉੱਧਰ ਨੂੰ ਅਤੇ ਥੋੜ੍ਹਾ ਥੋੜ੍ਹਾ ਤਾਂ ਮੈਂ ਆਏ ਵੀ ਸੀਗਾ ਯਾਰ ਵੀ ਨਰਵਸ ਜਿਹਾ ਵੀ ਯਾਰ ਕਈ ਵਾਰੀ ਯਾਰ ਤੈਨੂੰ ਪਤਾ ਨਹੀਂ ਹੁੰਦਾ ਯਾਰ ਤੂੰ ਆਪ ਤੂੰ ਉਮਰ ਦੇ ਵੱਡੇ ਨਾ ਮੈਨੂੰ ਤੈਨੂੰ ਪਤਾ ਨਹੀਂ ਹੁੰਦਾ ਤੂੰ ਕੀ ਕਹੇਗਾ ਯਾਰ ਕੀ ਗੱਲ ਕਰੇਗਾ ਤੂੰ ਕਿਵੇਂ ਹੈ ਨਾ ਮੈਂ ਤੂੰ ਹੱਸੀ ਕਾ ਬੁਲਾ ਕੇ ਆਪਾਂ ਕੋਲ ਬਹਿੰਦੇ ਹਾਂ ਪਰ ਮੇਰਾ ਸ਼ੁਰੂ ਤੋਂ ਐਂ ਰਿਹਾ ਥੋੜ੍ਹਾ ਜਿਹਾ ਫਿਰ ਵੀ ਮੈਂ ਗੱਲਬਾਤ ਕਰ ਲੈਣਾ ਆਪ ਤੋਂ ਵੱਡਿਆਂ ਨੇ ਕਿਉਂਕਿ ਸ਼ੁਰੂ ਤੋਂ ਰਿਹਾ ਹੈ ਨਾ ਆਪਾਂ ਨੂੰ ਚੱਲ ਮੈਂ ਕਿਹਾ ਕੋਈ ਨਹੀਂ ਯਾਰ ਮਿਲ ਕੇ ਆਉਣਾ ਮੈਂ ਐਟਲੀਸਟ ਮਿਲ ਕੇ ਤਾਂ ਵਾਂ ਮੈਂ ਫੋਟੋ ਵੀ ਪਾਈ ਸੀ ਇੰਸਟਾਗ੍ਰਾਮ 'ਤੇ ਸਾਰਿਆਂ ਨੂੰ ਜੇ ਤੁਹਾਨੂੰ ਚੇਤੇ ਹੋਵੇ ਹੈ ਨਾ ਅਤੇ ਮੈਂ ਗਿਆ ਚਲੋ ਇੱਕ ਮੁੰਡਾ ਗੱਡੀ 'ਚ ਬਹਿ ਗਿਆ ਮੈਂ ਇੱਕ ਜਣੇ ਨੂੰ ਨਾਲ ਲੈ ਗਿਆ ਆਪਣਾ ਅਸੀਂ ਗਿਆ ਸੀਗਾ ਹੈ ਨਾ ਅਤੇ ਮੈਂ ਨਾਲ ਲੈ ਗਿਆ ਉੱਪਰ ਅਸੀਂ ਚਲੋ ਮਾਤਾ ਜੀ ਥੱਲੇ ਆਏ ਹੈ ਨਾ ਸਾਨੂੰ ਲੈਣ ਪਹਿਲਾਂ ਤਾਂ ਹੁਣੀ ਮੈਨੂੰ ਦੇਖ ਕੇ ਵੀ ਬਹੁਤ ਵਧੀਆ ਲੱਗਿਆ ਹੈ ਨਾ ਸ਼ੁਰੂ ਤੋਂ ਹੁਣ ਸਾਰਾ ਕੁਛ ਸੁਣਦੇ ਰਹੇ ਹਾਂ ਮੈਂ ਤਾਂ ਆਪਣੇ ਗਾਣਿਆਂ 'ਚ ਵੀ ਨਾਮ ਲਏ ਨੇ ਹੈ ਨਾ ਚਲ ਆਪਣੀ ਸੁੱਖ ਨਾਲ ਵਧੀਆ ਅਟੈਚਮੈਂਟ ਹੋ ਗਈ ਸੀ ਘਰਦੇ ਨਾਲ ਕਦੇ ਗੱਲ ਨਹੀਂ ਸੀ ਹੋਈ ਹੈ ਨਾ ਅਤੇ ਬਈ ਮੈਂ ਹੈ ਨਾ ਗਿਆ ਚਲੋ ਮੈਂ ਉੱਪਰ ਚਲੇ ਗਿਆ ਉੱਪਰ ਗਿਆ ਮੈਂ ਹਲੇ ਜਾ ਕੇ ਬੈਠਾ ਜਿਵੇਂ ਆਏ ਸਾਹਮਣੇ ਮੇਰੇ ਬੈੱਡ ਸੀਗਾ ਮਾਤਾ ਜੀ ਉੱਥੇ ਬਹਿ ਗਏ ਮੈਂ ਇੱਥੇ ਬੈਠਾ ਨਾਲ ਮੁੰਡਾ ਸੀ ਉੱਥੇ ਬਹਿ ਗਿਆ ਬੈਠਾ ਤੇ ਗੱਲਬਾਤ ਹੀ ਕਰ ਰਿਹਾ ਗੱਲਬਾਤ ਕਰੀ ਜਾਂਦਾ ਮੇਰੀ ਉੱਦਾਂ ਹੀ ਨਿਗਾਹ ਗਈ ਬੈੱਡ ਦੇ ਸਾਈਡ ਟੇਬਲ 'ਤੇ ਉੱਦਾਂ ਹੀ ਮਤਲਬ ਰੂਮ 'ਚ ਹੋਣ ਤੋਂ 2 ਮਿੰਟ ਬਾਅਦ ਹੀ ਸਾਈਡ ਟੇਬਲ 'ਤੇ ਮੇਰੀ ਨਿਗਾਹ ਗਈ ਉੱਥੇ ਸਰਦੂਲ ਜੀ ਦੀ ਫੋਟੋ ਪਈ ਯਾਰ ਕੁਛ ਨਹੀਂ ਮੈਨੂੰ ਉਹ ਚੀਜ਼ ਨੇ ਕਿਹਾ ਬਸ ਉਹ 1 ਸਕਿੰਟ ਹੀ ਸੀ ਮੈਂ ਫੋਟੋ ਦੇਖੀ ਮੈਂ ਉਹਨਾਂ ਨਾਲ ਦੇਖਿਆ ਉਹ ਉਹਨਾਂ ਦੀਆਂ ਗੱਲਾਂ ਕੀਤੀਆਂ ਅਸੀਂ ਅੱਧਾ ਪੌਣਾ ਘੰਟਾ 10-15 ਮਿੰਟ ਅਸੀਂ ਇਹ ਊਂ ਕੀਤੀ ਨੇ ਸਾਰਿਆਂ ਉਹਨਾਂ ਦੀਆਂ ਗੱਲਾਂ ਕੀਤੀਆਂ ਪਰ ਉਹ ਫੋਟੋ ਦੇਖਣ ਤੋਂ ਬਾਅਦ ਹੀ ਉਹ ਗੱਲਾਂ ਕਰਨੀਆਂ ਅਸੀਂ ਸ਼ੁਰੂ ਹੋ ਗਏ ਸੀ ਪਰ ਜਦੋਂ ਮੈਂ ਉਹ ਫੋਟੋ ਦੇਖੀ ਮੇਰੇ ਦਿਮਾਗ 'ਚ ਇੱਕ ਚੀਜ਼ ਆਈ ਮੈਂ ਕਿਹਾ ਯਾਰ ਆਹ ਹੁੰਦਾ ਪਿਆਰ ਪਿਆਰ ਆਹ ਹੁੰਦਾ ਮੈਂ ਕਿਹਾ ਯਾਰ ਅੱਜ ਵੀ ਹਾਂਜੀ ਉਹ ਇੰਨਾ ਚੇਤੇ ਕਰਦੇ ਆ ਨਾ ਉਹਨਾਂ ਨੂੰ ਮੈਨੂੰ ਸੌਂ ਲੱਗੇ ਪਰਮਾਤਮਾ ਦੇ ਲਾਭੀਰੇ ਚੱਲ ਆਹ ਲਾਈ ਬੈਠੇ ਆਪਾਂ ਉੱਦਾਂ ਵੀ ਗੱਲ ਕਰ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਵੀ ਉਹ ਉਹਨਾਂ ਨੂੰ ਹੀ ਪਤਾ ਵੀ ਕਿੰਨਾ ਚੇਤੇ ਕਰਦੇ ਆ ਮੈਂ ਅੱਜ ਤੱਕ ਨਾ ਕੋਈ ਬੰਦਾ ਇੰਨਾ ਜਾਣ ਤੋਂ ਬਾਅਦ ਮੇਰੇ ਵੀ ਬਹੁਤ ਵਿਛੜੇ ਆ ਮੈਂ ਵੀ ਇੰਨਾ ਚੇਤੇ ਨਹੀਂ ਕਰਦਾ ਐਵੇਂ ਰੱਬ ਕੋਲ ਝੂਠ ਬੋਲਾਂ ਕਰਦੇ ਹੈਗੇ ਆ ਰੋਜ਼ ਦਿਨ 'ਚ ਇੱਕ ਵਾਰੀ ਦੇਖ ਲਈਦਾ ਯਾਦ ਪਰ ਇੰਨਾ ਨਹੀਂ ਹੁੰਦਾ ਯਾਰ ਐਡਿਕਸ਼ਨ ਨਹੀਂ ਹੁੰਦਾ ਹੈ ਨਾ ਅਤੇ ਉਹ ਸੱਚੀ ਦਿਲੋਂ ਰੋਜ਼ ਬਹੁਤ ਚੇਤੇ ਮੈਨੂੰ ਉੱਦਣ ਦੇਖ ਕੇ ਇੰਨਾ ਚੰਗਾ ਫੀਲ ਹੋਇਆ ਮੈਂ ਕਿਹਾ ਯਾਰ ਕਿਤੇ ਤਾਂ ਹੈ ਭੈਣ ਚੋਂ ਜਿਉਂਦਾ ਯਾਰ ਹੈ ਨਾ ਪਿਆਰ ਜਿਉਂਦਾ ਇਹੀ ਚੀਜ਼ ਉਹਨਾਂ ਨੂੰ ਜਿਉਂਦੀ ਰੱਖੀ ਫਿਰਦੀ ਅਤੇ ਇਹੀ ਤੁਹਾਡੇ ਮਾਤਾ ਜੀ ਨੂੰ ਜਿਉਂਦੀ ਰੱਖੀ ਫਿਰਦੀ ਆ ਉਹਨਾਂ ਨੂੰ ਵੀ ਕੋਈ ਆਸ ਹੈ ਆਉਣ ਦੀ ਕੋਈ ਆਸ ਹੈ ਨਹੀਂ ਚਾਹੇ ਪਰ ਫਿਰ ਵੀ ਕੋਈ ਹੋਪ ਹੈ ਜਿਹਦਾ ਆਪਾਂ ਨੂੰ ਕੁਛ ਪਤਾ ਹੀ ਨਹੀਂ ਵੀ ਕੀ ਆਸ ਹੈ ਬਸ ਉੱਦਾਂ ਹੀ ਆਸਰਾ ਹੁੰਦਾ ਵੀਰੇ ਵੀ ਹਲੇ ਵੀ ਆਇਆ ਵੀ ਹੈਗਾ ਅਤੇ ਇਹ ਚੀਜ਼ ਦੇਖ ਕੇ ਮੈਨੂੰ ਇੰਨੀ ਬਿਊਟੀਫੁਲ ਚੀਜ਼ ਲੱਗੀ ਯਾਰ ਮੈਂ ਕਿਹਾ ਯਾਰ ਕਿਆ ਬਾਤ ਹੈ ਯਾਰ ਵੀ ਮਤਲਬ ਸਵਾਦ ਆ ਗਿਆ ਸੌਂ ਲੱਗੇ ਸੱਚੀ ਗੱਲ ਹੈ ਵੀ ਸੱਚੀ ਯਾਰ ਉਹ ਤਾਂ ਇਹ ਉਹਨਾਂ ਲਈ ਰਿਸਪੈਕਟ ਬਣਦੀ ਹੈ ਵੀ ਉਹ ਅੱਜ ਵੀ ਤੁਰੇ ਫਿਰਦੇ ਵੀਰੇ ਆਪਣੇ ਵਰਗਾ ਬੰਦਾ ਆਪਾਂ ਆਪਣੇ ਇਨ 40s ਹੀ ਹੋਈਏ ਨਾ ਆਈ ਡੋਨਟ ਨੋ ਹਰ ਐਗਜ਼ੈਕਟ ਏਜ ਪਰ ਆਪਾਂ ਆਪਣੇ 30-40s ਚ ਹੋਈਏ ਇੰਨੀਆਂ ਸੱਟਾਂ ਲੱਗ ਜਾਣ ਨੂੰ ਕੱਲਾ ਜਿਵੇਂ ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਬਾਈ ਜਮਾਂ ਜੀ ਨਹੀਂ ਕਰਦਾ ਅਤੇ ਕਿੱਥੇ ਕਿੱਥੇ ਇਕੱਲੇ ਪਹੁੰਚ ਜਾਂਦੇ ਆ ਉਹ ਹੌਸਲਾ ਹੀ ਲਈ ਫਿਰਦਾ ਬਾਈ ਮੇਰੇ ਈਵਨ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਮੇਰੇ ਵਿਆਹ 'ਤੇ ਵੀ ਮਾਤਾ ਜਿੱਥੇ ਵੀ ਮੇਰਾ ਵਿਆਹ ਸੀਗਾ ਮੈਕਸੀਕੋ ਸਾਡਾ ਵਿਆਹ ਸੀਗਾ ਮੇਰਾ ਅਤੇ ਇੰਡੀਆ ਤੋਂ ਭਾਜੀ ਮਾਤਾ ਅਤੇ ਦੋਨੇ ਭਰਾ ਅਤੇ ਮਾਤਾ ਪਹੁੰਚੇ ਉੱਥੇ ਸਪੈਸ਼ਲੀ ਇੰਡੀਆ ਤੋਂ ਫਲਾਈਟ ਬਹੁਤ ਲੰਬੀ ਹੁੰਦੀ ਹੈ ਫਿਰ ਵੀ ਉੱਥੋਂ ਆਉਣਾ ਯਾਰ ਇਹ ਚੀਜ਼ ਸਾਡੀ ਮੇਰੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਸੀ ਵੀ ਯਾਰ ਹੈ ਨਾ ਵੀ ਤੁਸੀਂ ਸ਼ੋਅ ਅਪ ਕੀਤਾ ਆਪਾਂ ਨੂੰ ਵਧੀਆ ਲੱਗਿਆ ਸਾਰੀ ਫੈਮਿਲੀ ਇਕੱਠੀ ਸੀ ਨਾ ਵਧੀਆ ਪਰਿਵਾਰ ਦਾ ਇੱਕ ਪਰ ਕਿਸ ਲਈ ਐਡੀ ਤੁਹਾਨੂੰ ਸਪੈਸ਼ਲੀ
ਉਹ ਖਿੱਚੀ ਹੁੰਦੀ ਆ ਉਹ ਦਿਲ ਬੰਦਾ ਕਿਉਂਕਿ ਆਪ ਸਾਫ ਹੁੰਦਾ ਤੇ ਮਾਤਾ ਨਾਲ ਇੱਕ ਬੈਠ ਕੇ ਮੈਨੂੰ ਹੋਰ ਇੰਨੀ ਵਧੀਆ ਗੱਲ ਲੱਗਦੀ ਆ ਉਹ ਆਲਵੇਸ ਗੱਲ ਕਰਦੇ ਆ ਔਰੇ ਦੀ ਉਹ ਕਹਿੰਦੇ ਤੇਰਾ ਔਰਾ ਸਾਫ ਹੋਣਾ ਚਾਹੀਦਾ ਕਰਨ ਤੇਰਾ ਔਰਾ ਸਾਫ ਹੋਣਾ ਚਾਹੀਦਾ ਸਾਰਾ ਕੁਛ ਸਹੀ ਹੋ ਜਾਂਦਾ ਇਹਦਾ ਮਤਲਬ ਪਤਾ ਕੀ ਆ ਤੁਹਾਨੂੰ ਜਿਹੜੇ ਬੈਠੇ ਆ ਨਾ ਕਈ ਵਾਰੀ ਇੱਥੇ ਹੇਟਫੁਲ ਕਮੈਂਟ ਭਰਦੇ ਰਹਿੰਦੇ ਹੋ ਜਾਂ ਤਾਂ ਤੁਹਾਨੂੰ ਮੈਂ ਗੱਲ ਦੱਸਦਾ ਆਪਦੇ ਆਪ ਨੂੰ ਸਾਫ਼ ਰੱਖੋਗੇ ਨਾ ਸਾਰਾ ਕੁਛ ਸਹੀ ਹੋਣਾ ਜੇ ਆਪਦੇ ਆਪ ਨੂੰ ਸਾਫ਼ ਨਾ ਰੱਖਿਆ ਜੇ ਇੱਥੇ ਗੰਦਾ ਤਾਂ ਆਲੇ ਦੁਆਲੇ ਗੰਦ ਹੀ ਭਰਿਆ ਰਹਿਣਾ ਵੀਰ ਸੱਚੀ ਦੱਸ ਰਿਹਾ ਗੱਲ ਸਾਰਿਆਂ ਮਖੌਲ ਸਾਈਡ 'ਤੇ ਸਵਾਦ ਜਦੋਂ ਮੈਂ ਕਹਿੰਦਾ ਵੀ ਯਾਰ ਸਵਾਦ ਲੈ ਰਿਹਾ ਇਹਦਾ ਮਤਲਬ ਇਹ ਆ ਡਾਰਲਿੰਗ ਵੀ ਯਾਰ ਕੁਛ ਨਹੀਂ ਹੈਗਾ ਦਿਮਾਗ 'ਚ ਨਾ ਕਿਸੇ ਬਾਰੇ ਕੁਛ ਆਇਆ ਵੀ ਇਹਨੂੰ ਆਪਦਾ ਕਰ ਲਓ ਆਪਦਾ ਸਵਾਦ ਲਓ ਕੋਈ ਨੈਗੇਟਿਵ ਚੀਜ਼ ਜਲਦ ਹੁਣ ਇਹ ਚੀਜ਼ ਨੂੰ ਯਾਰ ਮੈਂ ਇੱਕ ਤਾਂ ਵਰਡ 'ਚ ਨਹੀਂ ਨਾ ਰੱਖ ਸਕਦਾ ਤੂੰ ਐਕਸਪਲੇਨ ਨਹੀਂ ਕਰ ਸਕਦਾ ਜਿਹਨੂੰ ਪਤਾ ਉਹ ਨਹੀਂ ਪਤਾ ਵੀ ਆਪਦੇ ਆਪ ਨੂੰ ਸਾਫ਼ ਰੱਖੋਗੇ ਨਾ ਦਿਮਾਗ ਸਾਫ਼ ਰੋ ਤੁਹਾਡੇ ਨਾਲ ਸਾਰਾ ਕੁਛ ਵਧੀਆ ਹੀ ਹੋਣਾ ਇੱਕੋ ਹੀ ਥਿਊਰੀ ਆ ਵੀ ਸਭ ਵਧੀਆ ਹੀ ਆ ਸਭ ਵਧੀਆ ਹੀ ਹੋਣਾ ਪਿਆਰ ਕਰਨਾ ਸਿੱਖੋ ਹਾਂ ਬਸ ਸੱਚੀ ਜੇ ਮੂਹਰੋਂ ਬੰਦਾ ਯਾਰ ਤੈਨੂੰ ਨਹੀਂ ਵੀ ਉੱਦਾਂ ਦਾ ਪਹਿਲਾਂ ਸ਼ਾਇਦ ਨਾ ਬੰਦੇ ਤੂੰ ਤੂੰ ਆਪਦੇ ਵੱਲੋਂ ਪੂਰੀ ਟਰਾਈ ਕਰੇ ਵੀ ਯਾਰ ਮੈਂ ਤਾਂ ਸਹੀ ਹੋ ਰਿਹਾ ਲੋਕ ਮੇਰੇ ਨਾਲ ਫਿਰ ਵੀ ਮਾੜੀ ਕਰ ਦਿੰਦੇ ਆ ਜੇ ਤੂੰ ਤੇਰੇ ਸਹੀ ਹੋਣ ਦੇ ਨਾਲ ਲੋਕ ਤੇਰੇ ਨਾਲ ਮਾੜੀ ਕਰਕੇ ਯਾਰ ਤੂੰ ਆਪਦੇ ਆਪ ਨਾਲ ਮਾੜੀ ਕਰ ਰਹੇ ਆ ਤੈਨੂੰ ਕੋਈ ਫਰਕ ਨਹੀਂ ਉਹਦਾ ਪੈਣਾ ਲੌਂਗ ਟਰਮ ਦੇ ਵਿੱਚ ਇਹ ਚੀਜ਼ ਦਿਮਾਗ 'ਚ ਪਾਲਾ ਜੇ ਤੂੰ ਸਹੀ ਕਰੂੰਗਾ ਨਾ ਲੋਕਾਂ ਦਾ ਤਾਂ ਡਾਰਲਿੰਗ ਉਹਦਾ ਫਲ ਤੈਨੂੰ ਮਿਲਣਾ ਹੀ ਮਿਲਣਾ ਮੈਂ ਇਹ ਚੀਜ਼ ਆਪ ਜਮਾਈ ਹੈ ਗੰਦੇ ਬਣ ਕੇ ਵੀ ਦੇਖ ਲਿਆ ਸਹੀ ਬਣ ਕੇ ਵੀ ਦੇਖ ਲਿਆ ਵੀਰੇ ਐਵੇਂ ਕਹੀਏ ਹਰੇਕ ਬੰਦਾ ਹਰੇਕ ਆਪਣੇ ਫੇਸ 'ਚੋਂ ਨਿਕਲਦਾ ਲਾਈਫ ਦੇ ਅਸੀਂ ਵੀ ਬਹੁਤ ਚੁਸਤੀਆਂ ਚਲਾਕੀਆਂ ਕੀਤੀਆਂ ਨੇ ਪਹਿਲੀਆਂ ਸਾਨੂੰ ਵੀ ਪਤਾ ਵੀ ਕੁਛ ਨਹੀਂ ਨਿਕਲਿਆ ਆਪਦਾ ਸਵਾਦ ਲਓ ਹਰੇਕ ਬੰਦਾ ਕਰਦਾ ਈਵਨ ਜਵਾਕ ਚਲਾਕੀ ਕਰ ਦਿੰਦਾ ਬਿਲਕੁਲ ਐਂ ਕਹੀਏ ਵੀ ਚਲਾਕੀ ਨਹੀਂ ਹੈਨਾ ਛੇਆਂ ਸਾਲਾਂ ਦਾ ਜਵਾਕ ਚਲਾਕੀ ਕਰ ਦਿੰਦਾ ਸੋ ਆਪਣਾ ਵੀ ਯਾਰ ਆਪਣੀ ਕਮਿਊਨਿਟੀ 'ਚ ਵੀ ਇਹ ਚੀਜ਼ ਬਹੁਤ ਸਿੱਖਣ ਦੀ ਲੋੜ ਆ ਵੀ ਯਾਰ ਆਪਣੇ ਨਾ ਹੇਟਫੁਲ ਜੈਲਸੀ ਇਹ ਚੀਜ਼ਾਂ ਆਪਾਂ ਨੂੰ ਖਤਮ ਕਰਕੇ ਯੂਨਿਟੀ 'ਚ ਆਉਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਨੂੰ ਵੀ ਹਾਂ ਯਾਰ ਕਿਤੇ ਕਿਸੇ ਬੰਦੇ ਨੂੰ ਲੋੜ ਆ ਉੱਥੇ ਸਾਰੇ ਇਕੱਠੇ ਖੜੇ ਆ ਅਤੇ ਇੱਕ ਗੱਲ ਹੋਰ ਵੀਰੇ ਹੈ ਨਾ ਵੀ ਯਾਰ ਜਿਹੜੀ ਮੇਰੀ ਇਹ ਗੱਲ ਕਰਨ ਨੂੰ ਹੋਣਾ ਜਿਵੇਂ ਆਪਣੇ ਭਰਾ ਹੀ ਬੈਠਿਆ ਚੱਲ ਸਾਰੇ ਨਾ 7-8 ਹਜ਼ਾਰ ਬੰਦਾ ਇੱਥੇ ਕਿੱਕ 'ਤੇ ਬੈਠਾ ਬਾਅਦ 'ਚੋਂ ਯੂ ਜਾਂ ਟਿਊ 'ਤੇ ਪੈਣੀਆਂ ਦੇਖ ਲੈਣਗੇ ਪਰ ਚੱਕਰ ਆਇਆ ਵੀ ਯਾਰ ਇੱਕ ਤਾਂ ਹੀ ਨੈਗੇਟਿਵ ਵਾਲੀ ਗੱਲ ਹੈ ਨਾ ਅਤੇ ਇੱਕ ਦੂਜੀ ਗੱਲ ਜਦੋਂ ਕੋਈ ਬੰਦਾ ਚਾਹੇ ਆਪਣੀ ਕਮਿਊਨਿਟੀ 'ਚੋਂ ਕੋਈ ਹੋਵੇ ਕੋਈ ਊਂ ਆਮ ਬੰਦਾ ਹੋਵੇ ਬੰਦਾ ਹੈ ਨਾ ਯਾਰ 100 ਚੀਜ਼ਾਂ ਪੋਜ਼ੀਟਿਵ ਕਰੀ ਜਾਂਦਾ ਸਾਰਿਆਂ ਦੀ ਕਹਿਣਾ ਮੰਨੀ ਜਾਂਦਾ ਇੱਕ ਚੀਜ਼ ਉਹ ਬੰਦੇ ਤੋਂ ਵਿਚਾਰ ਤੋਂ ਗਲਤੀ ਹੋ ਜਾਵੇ ਤਾਂ ਬੰਦੇ ਨੂੰ ਕਹਿੰਦੇ ਇਹ ਸਾਲਾ ਫੋਤੂ ਆ ਇਹ ਪਤਾ ਨਹੀਂ ਕਹੇ ਜਿਹੀ ਕਹੀਆਂ ਗਾਲਾਂ ਹੈ ਨਾ ਵੀਰੇ ਯਾਰ ਦੇਖੋ ਇਹ ਵੀ ਯਾਰ ਐਂ ਥੋੜ੍ਹੀ ਹੁੰਦਾ ਹੈ ਯਾਰ ਇਹਨੂੰ ਮੈਂ ਆਹੀ ਕਹਿ ਸਕਦਾ ਹੈ ਨਾ ਬੰਦਾ ਯਾਰ ਸਾਰੀ ਉਮਰ ਯਾਰ ਆਪਦਾ ਲਾ ਦਿੰਦਾ ਹੈ ਨਾ ਯਾਰ ਹਰ ਉਹ ਕਰਨ 'ਤੇ ਤੁਸੀਂ ਜੇ ਤੁਹਾਡੀ ਫੈਮਿਲੀ 'ਚ ਵੀ ਤੁਸੀਂ ਕੋਈ ਆਰਟਿਸਟ ਛੱਡੋ ਤੁਹਾਡੀ ਫੈਮਿਲੀ ਦੇ ਵਿੱਚ ਵੀ ਮੰਨ ਲਓ ਜੇ ਤੁਸੀਂ ਹੋ ਤੁਹਾਡੇ ਭਰਾ ਤੋਂ ਤੁਹਾਡੀ ਭੈਣ ਤੋਂ ਤੁਹਾਡੇ ਕਿਸੇ ਤੋਂ ਗਲਤੀ ਹੋ ਗਈ ਤੁਸੀਂ ਰਿਲੇਸ਼ਨਸ਼ਿਪ 'ਚੋਂ ਗਲਤੀ ਹੋ ਗਈ ਵੀਰੇ ਜਿਹੜੀਆਂ ਉਹਨੇ 20 ਚੀਜ਼ਾਂ ਸਹੀ ਕੀਤੀਆਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਜਿਹੜੀ ਇੱਕ ਗਲਤੀ ਹੁੰਦੀ ਉਹਨੂੰ ਬਖਸ਼ ਦਿਆ ਕਰੋ ਤਾਂ ਜੇ ਇਹ ਤੁਸੀਂ ਕਰਨ ਲੱਗ ਜਾਓਗੇ ਤਾਂ ਲਾਈਫ ਹੀ ਬਹੁਤ ਸਿੰਪਲ ਹੋ ਜਾਣੀ ਹੈ ਕੋਈ ਦੁੱਖ ਹੀ ਨਹੀਂ ਰਹਿਣਾ ਅੱਧੇ ਬੰਦੇ ਆਹੀ ਵਾਲ ਜੇ ਫਿਰਦੇ ਨੇ ਮੇਰੇ ਨਾਲ ਉਹ ਨਹੀਂ ਬੋਲਦਾ ਕਿਉਂਕਿ ਆਹ ਛੋਟੀ ਜਿਹੀ ਗੱਲ ਹੋ ਗਈ ਸੀ ਆਹ ਹੋ ਗਿਆ ਪਰਿਵਾਰ 'ਚ ਟੈਨਸ਼ਨਾਂ ਰਹਿੰਦੀਆਂ ਹੈ ਨਾ ਇੱਕ ਮੇਰਾ ਭਰਾ ਇੱਥੇ ਬਾਜਵਾ ਬਾਹਰ ਬੈਠਾ ਹੈ ਨਾ ਇਹਨੇ ਗੱਲ ਕਹੀ ਸੀ ਬਹੁਤ ਵਧੀਆ ਮੈਨੂੰ ਚੇਤੇ ਆ ਪਰ ਹੁਣ ਗੱਲਾਂ ਜੁੜੀਆਂ ਇਹ ਕਹਿੰਦਾ ਯਾਰ ਵੀ ਜਿਹੜਾ ਬੰਦਾ ਹੁੰਦਾ ਨਾ ਚਲੋ ਬਾਕੀ ਨਹੀਂ ਇੱਕ ਮੈਨ ਜਿਹੜਾ ਬੰਦਾ ਹੁੰਦਾ ਵੀ ਬੰਦਾ ਯਾਰ ਬਾਹਰ ਥੱਕਿਆ ਟੁੱਟਿਆ ਹੈ ਨਾ ਕੰਮ ਕਰਦਾ ਕੁੜੀਆਂ ਵੀ ਕਰਦੀਆਂ ਨੇ ਸਾਰੇ ਕਰਦੇ ਆ ਪਰ ਉੱਦਾਂ ਤੈਨੂੰ ਉਹਨੇ ਆਪਦੇ ਇੱਕ ਬੰਦੇ ਦੇ ਐਕਸਪੀਰੀਅੰਸ ਨਾਲ ਦੱਸਿਆ ਵੀ ਮੈਂ ਕਿੱਦਾਂ ਫੀਲ ਕਰਦਾ ਉਹਦੀ ਮੈਨੂੰ ਇਹ ਗੱਲ ਵਧੀਆ ਲੱਗੀ ਕਹਿੰਦਾ ਯਾਰ ਬੰਦਾ ਹੁੰਦਾ ਕੰਮ ਕਰਦਾ ਸਾਰਾ ਕੁਛ ਵੀ ਬੰਦੇ ਨੂੰ ਕਦੇ ਵੀ ਜ਼ਿੰਦਗੀ 'ਤੇ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਪਿੱਛੇ ਕਰ ਲਵੇ ਹੋਲਡ ਬੈਕ ਕਰ ਲਵੇ ਜੇ ਉਹਦੇ ਘਰ 'ਚ ਮਾਹੌਲ ਠੀਕ ਹੋਵੇ ਹੈ ਨਾ ਘਰ 'ਚ ਕਲੇਸ਼ ਨਾ ਹੋਵੇ ਤਾਂ ਬੰਦਾ ਉਹੀ ਉੱਡਿਆ ਰਹਿੰਦਾ ਵੀ ਯਾਰ ਕੋਈ ਚੱਕਰੇ ਨਹੀਂ ਜਿਹੜਾ ਮਰਜ਼ੀ ਆ ਜਾਵੇ ਹੈ ਨਾ ਵੀ ਉਹ ਕਹਿੰਦਾ ਵੀ ਉਹਨੇ ਐਹੀ ਗੱਲ ਕਹੀ ਸੀ ਕਹਿੰਦਾ ਵੀ ਯਾਰ ਘਰੇ ਚਾਹੇ ਐਂ ਕਹਿਣਾ ਪਵੇ ਵੀ ਜਦੋਂ ਮੈਂ ਆ ਗਿਆ ਨਾ ਮੇਰੇ ਜਾਣ ਤੋਂ ਬਾਅਦ ਚਾਹੇ ਇੱਕ ਦੂਜੇ ਦੇ ਜੂੰਡੇ ਖਿਲਾਰ ਦੋ ਕਹਿੰਦਾ ਜਦੋਂ ਮੈਂ ਆ ਗਿਆ ਤਾਂ ਚੀਰ ਕੱਢ ਕੇ ਨਾ ਐਂ ਵਾਲ ਬਣੇ ਹੋਣੇ ਚਾਹੀਦੇ ਵੀ ਸਭ ਕੁਛ ਸਹੀ ਹੈ ਹਾਂ ਪਰ ਕਹਿਣਾ ਤੁਹਾਨੂੰ ਆਇਆ ਵੀ ਸੱਚੀ ਯਾਰ ਬੰਦਾ ਦੱਬਦਾ ਨਹੀਂ ਜੇ ਘਰੇ ਕਲੇਸ਼ ਨਾ ਹੋਵੇ ਤੇ ਯਾਰੀਆਂ 'ਚ ਕਲੇਸ਼ ਨਾ ਹੋਵੇ ਓਵਰਆਲ ਰਿਲੇਸ਼ਨਾਂ 'ਚ ਕਲੇਸ਼ ਨਾ ਹੋਵੇ ਛੋਟੀਆਂ ਬਹੁਤੀਆਂ ਮਿਸਅੰਡਰਸਟੈਂਡਿੰਗ ਨਾ ਹੋਣ ਤਾਂ ਲਾਈਫ ਇੰਨੀ ਸਿੰਪਲ ਹੋਵੇ ਨਾ ਵੀ ਮੈਂ ਕਹਿੰਦਾ ਸਾਡੀ ਗੱਲਾਂ ਦੇ ਇਹਦਾ ਜ਼ਿਆਦਾ ਸਵਾਦ ਕੀ ਹੋ ਸਕਦਾ ਤੁਹਾਡੀ ਪਰਿਵਾਰ 'ਚ ਪਿਆਰ ਆ ਤੁਹਾਡੇ ਪਰਿਵਾਰ 'ਚ ਏਕਾ ਤੁਹਾਡੇ ਮੁਆਸ਼ਰੇ 'ਚ ਏਕਾ ਸਟਾਰਟਿੰਗ ਤੁਸੀਂ ਆਪਣੇ ਆਪ ਖਿਆਲ ਰੱਖਿਆ ਕਰੋ ਮੂਰਲਾ ਬੰਦਾ ਬੋਲ ਦਿੰਦਾ ਵੀਰੇ ਆਪ ਚੁੱਪ ਹੋ ਜਾਓ ਯਾਰ ਕਿੱਡੀ ਕੀ ਗੱਲ ਆ ਹਨਾ ਜੇ ਮਾਤਾ ਨੇ ਕੁਛ ਬੋਲਤਾ ਤਾਂ ਮੁੰਡਾ ਚੁੱਪ ਕਰ ਜਾਵੇ ਯਾਰ ਇਹ 'ਚ ਕਿੱਡੀ ਗੱਲ ਆ ਕੋਈ ਬੇਇੱਜ਼ਤੀ ਆ ਵੀ ਕੋਈ ਅੰਦਰ ਡਾਰਲਿੰਗ ਉਹ ਈਗੋ ਆ ਜਿਹੜੀ ਬੁਲਾਉਂਦੀ ਆ ਵੀ ਕਹਿ ਦੇ ਕੁਛ ਕਹਿ ਦੇ ਹੁਣੀ ਔਖਾ ਹੋ ਜਾ ਹਾਂ ਇਦਾਂ ਨਹੀਂ ਚਾਹੀਦਾ ਵੀਰੇ ਇਦਾਂ ਨਹੀਂ ਚਾਹੀਦਾ ਆਪਾਂ ਕਹਿੰਦੇ ਹੁੰਦੇ ਸੀ ਇੱਕ ਬਹੁਤ ਸੋਹਣੀ ਗੱਲ ਹਾਂ ਕਿ ਸ਼ੇਰ ਬੋਲਦੇ ਹੁੰਦੇ ਸੀ ਇੱਕ ਸ਼ੇਰ 'ਚ ਗੱਲ ਇੰਨੀ ਕਿ ਜਿਹੜੀ ਹੈ ਨਾ ਉਹ ਕੰਕਲੂਡ ਮੈਂ ਇਹ ਕਰ ਰਿਹਾ ਉਹ ਕਹਿੰਦੇ ਕੁਛ ਇਸ ਤਰ੍ਹਾਂ ਹਮਨੇ ਆਪਣੀ ਜ਼ਿੰਦਗੀ ਕੋ ਆਸਾਨ ਕਰ ਲਿਆ ਕੁਛ ਇਸ ਤਰ੍ਹਾਂ ਹਮਨੇ ਆਪਣੀ ਜ਼ਿੰਦਗੀ ਕੋ ਆਸਾਨ ਕਰ ਲਿਆ ਕਿਸੀ ਸੇ ਮਾਫ਼ੀ
कुछ इस तरह हमने अपनी जिंदगी को आसान कर लिया, कुछ इस तरह हमने अपनी जिंदगी को आसान कर लिया, किसी से माफी मांग ली, किसी को माफ कर दिया। गल खत्म यार, ये तो और मैं बड़े ग्रजेस ना रखया करो किसी दे थ्रू ना, अपना ट्राई हुंदा वी यार लोग जिन्ना अपना एक्सपीरियंस हैगा लाइफ दा, वी अपने यार भराई ने यार कोई 17-18 सालां दा, कोई 20 दा, 21 दा, किसी ने लाइफ देखनी आ, कोई 30-35 दा वी अपन नूं देखिंदा जिन्हूं अपन तों वध पता होवे शायद, पर आपां तां आई आ वी मैसेज बाहर होवे वी यार ख्याल रखा करो अपने परिवार का, ख्याल रखा करो अपने रिलेशन का, ख्याल रखा करो है ना, भी यही चीजा ने जिंदगी से बंदा बाद पछता जो ग्रजेस रख लीजिए भी जो कोई चले जाता भी यार शायद ये ना गल ही है ना, बिल्कुल कर लो ग्रजेस रख, मैं बहुत रख दूंगा भाई, मैं ना कैंसेरियन हाँ ते मेनू ना मतलब सारा योगी होंगे ही मकर चलो राशि फलां दी होर गल्लां ने, उहूं साडा प्यार या रूहां दा हुंदा, ठीक है राशियां दे हिसाब नाल नहीं हुंदा, इह वैसे तुहानूं मैं हुण नॉलेज लई दस रहा, कहिण दा भाव इह है कि वी हना मैं ग्रजेस बहुत रखदा हुंदा सीगा पहलां हना वी लै अच्छा उहने एवें करता फिर मैं कर भी दिंदा ई उहदे नाल, फिर उहनूं हुंदा ई मैं कहा अच्छा तूं याद तूं मैनूं ऐं करिया जी हुण मैं तेरे नाल ऐं करूंगा, ਉਹ ਪਤਾ ਨਹੀਂ ਫਿਰ ਨਾ 2 ਸਾਲ ਐਂ ਲੰਘੇ ਫਿਰ ਮੈਨੂੰ ਐਂ ਹੋਇਆ ਮੈਂ ਕਿਹਾ ਯਾਰ ਉਹ ਫਾਲਤੂ ਦੀ ਹੋਈ ਹਨਾ ਆ ਹੀ ਕਰਨ ਨਾਲ ਵੀ ਫਾਇਦਾ ਨਹੀਂ ਹੈਗਾ ਕੋਈ ਹਨਾ ਵੀ ਫਿਰ ਅੱਛਾ ਫਿਰ ਸਾਰੀ ਟੈਨਸ਼ਨ ਵੀ ਰਹਿਣੀ ਹਨਾ ਯਾਰ ਉਹ ਸਾਲਾ ਹੁਣ ਮੈਂ ਉਹਦਾ ਐਂ ਕਰਤਾ ਉਹ ਸਾਲਾ ਮੇਰਾ ਨਾ ਗੁਣ ਐਂ ਕਰ ਦੇਵੇ ਉਹਦਾ ਜਵਾਬ ਮੈਂ ਕਿਵੇਂ ਦਊਂਗਾ ਪ੍ਰੋਡਕਟਿਵ ਟਾਈਮ ਬੰਦਾ ਇਸ ਗੱਲ 'ਚ ਕੱਢ ਲੈਂਦਾ ਯਾਰ ਮੈਂ ਉਹਦੇ ਨਾਲ ਆਹ ਕਰਨਾ ਮੈਂ ਆ ਵੀ 1.5 ਸਾਲ ਖਰਾਬ ਕਰ ਲਿਆ ਯਾਰ ਆ ਵੀ ਗੱਲ ਬਹੁਤ ਹੀ ਗਈ ਆ ਸੱਚੀ ਜਦੋਂ ਕਿਸੇ ਨਾਲ ਫਿਰ ਤੁਸੀਂ ਕੋਈ ਤੁਹਾਡੇ ਨਾਲ ਭੋਰ ਦਿੰਦਾ ਤੁਸੀਂ ਉਹਦੇ ਨਾਲ ਭੋਰ ਦਿੰਦੇ ਹੋ ਫਿਰ ਤੁਹਾਨੂੰ ਡਰ ਲੱਗਿਆ ਰਹਿੰਦਾ ਵੀ ਹੁਣ ਫੇਰ ਨਾ ਭੋਰ ਦੋ ਫਿਰ ਤੁਹਾਡੇ ਚ ਉਹਦੇ ਚ ਫਰਕ ਕੀ ਰਹਿ ਗਿਆ ਫਿਰ ਤੁਸੀਂ ਉਹ ਸਟ੍ਰੈਸ 'ਚ ਹੀ ਲਾਈਫ ਕੱਢ ਦਿੰਦੇ ਹੋ ਵੀਰੇ ਨੇ ਬਹੁਤ ਸੋਹਣੀ ਗੱਲ ਕਹੀ ਜੇ ਤੁਹਾਡਾ ਕੋਈ ਮਾੜਾ ਕਰਦਾ ਉਹ ਤੁਹਾਡਾ ਨਹੀਂ ਉਹ ਆਪਣਾ ਮਾੜਾ ਕਰ ਰਿਹਾ ਸਿੰਪਲ ਸਵਾਦ ਲਓ ਯਾਰ ਇਹ ਸੱਚੀ ਪਹਿਲਾਂ ਇਹ ਗੱਲਾਂ ਲੱਗਦੀਆਂ ਗਿਆਨ ਗਿਉਣ ਵਾਲੀਆਂ ਵੀ ਯਾਰ ਗਿਆਨ ਵੰਡ ਰਹੇ ਸਤਸੰਗ ਨਹੀਂ ਹੈਗਾ ਕੋਈ ਇਹ ਪਰ ਸੱਚੀ ਗੱਲਾਂ ਨੇ ਡਾਰਲਿੰਗ ਇਹ ਲਾਈਫ ਇਦਾਂ ਹੀ ਚੱਲਦੀ ਹੈ ਵੀਰੇ ਸੱਚੀ ਯਾਰ ਤੁਸੀਂ ਜਿੰਨਾ ਵਧੀਆ ਸੋਚੋਗੇ ਓਨਾ ਵਧੀਆ ਹੋਊਗਾ ਸਿੰਪਲ ਇਸ ਦਾ ਇੱਕ ਛੋਟੀ ਜੀ ਜਿਵੇਂ ਇੱਕ ਗੱਲ ਮੇਰੇ ਯਾਦ ਆ ਗਈ ਛੋਟੇ ਹੁੰਦਿਆਂ ਦੀ ਹਨਾ ਉਹ ਤਾਂ ਮਤਲਬ ਪਾਪਾ ਦੀ ਗੱਲ ਸੀ ਇਹ ਕਿ ਮਤਲਬ ਹੈ ਤਾਂ ਮਤਲਬ ਸ਼ੋਗਲ ਵਾਲੀ ਵੀ ਗੱਲ ਆ ਬਟ ਸੀਰੀਅਸ ਵੀ ਹਨਾ ਵੀ ਲੈ ਉਹ ਐਂ ਜਾਈ ਨਹੀਂ ਇਕੱਲੀ ਸ਼ੋਗਲ 'ਚ ਲੈਣੀ ਆ ਜਿਵੇਂ ਹਨਾ ਜਿਵੇਂ ਜੋ 2 ਭਾਈਆਂ ਜਿਹਨਾਂ ਹਨਾ 2 ਭੈਣਾਂ ਜੀ ਆ ਭਾਈ ਭੈਣ 'ਚ ਹਨਾ ਸਭ ਸਿਬਲਿੰਗਸ 'ਚ ਲੜਾਈਆਂ ਹੁੰਦੀਆਂ ਨਾ ਛੋਟੇ ਹੁੰਦੇ ਕਿਸੇ ਚੀਜ਼ ਪਿੱਛੇ ਖਿਡਾਉਣੇ ਪਿੱਛੇ ਇੱਦਾਂ ਦਾ ਇਹਦਾ ਮੈਂ ਤੇ ਲਾਭ ਲੜ ਪਏ ਹਨਾ ਇੱਕ ਵਾਰੀ ਇੱਕ ਗਨ ਟੋਏ ਸੀਗਾ ਹਨਾ ਉਹਦੇ ਪਿੱਛੇ ਲੜ ਪਏ ਨਾ ਇਹ ਇੱਕ ਪਾਪਾ ਇਹਨੂੰ ਲੈ ਕੇ ਦਿੰਦੇ ਹੁੰਦੇ ਸੀ ਸੇਮ ਚੀਜ਼ ਮੈਨੂੰ ਹਨਾ ਮੈਂ ਆਪਣੀ ਤੋੜ ਦਿੰਦਾ ਹੁੰਦਾ ਸੀ ਇਹਦੇ ਵਾਲੀ ਸਾਂਭ ਲੈਂਦਾ ਹੁੰਦਾ ਕਹਿੰਦਾ ਫਿਰ ਮੈਂ ਕਹਿੰਦਾ ਆਹ ਮੇਰੀ ਨਾ ਆਹ ਮੇਰੀ ਹੈ ਤੇਰੀ ਵਾਲੀ ਟੁੱਟ ਗਈ ਤੇ ਮੈਂ ਕਿਹਾ ਚਲੋ ਮੈਂ ਵੀ ਪਤਾ ਹੀ ਮੈਂ ਚੱਲ ਠੀਕ ਆ ਹਨਾ ਮੈਂ ਆਈ ਡੋਨਟ ਕੇਅਰ ਤੇ ਮੈਂ ਨਾ ਪਾਪਾ ਨੂੰ ਸ਼ਿਕਾਇਤ ਲਾਤੀ ਜਾ ਕੇ ਪਾਪਾ ਐਂ ਦੇਖੋ ਮੈਨੂੰ ਐਂ ਤੰਗ ਕਰਦਾ ਲਾ ਪੋ ਉਹਨੂੰ ਮੇਰੀ ਉਹਨੇ ਚੀਜ਼ ਸਾਂਭ ਲਈ ਫਲਾਣੀ ਉਹ ਵੀ ਸਾਂਭ ਲਈ ਆਪਣੀਆਂ ਤੋੜ ਦਿੰਦਾ ਖਰਾਬ ਕਰ ਦਿੰਦਾ ਉਹ ਪਾਪਾ ਕਹਿੰਦੇ ਮੇਰੀ ਗੱਲ ਸੁਣ ਕਹਿੰਦੇ ਜਦੋਂ ਸ਼ੇਰ ਜਾਂਦਾ ਹੁੰਦਾ ਨਾ ਤਾਂ ਕੁੱਤੇ ਬਹੁਤ ਭੌਂਕਦੇ ਹੁੰਦੇ ਆ ਵਾਓ ਹਨਾ ਉਹ ਮੈਂ ਅੱਛਾ ਮੈਂ ਕਿਹਾ ਪਾਪਾ ਮੈਂ ਨਹੀਂ ਹਨਾ ਉਦਾਂ ਦਾ ਮੈਂ ਨਹੀਂ ਹਨਾ ਮੈਨੂੰ ਨਾ ਮੈਨੂੰ ਸਮਝ ਨਹੀਂ ਆਇਆ ਮੈਂ ਜਵਾਬ ਸੀ ਮੈਨੂੰ ਕੀ ਸਮਝ ਆਉਣੀ ਸੀ ਗੱਲ ਹੁਣ ਮੈਨੂੰ ਹਲੇ ਵੀ ਯਾਦ ਆ ਮੈਂ ਕਿਹਾ ਪਾਪਾ ਨੇ ਸ਼ਾਇਦ ਕੋਈ ਨਾ ਮੇਰੇ ਨਾਲ ਮਜ਼ਾਕ ਕਰਿਆ ਹਨਾ ਫਿਰ ਹੱਸ ਵੀ ਪਏ ਉਹ ਇੰਨੀ ਗੱਲ ਕਹਿ ਕੇ ਹਨਾ ਤੇ ਕਹਿੰਦੇ ਕੋਈ ਨਹੀਂ ਹਨਾ ਵੀ ਤੂੰ ਕੋਈ ਨਹੀਂ ਛੋਟਾ ਭਾਈ ਆ ਤੇਰਾ ਫਿਰ ਕੀ ਹੋ ਗਿਆ ਵੀ ਦੇ ਉਹਨੂੰ ਜੋ ਬਰਾਬਰ ਹਨਾ ਵੱਡੇ ਹੋ ਕੇ ਗੱਲਾਂ ਪਤਾ ਲੱਗਦੀਆਂ ਫਿਰ ਬਈ ਇਹ ਵੱਡੇ ਹੋ ਕੇ ਪਤਾ ਚੱਲਿਆ ਵੀ ਛੋਟੇ ਨੂੰ ਦੇਣਾ ਹਨਾ ਛੋਟੇ ਦੀ ਰਿਸਪੋਂਸਿਬਿਲਟੀ ਹਨਾ ਤੇਰੀ ਡਿਊਟੀ ਆ ਯਾ ਬ్రో ਤੂੰ ਖਿਆਲ ਰੱਖਣਾ ਦਾ ਆਫਟਰ ਦੈਟ ਮੈਨੂੰ ਇਹ ਗੱਲ ਹੁਣ ਸਮਝ ਆਈ ਫਿਲਮਾਂ 'ਚ ਵੀ ਬਹੁਤ ਸੁਣਦੇ ਆ ਟਾਟਾ ਲੋ ਹਾਂ ਜੋ ਹਾਥੀ ਜਾਤਾ ਹੈ ਤੂੰ ਬਾਂਦਰ ਵਾਇਆ ਕਰਦੇ ਆ ਤੂੰ ਕਹਿਣਾ ਵੀ ਹੁਣ ਇਹ ਤੂੰ ਹਾਥੀ ਆ ਫਿਰ ਮੇਰੀ ਹਾਥੀ ਵਾਲੀ ਆ ਤੇਰਾ ਮਤਲਬ ਕੀ ਆ ਬਈ ਨੋ ਕਹਿਣ ਦਾ ਭਾਵ ਇਟਸ ਲਾਈਕ ਯੂ ਨੋ ਪਾਪਾ ਦੀ ਇੱਕ ਐਗਜ਼ਾਮਪਲ ਮੈਨੂੰ ਜਿਹੜੀ ਹੁਣ ਸਮਝ ਆਈ ਆ ਕਿ ਵੀ ਲੋਕ ਸਮਝਦੇ ਸੀਗੇ ਕਿ ਯਾਰ ਵੀ ਹਾਂ ਵੀ ਇਟਸ ਜਸਟ ਅ ਡਾਇਲੋਗ ਬਟ ਨੋ ਇਟਸ ਵੈਰੀ ਡੀਪ ਤੁਸੀਂ ਹੁਣ ਦੇਖੋਗੇ ਪਈ ਯਾਰ ਉਹਨਾਂ ਨੇ ਆਈਕਨ
ਬਣਾ ਲਿਆ ਆਪਣੇ ਆਪ ਨੂੰ ਇੱਕ ਬੱਬਰ ਸ਼ੇਰ ਕਹਿਤਾ ਵੀ ਮੈਂ ਇੱਕ ਆਈਕਨ ਆਮ ਕਿੰਗ ਉਹਦੇ ਵਿੱਚ ਬੱਬਰ ਸ਼ੇਰ ਨਹੀਂ ਆਇਆ ਹੀ ਇਜ਼ ਨਾਟ ਜਸਟ ਐਨ ਐਨੀਮਲ ਹੀ ਇਜ਼ ਅ ਫੀਅਰਲੈਸ ਐਨੀਮਲ ਹੀ ਇਜ਼ ਅ ਕਿੰਗ ਆਫ ਦ ਜੰਗਲ ਐਂਡ ਰਿਪ੍ਰੈਜ਼ੈਂਟੇਟਿਵ ਆਫ ਫੀਅਰਲੈਸਨੈਸ ਐਂਡ ਐਂਡ ਉਹ ਕਹਿੰਦੇ ਵੀ ਜਿਹੜੇ ਕੁੱਤੇ ਹੁੰਦੇ ਆ ਹਨਾ ਉਹ ਐਵੇਂ ਕਿਸੇ ਨੂੰ ਜਣੇ ਹੁਣ ਭੌਂਕਤਾ ਟੈਪ ਟੈਰਾ ਵਿੱਚ ਨਾ ਨਾ ਉਹ ਨਾ 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 ਆਪਾਂ ਬੱਬਰ ਸ਼ੇਰਾਂ ਦੀ ਫੈਮਿਲੀ ਚੋਂ ਆ ਯੂ ਨੋ ਵਾਓ ਅਬ ਵਾਈ ਐਸ ਐ ਬੱਬਰ ਸ਼ੇਰ ਦੀ ਫੈਮਿਲੀ ਬ੍ਰੋ ਸਰਦੂਲ ਦਾ ਫਾਰਸੀ ਲਫ਼ਜ਼ ਹੈ ਐਂਡ ਇਟ ਮੀਨਸ ਲਾਇਨ ਜਿਹੜੀ ਮਰਜ਼ੀ ਲੈਣ ਕੱਢ ਲੋ ਆਹੀ ਕਨਕਲੂਜਨ ਨਿਕਲਣਾ ਵੀ ਬਾਬਾ ਜੀ ਸਹੀ ਸੋਚੋ ਸਹੀ ਹੋਵੇਗਾ ਕਰਨ ਬਾਬੇ ਦਾ ਰਹਿਣ ਦੇ ਪੰਗਾ ਨਾ ਪਾਦੀ ਪਤਾ ਲੱਗੇ ਐਨਡੀਟੀਵੀ ਵਾਲੇ ਬੁਲਾ ਲੈਣ ਬਰੋ ਮੈਂ ਗੱਲ ਦੱਸ ਦਵਾਂ ਦੱਸੋ ਪੱਕਾ ਦੱਸ ਦਵਾਂ ਮੈਂ ਤੁਹਾਨੂੰ ਗੱਲ ਦੱਸਦਾ ਪੋਜ਼ਿਟਿਵਿਟੀ ਦੀ ਐਗਜ਼ਾਮਪਲ ਦਿੰਦਾ ਸ਼ਾਇਦ ਬਾਈ ਨੇ ਕਿਤੇ ਗੱਲ ਸ਼ੇਅਰ ਨਹੀਂ ਕੀਤੀ ਹੋਣੀ ਮੈਂ ਦੱਸਣ ਲੱਗਿਆ ਸੋਰੀ ਜੇ ਕੋਈ ਇੱਦਾਂ ਦੀ ਗੱਲ ਰਿਵੀਲ ਕਰਤੀ ਬਟ ਬਾਈ ਜਦੋਂ ਮੰਮਾ ਨੂੰ ਮਿਲਣ ਗਏ ਸੀਗੇ ਉਦੋਂ ਮੈਨੂੰ ਵੀਰੇ ਨੇ ਵੀਡੀਓ ਭੇਜੀ ਸੀ ਤੁਸੀਂ ਸੋਚਦੇ ਹੋਵੋਗੇ ਕਿ ਕਰਨ ਔਜਲਾ ਦ ਵਨ ਐਂਡ ਓਨਲੀ ਕਰਨ ਔਜਲਾ ਦੇ ਗੱਡੀ 'ਚ ਕੀ ਲੱਗਦਾ ਕਿਹੜੇ ਗਾਣੇ ਲੱਗਦੇ ਕੀ ਆਡੀਓ ਲੱਗਦਾ ਤੁਹਾਨੂੰ ਅੱਜ ਮੈਂ ਦੱਸ ਰਿਹਾ ਬਾਈ ਦੇ ਉਸ ਟਾਈਮ ਆਡੀਓ ਕਿਹੜੀ ਲੱਗੀ ਹੋਈ ਸੀ ਐਂਡ ਆਮ ਪ੍ਰੀਟੀ ਸ਼ੋਰ ਦੈਟਸ ਆਲਵੇਜ਼ ਦ ਕੇਸ ਬਾਈ ਜਦੋਂ ਮੰਮਾ ਨੂੰ ਮਿਲਣ ਜਾ ਰਹੇ ਸੀ ਗੱਡੀ 'ਚ ਪਾਠ ਲੱਗਿਆ ਹੋਇਆ ਸੀ ਐਂਡ ਕੈਨ ਯੂ ਬਲੀਵ ਉਸ ਟਾਈਮ ਐਂਡ ਮੈਨੂੰ ਪਤਾ ਕਿ ਹਰ ਟਾਈਮ ਜਿੰਨਾ ਬੰਦਾ ਆਪਣੇ ਆਪ ਨੂੰ ਪੋਜ਼ੀਟਿਵ ਰੱਖਦਾ ਉਹ ਸਭ ਤੋਂ ਵੱਡੀ ਨਿਸ਼ਾਨੀ ਹੈ ਵੀਰੇ ਭਰਾ ਦੀ ਤੁਸੀਂ ਸਾਰੇ ਜਣੇ ਪੋਜ਼ੀਟਿਵ ਰਹੋ ਰੱਬ ਨਾਲ ਜੁੜੇ ਰਹੋ ਉਹਦਾ ਸ਼ੁਕਰੀਆ ਅਦਾ ਕਰੋ ਐਂਡ ਥੈਂਕ ਹਿਮ ਬੀ ਪੋਜ਼ੀਟਿਵ ਦੈਟਸ ਆਲ ਬਿਲਕੁਲ ਦੇਖੋ ਆਪਾਂ ਟਰਾਈ ਕਰਦਾ ਦੇਖੋ ਯਾਰ ਕੋਈ ਆਪਾਂ ਜ਼ਿਆਦਾ ਰਿਲੀਜੀਅਸ ਵੀ ਨਹੀਂ ਹੈਗੇ ਨਾ ਨਾ ਬਾਲੇ ਨਾਸਤਕ ਹਾਂ ਨਾ ਵੀ ਪਤਾ ਨਹੀਂ ਹੈਗਾ ਪਰ ਐਂ ਹੁੰਦਾ ਵੀ ਯਾਰ ਵੀ ਜਿੰਨਾ ਕੁ ਹੋ ਸਕਦਾ ਯਾਰ ਜਿਹੜੇ ਬਾਬੇ ਨੇ ਆਪਾਂ ਨੂੰ ਬਣਾਇਆ ਉਹਨੂੰ ਕਰਨੀ ਹੁੰਦਾ ਤਾਂ ਸੁਣੇ ਲਈ ਸੁਣੇ ਲਈ ਹਨਾ ਸ਼ਾਂਤੀ ਮਿਲਦੀ ਆ ਐਵੇਂ ਕਹੀਏ ਵੀ ਹਨਾ ਆਪਾਂ ਤੋਂ ਜ਼ਿਆਦਾ ਨਹੀਂ ਹਨਾ ਕਈ ਵਾਰੀ ਮੇਤੋਂ ਨਾ ਬੰਦੇ ਪੁੱਛਣ ਲੱਗ ਦਿੰਦੇ ਆ ਹੁਣ ਜਿਵੇਂ ਯਾਰ ਆਪਣੇ ਚਲੋ ਇਹ ਵੀ ਗੱਲ ਕਰ ਲੈਣੇ ਵੀ ਯਾਰ ਹਨਾ ਇਸ ਟਾਈਮ ਵੀ ਪੰਜਾਬ 'ਚ ਮਾਹੌਲ ਬਹੁਤ ਖਰਾਬ ਹੋਇਆ ਹੋਇਆ ਹਨਾ ਜੋ ਵੀ ਆ ਪਰ ਮੈਨੂੰ ਕਈ ਵਾਰੀ ਇੱਦਾਂ ਹੁੰਦਾ ਬਾਈ ਜੀ ਕੁਛ ਪੋਸਟ ਕਰੋ ਇਹ ਬਾਈ ਯਾਰ ਆਪਣੀ ਤਾਂ ਅਰਦਾਸ ਹੀ ਹੈ ਵੀਰੇ ਅਤੇ ਉਹ ਆਪਾਂ ਬਿਨਾਂ ਪੋਸਟ ਤੋਂ ਕਰ ਲਈ ਦੀ ਹੈ ਵੀ ਬਾਬਾ ਜੀ ਸਾਰਾ ਕੁਛ ਸਹੀ ਕਰ ਦਿਓ ਕਈ ਵਾਰੀ ਮੈਂ ਪਾ ਦਿੰਦਾ ਹਨਾ ਵੀ ਯਾਰ ਚਲੋ ਪਰ ਯਾਰ ਓਨੈਸਟਲੀ ਨਾ ਤਾਂ ਮੈਂ ਬੜਾ ਪੋਲੀਟੀਕਲੀ ਸਟਰੋਂਗ ਆ ਮੈਨੂੰ ਪਤਾ ਹੀ ਨਹੀਂ ਹੈਗਾ ਪੋਲੀਟੀਸ਼ੀਅਨ ਸੇ ਕੀ ਗੱਲ ਕਰਨੀ ਹੈ ਯਾਰ ਕੀ ਹੋ ਰਿਹਾ ਹਨਾ ਵੋਟਰ ਕਾਰਡ ਵੀ ਨਹੀਂ ਤੇ ਨਾ ਮੈਨੂੰ ਉਦਾਂ ਵੀ ਨਹੀਂ ਹਨਾ ਮੈਨੂੰ ਸੱਚੀ ਨੌਲੇਜ ਨਹੀਂ ਹੈਗੀ ਹਨਾ ਵੋਟਰ ਕਾਰਡ ਵੀ ਨਹੀਂ ਸਹੀ ਗੱਲ ਵੋਟ ਵੀ ਨਹੀਂ ਪਾਈ ਪਾਈ ਪਰ ਓਨੈਸਟਲੀ ਹਨਾ ਵੀ ਆਪਾਂ ਨੂੰ ਯਾਰ ਐਂ ਹੁੰਦਾ ਵੀ ਜਿਹੜੀ ਚੀਜ਼ ਬਾਰੇ ਪਤਾ ਨਹੀਂ ਉਹਦੇ ਬਾਰੇ ਵੀਰੇ ਬੋਲਣਾ ਕਾਹਨੂੰ ਪਰ ਹਾਂ ਯਾਰ ਆਪਾਂ ਵੀਰੇ ਆਪਣੀ ਸਪੋਰਟ ਹੈਗੀ ਆਪਾਂ ਸਹੀ ਹਾਂ ਹਨਾ ਆਪਣਾ ਬਸ ਬਾਬਾ ਸੁੱਖ ਰੱਖੇ ਇੰਨਾ ਕੀ ਕਹਿ ਸਕਦੇ ਹੁੰਦੇ ਹਨਾ ਵੀ ਯਾਰ ਆਪਾਂ ਤੋਂ ਆਪਾਂ ਨੂੰ ਐਂ ਹੁੰਦਾ ਵੀ ਯਾਰ ਹਾਂ ਯਾਰ ਪੰਜਾਬ ਦੀ ਸੁੱਖ ਮੰਗ ਰਹੇ ਹਾਂ ਐਵਰੀ ਡੇ ਮੰਗ ਰਹੇ ਹਾਂ ਵੀਰੇ ਇੱਥੇ ਵੀ ਜਦੋਂ ਆਪਣਾ ਕਿਸਾਨੀ ਅੰਦੋਲਨ ਵੀ ਜਦੋਂ ਸ਼ੁਰੂ ਹੋਇਆ ਸੀ ਅਸੀਂ ਵੈਨਕੂਵਰ ਵੀ ਗਏ ਸੀ ਜਦੋਂ ਇੱਥੇ ਸੀਗੇ ਅਤੇ ਆਪਾਂ ਇੰਡੀਆ ਵੀ ਗਏ ਸੀ ਜਿੰਨੇ ਜੋ ਕਿ ਹੈਗੇ ਹਾਂ ਬਾਈ ਹੈ ਨਾ ਆਪਾਂ ਆਪਣਾ ਆਪਣਾ ਜਿਵੇਂ ਆਪਣੀ ਕਰਦੇ ਰਹਾਂਗੇ ਹੈ ਨਾ ਪਾਰਟੀਸ਼ਨ ਲੈਂਦੇ ਰਹਾਂਗੇ ਉਹਦੇ 'ਚ ਪਰ ਚੱਕਰ ਆਇਆ ਵੀ ਐਵਰੀ ਟਾਈਮ ਜਿਵੇਂ ਹੁਣ ਮੈਂ ਪੋਸਟ ਪਾ ਦਵਾਂ ਉਹਦੇ ਨਾਲ ਜ਼ਿਆਦਾ ਕੁਛ ਹੋਣਾ ਵੀ ਨਹੀਂ ਅਵੇਅਰਨੈਸ ਆ ਸਕਦੀ ਹੈ ਪਰ ਚੱਕਰ ਇੱਦਾਂ ਵੀ ਯਾਰ ਉਹੀ ਗੱਲ ਆ ਗਈ ਨਾ ਵੀ ਯਾਰ ਅਰਦਾਸ ਹੀ ਕਰ ਸਕਦਾ ਮੈਂ ਤਾਂ ਹਨਾ ਵੀ ਉਹ ਆਪਾਂ ਆਪਣੇ ਕਰ ਲਈ ਦੀ ਬਈ ਆਪਾਂ ਸੁੱਖ ਮੰਗੀ ਦੀ ਆਪਣੀ ਮਦਰਲੈਂਡ ਦੀ ਆਪਣੇ ਪਿੰਡ ਦੀ ਆਪਣੇ ਨਾਲ ਦਿੰਦੀ ਉਹ ਆਪਾਂ ਰੋਜ਼ ਮੰਗੀ ਤੁਸੀਂ ਆਪ ਸੋਚੋ ਕਿ ਇੱਕ ਪੋਸਟ ਕੰਮ ਕਰ ਸਕਦੀ ਕਿ ਅਰਦਾਸ ਹਾਂ ਹਾਂ ਇਹ ਹੁਣ ਤੁਸੀਂ ਕਿਹਦੀ ਸਹੀ ਗੱਲ ਆ ਯਾਰ ਹਾਂ ਅਰਦਾਸ ਵੱਡੀ ਚੀਜ਼ ਵੀ ਵੀਰੇ ਹਨਾ ਆਪਣਾ ਜਿਹਦਾ ਜਿੰਨਾ ਯੋਗਦਾਨ ਆ ਯਾਰ ਹਨਾ ਪਾਇਆ ਕਰੋ ਆਪਾਂ ਤਾਂ ਆਪ ਕਹਿੰਦੇ ਹਾਂ ਵੀ ਪਰ ਆਏ ਹਾਂ ਵੀ ਆਪਾਂ ਨੂੰ ਮੈਨੂੰ ਬਸ ਮੇਰਾ ਇਹੀ ਰੀਜ਼ਨ ਹੁੰਦਾ ਕਈ ਵਾਰੀ ਮੈਂ ਜਦੋਂ ਨਹੀਂ ਪੋਸਟ ਕਰਦਾ ਕਿਸੇ ਚੀਜ਼ ਬਾਰੇ ਜਾਂ ਕੁਛ ਵੀ ਜਾਂ ਤਾਂ ਮੈਨੂੰ ਹਨਾ ਨੌਲੇਜ ਨਹੀਂ ਹੁੰਦੀ ਜ਼ਿਆਦਾ ਉਹ ਚੀਜ਼ ਬਾਰੇ ਜਾਂ ਫਿਰ ਯਾਰ ਸਿੰਪਲੀ ਮੈਨੂੰ ਇੱਦਾਂ ਹੁੰਦਾ ਵੀ ਯਾਰ ਪੋਸਟ ਪਾ ਕੇ ਤਾਂ ਕੁਛ ਨਹੀਂ ਹੋਣਾ ਯਾਰ ਉੱਦਾਂ ਹਨਾ ਅਰਦਾਸ ਕਰਕੇ ਜੋ ਹੋਣਾ ਪੋਸਟ ਪਾ ਕੇ ਤਾਂ ਬਿਲਕੁਲ ਨਹੀਂ ਹੋਣਾ ਪੋਸਟ ਪਾ ਕੇ ਤੁਹਾਨੂੰ ਸਭ ਨੂੰ ਸੈਟੀਸਫੈਕਸ਼ਨ ਮਿਲ ਜਾਣੀ ਆ ਉਹਦੇ ਨਾਲ ਵੀ ਤੁਸੀਂ ਕਿਹੜਾ ਅਰਦਾਸ ਕਰ ਦੇਣੀ ਹਨਾ ਜਾਂ ਕਿਸੇ ਨੇ ਵੀ ਕਿਹੜਾ ਅਰਦਾਸ ਕਰ ਦੇਣੀ ਸਹੀ ਗੱਲ ਹੈ ਜਿਹਨੇ ਵੀ ਕਰਨਾ ਅਰਦਾਸ ਕਰੋ ਬਾਬੇ ਦਾ ਨਾਂ ਲਓ ਆਪਣੀ ਮਿਹਨਤ ਕਰੋ ਆਪਣੀ ਮਿਹਨਤ ਖੁਸ਼ ਰਹੋ ਸਵਾਦ ਲਾਓ ਯਾਰ ਸਵਾਦ ਰਹਿਣਾ ਚਾਹੀਦਾ ਬਾਈ ਇੱਕ ਗਾਣਾ ਹਾਂਜੀ ਬਾਈ ਕਹਿਣ ਹੀ ਲੱਗਿਆ ਸੀ ਸੈਡ ਤੁਸੀਂ ਸੁਣਾਉਣਾ ਮੇਰੇ ਪਹਿਲੇ ਕੋਈ ਸਾ ਨਹੀਂ ਮੇਰਾ ਪਹਿਲਾਂ ਤੁਸੀਂ ਯਾਰ ਮੈਂ ਬਾਈ ਮਿਡਲੇ ਟਾਈਪ ਸੋਚੋ ਕੁਝ ਅੱਜ ਬਾਈ ਦਾ ਇੱਕ ਗਾਣਾ ਤੇ ਇੱਕ ਨਹੀਂ ਮੇਰਾ ਨਾ ਉਦਾਂ ਕੋਈ ਪੁਰਾਣਾ ਗਾਣਾ ਚੱਕੋ ਮੈਂ ਨਾਲ ਤੁਹਾਡੇ ਮੈਂ ਨਾਲ ਲਗਾਉਂ ਪਰ ਤਿੰਨੇ ਗਾਉਣੇ ਆ ਵਾਈ ਨਾਟ ਕੋਈ ਕਿਹੜਾ ਗਾਣਾ ਜਿਹੜਾ ਤੁਹਾਨੂੰ ਕੋਈ ਇੱਕ ਮਿੰਟ ਆਪਣਾ ਚੱਕਮਾ ਵੀ ਕਹਿਣ ਗਾਣੇ ਜੀ ਚੱਕਮੇ ਗਾ ਦਿੰਦੇ ਆਪਾਂ ਦੇਖੀ ਜਾਊਗੀ ਮੇਰੇ ਕੋਲ ਚੱਕਮਾ ਬਹੁਤ ਸੋਹਣਾ ਗਾਣਾ ਫਿਰ ਇੱਕ ਯੈਸ ਐਂਡ ਵੀ ਆਲ ਲਵ ਇਟ ਵੀ ਆਲ ਨੋ ਇਟ ਐਸ ਫਾਰ ਮਾਈ ਬ੍ਰੋਸ ਕੀ ਹੇਅਰ ਰਾਈਟ ਨਾਓ ਫਾਰ ਆਲ ਆਫ ਯੂ ਗਾਈਸ ਰੈਡੀ
ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਉਹ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਬਈ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਉਹ ਇੱਕ ਤੇਰੀ ਅੱਖ ਕਾਸ਼ਣੀ ਸੋਹਣੀਏ ਇੱਕ ਤੇਰੀ ਅੱਖ ਕਾਸ਼ਣੀ ਇੱਕ ਤੇਰਾ ਨਾਲ ਹੱਸਣਾ ਨੀ ਸੋਹਣੀਏ ਕਰਕੇ ਬਹਾਨੇ ਹਾਣਦੇ ਆ ਮੁੰਡੇ ਅੱਜ ਦੱਸ ਕੀ ਚੰਨ ਤੂੰ ਚੜ੍ਹਾਏਗੀ ਲੜਦੇ ਸੰਜੀਵ ਸਰ ਧੂਲ ਮਿਲੋ ਤੇਰੇ ਵਿੱਚ ਕਿੰਨੇ ਹੋਰ ਵੈਰ ਤੂੰ ਪੁਆਏਗੀ ਉਹ ਚਰਖੇ ਬਹਾਨੇ ਨਾ ਹਾਣਦੇ ਆ ਮੁੰਡੇ ਅੱਜ ਦੱਸ ਕੀ ਚੰਨ ਤੂੰ ਚੜ੍ਹਾਏਗੀ ਲੜਦੇ ਨੇ ਕਰਨ ਤੇ ਸਾਰਗ ਨੀ ਤੇਰੇ ਪਿੱਛੇ ਕਿੰਨੇ ਹੋਰ ਵੈਰ ਤੂੰ ਪੁਆਏਗੀ ਦੋਵੇਂ ਕਹਿਣ ਤੈਨੂੰ ਲੇਖਾ ਚ ਲਿਖਾ ਲਿਆ ਚਰਖਾ ਗਲੀ ਦੇ ਵਿੱਚ ਡਾਲਿਆ ਉਹ ਇੱਕ ਤੇਰੀ ਅੱਖ ਕਾਸ਼ਣੀ ਸੋਹਣੀਏ ਇੱਕ ਤੇਰੀ ਅੱਖ ਕਾਸ਼ਣੀ ਸੋਹਣੀਏ ਇੱਕ ਤੇਰਾ ਹੋਏ ਹੱਸਣਾ ਨੀ ਸੋਹਣੀਏ ਉਹ ਮੈਂ ਕਿਹਾ ਮਿੱਤਰਾਂ ਨੇ ਅੱਜ ਬਿੱਲੋ ਨੱਚਣਾ ਤੇਰੇ ਨਾਂ ਤੇ ਬੋਲੀਆਂ ਪਾ ਕੇ ਮਿੱਤਰਾਂ ਨੇ ਅੱਜ ਬਿੱਲੋ ਨੱਚਣਾ ਤੇਰੇ ਨਾਂ ਤੇ ਬੋਲੀਆਂ ਪਾ ਕੇ ਅੱਖਾਂ ਮਸਤਾਨੀਆਂ ਚ ਜੱਚਣਾ ਤੈਨੂੰ ਕਜਲੇ ਦੀ ਧਾਰ ਬਣਾ ਕੇ ਅੱਖਾਂ ਮਸਤਾਨੀਆਂ ਚ ਜੱਚਣਾ ਤੈਨੂੰ ਕਜਲੇ ਦੀ ਧਾਰ ਬਣਾ ਕੇ ਮੁੰਡਿਆਂ ਚ ਮੱਚ ਕੀ ਦੁਹਾਈ ਫਿਰ ਹਨਣੇ ਨਾ ਮੇਰਾ ਲੈ ਕੇ ਜਦੋਂ ਭਾਈ ਜਦੋਂ ਹੰਨਣੇ ਨੀ ਭਾਈ ਜਦੋਂ ਹੰਨਣੇ ਗੁਣੀਆਂ ਚ ਮੱਚ ਗਈ ਦੁਹਾਈ ਜੇ ਹੰਨਣੇ ਨਾ ਮੇਰਾ ਲੈ ਕੇ ਜੋ ਲਈ ਭਾਈ ਜਦੋਂ ਹੰਨਣੇ ਨੀ ਭਾਈ ਜਦੋਂ ਹੰਨਣੇ ਕਰਨੇ ਦੇ ਨਾਲ ਵੀ ਐ ਨੱਚਣਾ ਆਪ ਦੇ ਵੀ ਨਾਲ ਅਸੀਂ ਨੱਚਣਾ ਸਾਰਿਆਂ ਦੇ ਨਾਲ ਅਸੀਂ ਨੱਚਣਾ ਹੁਣ ਮਿੱਤਰਾਂ ਨੇ ਬੋਲੀਆਂ ਪਾ ਕੇ ਸਾਰਿਆਂ ਦੇ ਨਾਲ ਅਸੀਂ ਨੱਚਣਾ ਸਾਰਾ ਨੱਚਣਾ ਤੁਹਾਨੂੰ ਸਾਰਿਆਂ ਨੂੰ ਨਜਾਉਣਾ ਬਾਬੇ ਟੀਮ ਤੇ ਨੱਚਣ ਲੱਗੇ ਹੁਣ ਸਾਰੇ ਜਣੇ ਜਿਹੜਾ ਟਾਈਪ ਨਹੀਂ ਕਰ ਰਹੇ ਉਹ ਤਾਂ ਨੱਚ ਰਹੇ ਆ ਨਹੀਂ ਯਾਰ ਸਵਾਲ ਆ ਗਿਆ ਕਿ ਨਹੀਂ ਯਾਰ ਦੇਖ ਲਓ ਸਵਾ ਘੰਟਾ ਹੋ ਗਿਆ ਉਹੀ ਲੰਘ ਗਿਆ ਸਾਰਿਆਂ ਨਾਲ ਅਸੀਂ ਕ੍ਰੇਜ਼ੀ ਬ੍ਰੋ 1 hour 4 minutes ਨੱਚਣਾ ਦੁੱਖ ਦੁਨੀਆ ਦੇ ਸਾਰੇ ਭੁਲਾ ਕੇ ਪਰ ਯਾਰ ਹੋਪਫੁਲੀ ਗਲਤੀ ਮਲਤੀ ਮਾਫ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਵੀ ਮਾਫ ਟਰਾਈ ਕਰੀਦਾ ਫਨੀ ਰਹਿਣ ਦਾ ਸਵਾਦ ਲੈਣ ਦਾ ਤੇ ਗੱਲਾਂ ਕਹਿਣ ਦਾ ਬਾਈ ਜੀ ਆਪਣਾ ਆਪਣਾ ਖਿਆਲ ਰੱਖਿਓ ਮੈਂ ਕਹਿਣ ਲੱਗਾ ਸਵਾਦ ਰੱਖਿਓ ਸਵਾਦ ਆਪਣਾ 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 ਖਿਆਲ ਰੱਖਿਓ ਇੱਕ ਨਹੀਂ ਫੇਰ ਬਾਬਾ ਜੀ ਇੱਧਰ ਦੇਖੋ ਮਾੜਾ ਜਿਹਾ ਗਰੀਬੀ ਓਦਾਂ ਗਈ ਨਹੀਂ ਹਲੇ ਸਟੇਕ ਤਾਂ ਵੀ ਪਾ ਲੈਂਦੇ ਹਾਂ ਤੇ ਬਾਈ ਜੀ ਜਿਹੜੇ ਜਿਹੜੇ ਰਹਿ ਗਏ ਆਪਣੇ 11 billion ਨੂੰ ਦੱਸੋ ਵੀ ਕਿੱਕ ਦੇ ਉੱਤੇ ਆ ਜਾਇਆ ਕਰੋ ਬਾਈ ਹਰੇਕ ਸੈਕਿੰਡ ਹਫ਼ਤੇ ਮੈਂ ਟਰਾਈ ਕਰਿਆ ਕਰਨਾ ਵੀ ਸਟ੍ਰੀਮ ਆਇਆ ਕਰੀਏ ਅਸੀਂ ਹਨਾ ਵੀ ਗੋਨਾ ਫਿਗਰ ਆਊਟ ਅ ਵੇ ਇਫ ਵੀ ਕੈਨ ਯੂ ਨੋ ਸ਼ੇਅਰ ਕੈਮਸ ਔਨ ਹੇਅਰ ਯੂ ਕੈਨ ਡੂ ਇਟ ਔਨ ਜ਼ੂਮ ਟੂ ਐਨੀ ਟਾਈਮ ਮੈਂ ਤਾਂ ਕਹਿੰਦਾ ਤੁਸੀਂ ਨਾ ਇੱਕ ਦਿਨ ਮੰਮਾ ਨਾਲ ਲਾਈਵ ਸਟ੍ਰੀਮ ਵੀ ਕਰੋ ਹੁਣ ਜਲਦੀ ਸਹੀ ਗੱਲ ਆ ਯਾਰ ਲੈ ਵੀ ਅਮਰ ਨੂਰ ਜੀ ਦੇ ਨਾਲ ਲਾਈਵ ਸਟ੍ਰੀਮ ਕਿਸੇ ਦਿਨ ਮੈਂ ਆਊਂਗਾ ਪੱਕਾ ਜਦੋਂ ਵੀ ਹੋਇਆ ਹਨਾ ਗੱਲਾਂ ਬਾਤਾਂ ਕਰਾਂਗੇ ਯਾਰ ਆਈ ਗੈਸ ਤੁਹਾਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਹੋਗਾ ਸਾਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ ਬਾਕੀ ਸਵਾਲ ਆ ਗਿਆ ਯਾਰ ਯੂ ਗਾਇਜ਼ ਆਰ ਅਮੇਜ਼ਿੰਗ ਐਂਡ ਥੈਂਕ ਯੂ ਫॉर ਆਲਵੇਜ਼ ਸਪੋਰਟਿੰਗ ਅਸ ਇਹ ਤਾਂ ਚੱਲੀ ਜਾਣਾ ਪਲੀਜ਼ ਹੇ ਮਾਨ ਅੱਜ ਮੈਂ ਕਮੈਂਟਾਂ ਦੇ ਥੋੜਾ ਜਿਹਾ ਘੱਟ ਥੋੜਾ ਜਿਹਾ ਦੱਸਾਂ ਇਹਨਾਂ ਨੂੰ ਜਿਹੜੇ ਮਾੜੇ ਇੱਕ ਦੋ ਹੈਗੇ ਆ ਉਸਤਾਦ ਜੀ ਨਾਮ ਲੈ ਦੋ ਪਲੀਜ਼ ਸ਼ਗੁਨ ਸ਼ਗੁਨ ਕੀ ਆ ਰਿਹਾ ਹੈ ਸ਼ਗੁਨ ਪਾ ਸਾਰਿਆਂ ਨੂੰ ਆ ਕੇ ਉਹ ਨਾ ਭਾਈ ਸ਼ਗੁਨ ਸ਼ਗੁਨ ਪਲੀਜ਼ ਨਾ ਨਾ ਮੈਨੂੰ ਐਵੇਂ ਤਾਂ ਰਗੜੀ ਜਾਉਂਗੇ ਤੁਸੀਂ ਫਿਰ ਬਾਅਦ ਚੋਂ ਮਿਲਣੋਂ ਵੀ ਰਹਿ ਜਾਗੇ ਯਾਰ ਐ ਨਾ ਕਰੋ ਯਾਰ ਮੇਰਾ ਵਿਆਹ ਨਾ ਕਰੋ ਯਾਰ ਮਿਲ ਤੈਨੂੰ ਹੀ ਲਿਆ ਕਰਾਂਗੇ ਨਾ ਯਾਰ ਸਵਾ ਘੰਟਾ ਹੋ ਗਿਆ ਹੁਣ ਅਸੀਂ ਲੱਗੇ ਆ ਵਾਰਮ ਅਪ ਕਰਨ ਕਹਿੰਦੇ ਡੂ ਅ ਲਾਈਵ ਕਨਸਰਟ ਟੁਗੇਦਰ ਫॉर ਸ਼ੋਰ ਬ੍ਰੋ ਯੂ ਆ ਅਸੀਂ ਸੀਕ੍ਰੇਟ ਰੱਖਿਆ ਇਟਸ ਕਮਿੰਗ ਬਾਈ ਦਾ ਵੇ ਬਾਬਿਓ ਸਮਰ ਦੇ ਵਿੱਚ ਐਲਬਮ ਆ ਰਹੀ ਆ ਐ ਠਾ ਠਾ ਗਾਣੇ ਰੈਡੀ ਪਏ ਨੇ ਤੇ ਦੂਜੀ ਗੱਲ ਮੋਟਾ ਸੰਤਰਾ ਪੀਤੀ ਆ ਕਹਿੰਦਾ ਮੋਟਾ ਸੰਤਰਾ ਜਾਣ ਹੀ ਨਹੀਂ ਮਿਲਦੀ ਇੱਥੇ ਉਹ ਤੂੰ ਪਾਗਲ ਆ ਯਾਰ ਕਹਿੰਦਾ ਕਦੇ ਕਦੇ ਲਾਈਦਾ ਉਹ ਵੀ ਬਲੂ ਲੈਵਲ ਦਾ ਓ ਤੂੰ ਗੱਲ ਨਹੀਂ ਕਰਨੀ ਮੈਂ ਐਲਬਮ ਦੀ ਗੱਲ ਕਰ ਰਿਹਾ ਜੀ ਸਮਰ ਚ ਐਲਬਮ ਦਾ ਟਾਈਟਲ ਛੇਤੀ ਰਿਲੀਜ਼ ਕਰਾਂਗੇ ਮੂਵੀ ਬਾਰੇ ਛੇਤੀ ਦੱਸਾਂਗੇ ਸ਼ਾਇਦ ਉਹ ਤੋਂ ਪਹਿਲਾਂ ਇੱਕ ਅੱਧਾ ਮੂਡ ਜਿਹਾ ਬਣ ਗਿਆ ਸਿੰਗਲ ਟਰੈਕ ਵੀ ਛੱਡਦੀ ਐਲਬਮ ਤੋਂ ਪਹਿਲਾਂ ਪਰ ਗਾ ਹੀ ਪੈਣਾ ਮਾਹੌਲ ਚੇਂਜ ਹੋਣ ਵਾਲਾ ਸਾਲ ਬਾਅਦ Brother, Ryan, we're good to just... Should I get it? Yeah, you can do it. All right, thank you guys. Love you guys. Sponsored by Steak, baby. That's the sup. Pop, 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 pop. Yeah, baby. All right, get out of here. Let's go. Let's go, baby. Let's go.